ਮੇਰੇ ਕੋਲੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਫਾਲਸਤਾਨ ਡਿਕਲੇਰ ਲੰਗੋਵਾਲ ਨੇ ਕਿਹਾ ਵੀ ਤੁਸੀਂ ਪਿੰਡਰਾ ਵਾਲਾ ਤੂੰ ਕਹਾਲੋ ਬੈਂਡ ਉਹ ਪਿੰਡਰਾ ਵਾਲੇ ਕੋਈ ਜਿਹੜੇ ਉਹਨੇ ਕਿਹਾ ਕਿ ਨਹੀਂ ਪ੍ਰਧਾਨ ਲੰਗੋਵਾਲ ਜੇ ਉਹ ਕਹਿ ਦੂ ਮੈਂ ਵੀ ਕਹਿ ਦੂਗਾ ਤਾਂ ਤੁਸੀਂ ਪੁੱਟ ਵਰਡਸ ਇਨਟੂ ਦ ਬਾਉਟਸ ਆਫ ਸੰਤ ਲੰਗੋਵਾਲ ਐਂਡ ਸੰਤ ਪਿੰਡਰਾ ਵਾਲਾ ਤੁਸੀਂ ਖਾਲਿਸਤਾਨ ਡਿਕਲੇਰ ਕਰ ਦੋਗੇ ਫੇਲ ਹੋ ਜਾਓ ਲੰਗੋਵਾਲ ਨੇ ਪੁਲਦੀਪ ਨਯਨ ਨੂੰ ਆਪਣੀ ਇੰਟਰਵਿਊ ਚ ਐਨਐਸਏ ਦੀ ਰਿਹਾਈ ਤੋਂ ਬਾਅਦ ਵਿਕਟਰ ਬਿਊਨ ਦੇ ਇੰਟਰਵਿਊ ਸਰ ਤੁਹਾਨੂੰ ਯਾਦ ਹੋਊਗਾ ਇੱਕ ਅਫਵਾਹ ਉਡੀ ਸੀਗੀ ਕਿ ਬਲੂ ਸਟਾਰ ਐਕਸ਼ਨ ਇਸ ਕਰਕੇ ਹੋਇਆ ਕਿ ਕਿਉਂਕਿ ਮਿਲੀਟੈਂਟਸ ਨੇ ਇਨਸਾਈਡ ਕਰ ਲਿਆ ਸੀ ਵੀ ਖਾਲਸਾ ਡਿਕਲੇਅਰ ਕਰ ਦੇ। ਇਸੇ ਤਰ੍ਹਾਂ ਇੱਕ ਟਰੈਪ ਸੀਗਾ ਸੰਤਪਿੰਡਰ ਵਾਲੇ ਦਾ ਸੰਤ ਲੋ ਕਿਹਦਾ ਟਰੈਪ ਹੋ ਸਕਦਾ ਹੈ ਕੋਈ ਇਹ ਤੇ ਜੇ ਟਰੈਪ ਹੋ ਸਕਦਾ ਪਾਕਿਸਤਾਨ ਦਾ ਵੀ ਹੋ ਸਕਦਾ ਹੈ ਡਿਡਕਸ਼ਨਸ ਐਂਡ ਇਨਫਰੈਂਸੀ ਹੈ ਕਿ ਉਹ ਮੁੰਡੇ ਕੌਣ ਸੀ ਸਰਦਾਰ ਸੀ ਮੁੰਡੇ ਸਰਦਾਰ ਸੀ ਕਿ ਨਹੀਂ ਉਹ ਭੇਜੇ ਕੀ ਨਹੀਂ ਸੀਗੇ ਕੌਣ ਕਰਾਉਣਾ ਚਾਹੁੰਦਾ ਸੀਗਾ ਖਾਲਸਾਤਨ ਡਿਕਲੇਅਰ ਇਸ਼ੂ ਹੈ ਮਿਲਿਟੈਂਟਸ ਹਮੇਸ਼ਾ ਸੋਚਦੇ ਸੀ ਵੀ ਪਾਕਿਸਤਾਨ ਖਾਲਸਾਤਨ ਦੀ ਖਾਲਸਾਤਨ ਬਸ ਨੈਵਰ ਅਜੰਡਾ ਆਫ ਪਾਕਿਸਤਾਨ ਪਾਕਿਸਤਾਨ ਦਾ ਅਜੰਡਾ ਸੀਗਾ ਸਿਰਫ ਕਿ ਇੰਡੀਆ ਚ ਕਯੋਸ ਕ੍ਰੀਏਟਰ ਸ਼ਾਮ ਸਵੇਰ ਜਿਹੜਾ ਡੀਸੀਐਸਐਸ ਪੀ ਡੀਸੀ ਨੂੰ ਘਰੋਂ ਬਾਹਰ ਨਾ ਨਿਕਲਣਾ ਇਹ ਹੋ ਚੁੱਕਿਆ ਸੀ ਉਹ ਤਾਂ ਤੇਰੇ ਤੋਂ ਹੀ ਹੋ ਗਿਆ ਸੀ ਜੀ ਕਰਫੂ ਲਾ ਦਿੱਤਾ ਸੀ ਤੁਸੀਂ ਨਹੀਂ ਨਿਕਲੇ ਤੁਸੀਂ ਜੁਆਇਨ ਕਰ ਲਿਆ ਡੀਸੀ ਹੋਣ ਦਾ ਤੁਹਾਡਾ ਕੋਈ ਮੀਨਿੰਗ ਨਹੀਂ ਸਿੱਕਿਆ ਕਹਿ ਸਕਦੇ ਆਪਾਂ ਫੌਜ ਨੇ ਸਾਰੇ ਟੈਲੀਫੋਨ ਡਿਸਕਰੈਕਟ ਕਰ ਦਿੱਤੇ ਸੋ ਡੀਸੀ ਦੇ ਘਰ ਦਾ ਫੋਨ ਨਹੀਂ ਚੱਲ ਰਿਹਾ ਸੀ ਸਦਾ ਫੋਨ ਵੀ ਡੈਡ ਸੀਗਾ ਐਸਐਸਪੀ ਦਾ ਫੋਨ ਵੀ ਡੈਡ ਸੀਗਾ ਐਸਐਸਪੀ ਦਾ ਵੀ ਫੋਨ ਡੈਡ ਸੀਗਾ ਔਰ ਡੀਸੀ ਨੇ ਐਸਐਸਪੀ ਨੂੰ ਕਹਿ ਦਿੱਤਾ ਕਿ ਆ ਕਿ ਤੁਸੀਂ ਘਰਾਂ ਚੋਂ ਨਾ ਨਿਕਲੋ ਵੈਲ ਵਰਚੁਅਲੀਟ ਅਮਾਉਂਟਡ ਟੂ ਥੈਟ ਚੇਂਜ ਵਾਲੇ ਕਹਿੰਦੇ ਜੀ ਸਾਡਾ ਕੰਟਰੋਲ ਗਿਆ ਹੁਣ ਫੌਜ ਦਾ ਕੰਟਰੋਲ ਬੈਕਫਰੋਂ ਤੋਂ ਬਾਅਦ ਪਹਿਲੀ ਵਾਰ ਕਰੋਗੇ ਤੇ ਬਾਅਦ ਸਾਹਿਬ ਜੀ ਸੈਨਹਰ ਸਾਹਿਬ ਜੀ ਪਹਿਲੀ ਵਾਰ ਸੱਤ ਸਵੇਰ ਗਿਆ ਮੈਂ ਤੁਹਾਨੂੰ ਦੱਸਦਾ ਕੀ ਹੋਇਆ ਕਲ ਤੱਕ ਛਾਂਤ ਤੱਕ ਤੁਹਾਨੂੰ ਪਤਾ ਹੀ ਹੈ ਕਿ ਫੋਰਨ ਡਰੋਨ ਨੇ ਕੀ ਡੈਮੇਜ ਕੀਤਾ ਬਲਵਾ ਗਿਆ ਸੀਗਾ ਡੈਡ ਬਾਡੀ ਸੀਗਾ ਅਪਕਰਮਾਂ ਦੇ ਵਿੱਚ ਅ ਸਰੋਵਰ ਚ ਵੀ ਫਲੋਟ ਕਰ ਰਹੀਆਂ ਸੀ ਡੈਡ ਬodies ਇੰਡੀਅਨ ਰੀਜਨ ਆ। ਸੰਤ ਪਿੰਡਰਾ ਵਾਲਾ ਭਾਈ ਅਮਰੀਕ ਸਿੰਘ ਤੇ ਥੜਾ ਸਿੰਘ ਇਹਨਾਂ ਦੀਆਂ ਡੈਡ ਬodies ਰੱਖੀਆਂ ਹੋਈਆਂ ਸੀ। 1984 ਦੀ ਤਰਾਸ ਦੀ ਇੰਨੀ ਵੱਡੀ ਹੈ ਕਿ ਇਸ ਤੇ ਲੱਖਾਂ ਸ਼ਬਦ ਲਿਖੇ ਗਏ ਨੇ ਪਰ ਅਜੇ ਤੱਕ ਇਸ ਨੂੰ ਸਮੇਟਿਆ ਨਹੀਂ ਗਿਆ ਸਿੱਖ ਧਰਮ ਦਾ ਸ਼ਬਦ ਨਾਲ ਰਿਸ਼ਤਾ ਬੜਾ ਪਿਆਰਾ ਲਗਾਤਾਰ ਬਹੁਤ ਸਾਰੀਆਂ ਕਿਤਾਬਾਂ ਆਈਆਂ ਸਿੱਖ ਵਿਦਵਾਨਾਂ ਦੀਆਂ ਕਿਤਾਬਾਂ ਆਈਆਂ ਫੌਜ ਦੇ ਅਫਸਰਾਂ ਦੀਆਂ ਕਿਤਾਬਾਂ ਆਈਆਂ ਪੰਜਾਬ ਦੇ ਅਫਸਰਾਂ ਦੀਆਂ ਕਿਤਾਬਾਂ ਆਈਆਂ ਰੌਹ ਦੇ ਅਫਸਰਾਂ ਦੀਆਂ ਕਿਤਾਬਾਂ ਆਈਆਂ ਆਈਬੀ ਦੇ ਅਫਸਰਾਂ ਦੀਆਂ ਕਿਤਾਬਾਂ ਆਈਆਂ ਪਰ ਇਹ ਤਰਾਸ ਦੀ ਦੇ ਉੱਤੇ ਲਗਾਤਾਰ ਗੱਲ ਹੁੰਦੀ ਹੈ 38 ਸਾਲਾਂ ਬਾਅਦ ਫਿਰ ਇੱਕ ਕਿਤਾਬ ਆਈ ਹੈ ਪਰਮਾਇਲ ਇਨ ਪੰਜਾਬ ਬਫੋਰ ਐਂਡ ਆਫਟਰ ਬਲੂ ਸਟਾਰ ਇਸ ਕਿਤਾਬ ਦੇ ਉੱਤੇ ਵੀ ਚਰਚਾ ਹੋ ਰਹੀ ਹੈ ਰਮੇਸ਼ਿੰਦਰ ਸਿੰਘ ਪੰਜਾਬ ਦੇ ਮੁਖ ਸਕੱਤਰ ਰਹੇ ਨੇ ਚੀਫ ਸਕੱਟਰੀ ਰਹੇ ਨੇ ਉਹਨਾਂ ਨੇ ਕਿਤਾਬ ਲਿਖੀ ਹੈ 38 ਸਾਲਾਂ ਬਾਅਦ ਕਿਤਾਬ ਲੇਖਣ ਆਏ ਕਿਉਂ ਪੈਗੀ ਔਰ ਇਹਨਾਂ ਤੇ ਇਲਜ਼ਾਮ ਲੱਗਦੇ ਰਹੇ ਕਿ ਇਹ ਬਾਦਲ ਦੇ ਰਿਸ਼ਤੇਦਾਰ ਨੇ ਇਹਨਾਂ ਨੂੰ ਪਟਨੇ ਤੋਂ ਲਿਆਂਦਾ ਗਿਆ ਇਹਨਾਂ ਨੇ ਸਾਰੇ ਭੂਮਿਕਾ ਨਿਭਾਈ ਇਸ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਉਹਨਾਂ ਨੇ ਜਵਾਬ ਵੀ ਦਿੱਤੇ ਆ ਕਈ ਵਾਰ ਅੱਜ ਵੀ ਇਹਨਾਂ ਨੂੰ ਪੁੱਛਾਂਗੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਗਾਤਾਰ ਜਿਸ ਗੱਲ ਦੇ ਉੱਤੇ ਗੱਲ ਹੋ ਰਹੀ ਹੈ ਕਿ ਸਟੇਟ ਵੱਲੋਂ ਜਿਹੜਾ ਮੈਂ ਜ਼ਿਕਰ ਕਰਦਾ ਕੋਈ ਹੀਲਿੰਗ ਟੱਚ ਆਇਆ ਉਸ ਤਰ੍ਹਾਂ ਦਾ ਕਿ ਵਾਕਈ ਸਿੱਖਾਂ ਦੇ ਅੰਦਰ ਵੀ ਕੋਈ ਸਮਝ ਬਣ ਸਕੀ ਇਸ ਬਾਰੇ ਕਿ ਇਹ ਨਹੀਂ ਅੰਡਰਸਟੈਂਡਿੰਗ ਜਿਸ ਤਰ੍ਹਾਂ ਦੀ ਇਤਰਾਸ ਦੀ ਵਾਪਰੀ ਉਹਦੇ ਤੇ ਉਸ ਤਰ੍ਹਾਂ ਦਾ ਇੱਕ ਸੰਵਾਦ ਜਾਂ ਉਸ ਤਰ੍ਹਾਂ ਦਾ ਬਿਰਤਾਂਤ ਘੜਿਆ ਗਿਆ ਸਾਡਾ ਰਮੇਸ਼ ਸਿੰਘ ਜੀ ਨੇ ਸਵਾਗਤ ਅਸਰ ਬਹੁਤ-ਬਹੁਤ ਤੁਹਾਡਾ ਸਤਿਕਾਰ ਜੀ ਸਤਿਕਾਰ ਜੀ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਇਹ 38 ਸਾਲਾਂ ਬਾਅਦ ਕੀ ਲੋੜ ਪੈਗੀ ਤੁਹਾਨੂੰ 38 ਸਾਲ ਹੋ ਗਏ ਇਸ ਗੱਲ ਨੂੰ ਤੁਸੀਂ ਕਿਤਾਬ ਲਿਖੀਏਗੀ ਇਸ ਤਰ੍ਹਾਂ ਜੀ ਕਿ ਦੋ ਅਸਪੈਕਟ ਦੇ ਨੇ ਇੱਕ ਤੇ ਇਹ ਸੀ ਕਿ ਮੈਂ ਸਰਵਿਸ ਸੀਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਚੀਫ ਸਕੱਟਰੀ ਸੀ ਪੰਜਾਬ ਦਾ ਤੇ ਫਿਰ ਮੈਂ ਪ੍ਰੀ ਵਿੱਚੋਂ ਰਿਟਾਇਰਮੈਂਟ ਲੈ ਕੇ ਚੀਫ ਇਨਫੋਰਮੇਸ਼ਨ ਕਮਿਸ਼ਨਰ ਬਣ ਗਿਆ ਸੀ ਸੋ ਸਾਡੇ ਜਿਹੜੇ ਸਰਵਿਸ ਰੂਲਸ ਨੇ ਉਹਦੇ ਚ ਸਰਵਿੰਗ ਅਫੀਸਰ ਮੈਂ ਕਿਤਾਬ ਨਹੀਂ ਸੀ ਲਿਖ ਸਕਦਾ ਤੋ ਰਿਟਾਇਰਮੈਂਟ ਤੋਂ ਬਾਅਦ ਹੀ ਲਿਖਣੀ ਸੀਗੀ ਔਰ ਮੈਨੂੰ ਲਿਖਦੇ ਲਿਖਦੇ ਵੀ 3 ਸਾਲ ਲੱਗ ਗਏ ਉਦੋਂ ਬਾਅਦ ਕੋਵਿਡ ਆ ਗਿਆ ਪਬਲਿਸ਼ਰ ਕੋਲੇ ਪਈ ਰਹੀ ਢਾਈ ਤਿੰਨ ਸਾਲ ਜਿਹੜੀ ਹੈ ਤੇ ਹੁਣ ਪ੍ਰੈਕਟੀਕਲੀ ਜਿੱਦੋਂ ਮੈਂ ਖਤਮ ਕੀਤੀ ਸੀ ਉਦੋਂ 3 ਸਾਲ ਬਾਅਦ ਇੱਕ ਕਿਤਾਬ ਆ ਰਹੀ ਹੈ ਲਿਖਣ ਦੀ ਕੀ ਲੋਡ ਸੀਗੀ ਲਿਖਣ ਦੀ ਲੋਡ ਇਸ ਕਰਕੇ ਸੀ ਕਿ ਇੰਨਾ ਤੱਥਾਂ ਨੂੰ ਰੋੜ ਤਰੋੜ ਕੇ ਆਪਣੀ ਆਪਣੀ ਪਰਸੈਪਸ਼ਨ ਦੇ ਮਤਾਬਕ ਕੋਈ ਇਧਰਲੇ ਪਾਸੇ ਦਾ ਕੋਈ ਉਧਰਲੇ ਪਾਸੇ ਦਾਗਾ ਹਰ ਵਰਗ ਜਿਹੜਾ ਸੀਗਾ ਆਪਣੇ ਆਪਣੇ ਪਰਸੈਪਸ਼ਨਸ ਦੇ ਹਿਸਾਬ ਨਾਲ ਫੈਕਟਸ ਨੂੰ ਬਿਆਨ ਕਰਦਾ ਹੈ। ਸੋ देयर ਵਾਸ ਜਿਹੜੀ ਆਪਾਂ ਗ੍ਰੇਸਿਸ ਵਰਡ ਕਰਦੇ ਆ ਕੰਪੀਟਿੰਗ ਟਰੂਥਸ ਜਿਹਨੀਆਂ ਲਗੀਆਂ ਵੀ ਆਪਸ ਚ ਕੰਪੀਟੀਸ਼ਨ ਹੈ ਸਚਾਈ ਕੀ ਹੈਗੀ। ਤੋਂ ਮੈਂ ਸਮਝਦਾ ਸੀਗਾ ਕਿ ਮੈਂ ਅੱਖਾ ਡੱਠਾ ਸਾਰਾ ਕੁਝ ਹੈਗਾ ਮੈਂ ਬੜੀ ਇੰਪੋਰਟੈਂਟ ਪੋਸਟ ਤੇ ਰਹਾ ਕਈ ਚੀਜ਼ਾਂ ਕੀਤੀਆਂ ਕਈ ਨਹੀਂ ਕੀਤੀਆਂ ਹੈ ਨੀ? ਕਿਸੇ ਨੇ ਹੋਰਨੇ ਕੀ ਕੀਤਾ ਇਹ ਸਾਰੀ ਸਚਾਈ ਜਿਹੜੀ ਹੈਗੀ ਹੈ ਉਹ ਲੋਕਾਂ ਤੱਕ ਇਤਿਹਾਸ ਦੇ ਹਿੱਸੇ ਦੇ ਤੌਰ ਤੇ ਛੱਡੀ ਚਾਹੀਦੀ ਹੈ ਇਸ ਕਰਕੇ ਮੈਂ ਕਿਤਾਬ ਲਿਖੀ ਸਤਿ ਪਵਲਾ ਪਸੰਦ ਇਹਦੀ ਤੇ ਆ ਜੰਨੇ ਆ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਰਿਸ਼ਤੇਦਾਰ ਹੂੰ ਤੁਹਾਨੂੰ ਪਟਨੇ ਤੋਂ ਜਹਾਜ਼ ਚ ਲਿਆਂਦਾ ਗਿਆ ਆਪਰੇਸ਼ਨ ਬਲੂ ਸਟਾਰ ਦੇ ਦਸਤਕਤ ਕਰਵਾਉਣ ਲਈ ਡੀਸੀ ਸੀ ਤੁਸੀਂ 3 ਜੂਨ ਨੂੰ ਤੁਸੀਂ ਡੀਸੀ ਲੱਗੇ ਉੱਥੇ ਦੇਖੋ ਇਸ ਤਰ੍ਹਾਂ ਨਾ ਤਾਂ ਮੈਨੂੰ ਪਟਨੇ ਤੋਂ ਲਿਆਂਦਾ ਗਿਆ ਨਾ ਕੋਈ ਜਹਾਜ਼ ਆਇਆ ਨਹੀਂ ਮੈਂ ਬਾਦਲਾਹ ਦਾ ਰਿਸ਼ਤੇਦਾਰ ਹਾਂ ਮੈਂ ਪੰਜਾਬ ਚ ਸਨ 1978 ਤੋਂ ਪੋਸਟਡ ਸੀ 1978 ਚ ਮੇਰੀ ਜੁਲਾਈ ਦੇ ਮਹੀਨੇ ਚ ਐਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਜਿਹੜੀ ਸੀ ਪੋਸਟਿੰਗ ਸੀ ਔਰ ਮੈਂ ਇਸ ਪੋਸਟ ਪਾਰਟਿਕੂਲਰ ਪੋਸਟਿਕ ਨੂੰ ਇਸ ਕਰਕੇ ਕਹਿ ਰਿਹਾ ਕਿਉਂਕਿ ਉੱਥੇ ਸਿਮਰਨਜੀਤ ਸਿੰਘ ਮਾਨ ਐਸਐਸਪੀ ਐਸਐਸਪੀ ਸੀਗੇ ਔਰ ਮੇਰਾ ਗਵਾਂਢੀ ਸੀਗੇ ਅਸੀਂ ਦੋਨੋਂ ਘਰ ਸਰਕਾਰੀ ਘਰਾਂ ਦੇ ਵਿੱਚ ਉਹਨਾਂ ਨੂੰ ਪੁੱਛ ਲੋ ਜਾ ਕੇ ਵੀ ਮੈਂ ਸੀ ਕਿ ਨਹੀਂ ਹਾਂਜੀ ਤੋ ਉਸ ਤੋਂ ਬਾਅਦ ਫਿਰ ਮੈਂ ਏਡੀਸੀ ਸੰਗਰੂਰ ਰਿਆ ਜੁਆਇੰਟ ਸੈਕਟਰੀ এডਿਕੇਸ਼ਨ ਰਿਆ ਉਦੋਂ ਬਾਅਦ ਫਿਰ ਡਾਇਰੈਕਟਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਿਆ ਸਰਦਾਰ ਦਰਬਾਰਾ ਸਿੰਘ ਜਨ ਮੁੱਖ ਮੰਤਰੀ ਸੀਗੇ ਹਾਂਜੀ ਉਸ ਪੋਸਟ ਤੋਂ ਫਿਰ ਮੇਰੀ ਪੋਸਟਿੰਗ ਜਿਹੜੀ ਹੈਗੀ ਉਹ ਅੰਮ੍ਰਿਤਸਰ ਐਸ ਡਿਪਟੀ ਕਮਿਸ਼ਨਰ ਹੋਈ ਹੂੰ ਹੂੰ ਸਚਾਈ ਇਹ ਹੈ ਕਿ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਅਮਰੀਕਾ ਜਾਣ ਦੇ ਲਈ ਛੁੱਟੀ ਲਈ ਅਪਲਾਈ ਕੀਤਾ ਸੀਗਾ ਹਾਂਜੀ ਉਹਨਾਂ ਦੀ ਛੁੱਟੀ ਮਨਜ਼ੂਰ ਕੀਤੀ ਸਕਦਾ ਹਰਦੇਵ ਸਿੰਘ ਬਰਾੜ ਡੀਸੀਸੀ ਉੱਥੇ ਹਰਦੇਵ ਸਿੰਘ ਬਰਾੜ ਉੱਥੇ ਛੁੱਟੀ ਡਿਪਟੀ ਕਮਿਸ਼ਨਰ ਸੀ ਔਰ ਇਹ ਫੈਕਟਸ ਜਿਹੜੇ ਨੇਗੇ ਮੈਂ ਨਹੀਂ ਕਹਿ ਰਿਹਾ ਇਹ ਫੈਕਟਸ ਕੈਮਰੇ ਦੇ ਅੱਗੇ ਤੇ ਪ੍ਰਿੰਟ ਦੇ ਵਿੱਚ ਉਸ ਸਮੇਂ ਦੇ ਸਾਰੇ ਜਿਹੜੇ ਅਫਸਰ ਸੀ ਉਹਨਾਂ ਨੇ ਦੱਸੇ ਨੇ ਮੈਂ ਤੁਹਾਨੂੰ ਨਾ ਲੈ ਦਿੰਦਾ ਜਿਉਂਦੇ ਨੇ ਅਜੇ ਵੈਰੀਫਾਈ ਹੋ ਸਕਦਾ ਦੁਆਰਾ ਉਹਨਾਂ ਤੋਂ ਕੇਡੀ ਵਾਸੂਦੇਵਾ ਸਾਹਿਬ ਜਿਹੜੇ ਉਸ ਸਮੇਂ ਦੇ ਬੁਖਸਕੱਤਰ ਸੀਗੇ ਐਨਐਸ ਰਤਨ ਜਿਹੜਾ ਉਸ ਸਮੇਂ ਡਿਵੀਜ਼ਨਲ ਕਮਿਸ਼ਨਰ ਜਲੰਧਰ ਸੀਗੇ ਜਿਹਦਾ ਦੇ ਥੱਲੇ ਅੰਬਰਸਰ ਆਉਂਦੀ ਹੈਗੀ ਹੈ ਜੀ ਤੇ ਬਾਕੀ ਦੇ ਅਫਸਰ ਜਿਹੜੇ ਨੇਗੇ ਇਹ ਦੋ ਤਾਂ ਮਤਲਬ ਉਹਨਾਂ ਨੇ ਲਿਖਿਆ ਵੀ ਹੈ ਕੈਮਰਿਆਂ ਦੇ ਅੱਗੇ ਵੀ ਗਏ ਰਹੇਗੇ ਇਸ ਸਚਾਈ ਨੂੰ ਬਿਆਨ ਕਰਨ ਦੇ ਲਈ ਤੋਂ ਉਸ ਸਮੇਂ ਦੇ ਜੋ ਗਵਰਨਰ ਸੀਗੇ ਬੀਡੀ पांडे ਉਹਨਾਂ ਨੇ ਬੁਲਾ ਕੇ ਮੈਨੂੰ ਕਿਹਾ ਕਿ ਸਾ ਗੁਰਦੇਵ ਸਿੰਘ ਚੰਗੇ ਅਫਸਰ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਪਰ ਉਹ ਛੁੱਟੀ ਜਾਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਛੁੱਟੀ ਨੂੰ ਜਵਾਬ ਨਹੀਂ ਦੇਣਾ ਚਾਹਦੇ ਉਹਨਾਂ ਦੇ ਛੁੱਟੀ ਦੇ ਪੀਰੀਅਡ ਦੇ ਦੌਰਾਨ ਦੇ ਵਿੱਚ ਤੁਸੀਂ ਉੱਥੇ ਐਜ਼ ਸਟੌਪ ਗੈਪ ਅਰੇਂਜਮੈਂਟ ਅੰਮ੍ਰਿਤਸਰ ਜਾਓ ਅਰ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਪਹਿਲਾਂ ਮਿਲੋ ਅੰਡਰ ਸਟੱਡੀ ਦੇਖੋ ਸਾਰਾ ਵਾਤਾਵਰਨ ਕੀ ਹੈ ਕੀ ਪ੍ਰੋਬਲਮਸ ਨੇ ਤਾਂ ਕਿ ਸਡਨਲੀ ਜਾ ਕੇ ਉੱਥੇ ਨਾ ਹੋ ਜੇ ਤੋਂ ਮਈ ਦੇ ਪਹਿਲੇ ਹਫਤੇ ਦੇ ਵਿੱਚ ਮੈਂ ਉੱਥੇ ਗਿਆ ਸਾ ਗੁਰਦੇਵ ਸਿੰਘ ਦੇ ਨਾਲ ਰਿਹਾ ਤਿੰਨ ਚਾਰ ਦਿਨ ਗੁਰਦਾਸਪੁਰ ਵੀ ਗਿਆ ਫਿਰੋਜ਼ਪੁਰ ਵੀ ਗਿਆ ਸਾਰਾ ਬਾਰਡਰ ਔਰ ਏਰੀਆ ਘੁੰਮਿਆ ਹਾਂ ਜੀ ਤਾਂ ਕਿ ਉਸ ਦੀਆਂ ਕੀ ਪ੍ਰੋਬਲਮਸ ਨੇ ਲੋਕਾਂ ਦੀਆਂ ਕੀ ਹਾਲਾਤ ਨੇਗੇ ਕਿਸ ਤਰ੍ਹਾਂ ਉੱਥੇ ਵਾਇਲੈਂਸ ਹੈਗੀ ਉਹ ਸਾਰੀ ਚੀਜ਼ ਨੂੰ ਸਮਝ ਸਕਾਂ ਜਿਹੜਾ ਹੈਗਾ ਹੁਣ ਤੁਸੀਂ ਪੁੱਛ ਰਹੇ ਹੋ ਵੀ ਬਲੂ ਸਟਾਰ ਦੇ ਆਰਡਰ ਕਿਨੇ ਦਿੱਤੇ ਸੋ 3 ਜੂਨ ਨੂੰ ਤੁਸੀਂ ਐਸ ਦੇ ਦੇ ਸੀ ਨਹੀਂ ਨਹੀਂ ਮੈਂ 3 ਨੂੰ ਨਹੀਂ ਗਿਆ ਮੈਂ ਮੈਂ ਤੁਹਾਨੂੰ ਸਾਰੇ ਸਾਰੇ ਦੱਸ ਦਿਆਂ ਤੁਹਾਨੂੰ ਫੈਕਟਸ ਜਿਹੜਾ ਹੈਗਾ ਗੁਰਦੇਵ ਸਿੰਘ ਬਰਾੜ ਤੋਂ ਜਦੋਂ ਅਸੀਂ ਵਾਪਸ ਆਇਆ ਬਰਸਰ ਉਹਨਾਂ ਨਾਲ ਇਹ ਮੇਰਾ ਫੈਸਲਾ ਹੋ ਗਿਆ ਸੀਗਾ ਕਿ 5 ਜੂਨ ਨੂੰ ਮੈਂ ਚਾਰਜ ਉੱਥੇ ਜਾ ਕੇ ਲੈ ਲਾਂਗਾ ਹਾਂ ਜੀ ਉਹਨੂੰ ਡੀਸੀ ਜੁਆਇਨ ਕਰਾਂਗੇ ਅਸੀਂ ਡੀਸੀ ਜੁਆਇਨ ਕਰਾਂਗੇ ਔਰ ਜੋ ਗਵਰਨਮੈਂਟ ਦੀ ਛੁੱਟੀ ਦੇ ਆਰਡਰ ਵੀ ਇਸ਼ੂ ਹੋਏ ਉਹਦੇ 'ਚ ਵੀ ਇਹੀ ਸੀਗਾ ਕਿ 5 ਜੂਨ ਨੂੰ ਜਿਹੜਾ ਹੈਗਾ ਉਹ ਰਮੇਸ਼ੰਦਰ ਟੇਕਓਵਰ ਕਰੇਗਾ ਐਸ ਲੀਵ ਗੈਪ ਜਿਹੜਾ ਹੈਗਾ ਤੇ ਸਾਰੇ ਕੁਰਦੇਸ਼ ਸੇ ਬਾਹਰ ਜਾਣਗੇ ਫੈਕਟ ਸੇ ਨੇ ਕਿ ਇਨ ਦਾ ਮੀਨ ਟਾਈਮ ਇਟਸ ਅਪੀਅਰਸ ਬਾਤ ਉਦੋਂ ਤੱਕ ਸਮਝ ਨਹੀਂ ਆਈ ਹੁਣ ਪਤਾ ਲੱਗਿਆ ਕਿ ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰ ਲਿਆ ਵੀ ਫੌਜ ਨੂੰ ਅਸੀਂ ਦਰਬਾਰ ਸਾਹਿਬ ਤੇ ਬਾਕੀ ਗੁਰਦੁਆਰਾ ਸੁਬਾਹ ਚ ਭੇਜਣਾ ਹੈਗਾ ਗਵਰਨਰ ਬੀਡੀ ਪਾਂਡੇ ਨੂੰ ਦਿੱਲੀ ਬੁਲਾਇਆ ਗਿਆ ਬੁਲਾ ਕੇ ਔਰ ਉਹਨਾਂ ਨੇ ਕਿਤਾਬ ਛਾਪੀ ਹੈ ਰਿਕਾਰਡ ਕੀਤਾ ਹੈ ਫੈਕਟ ਕਿਤਾਬ ਦੇ ਵਿੱਚ ਉੱਥੇ ਬੁਲਾ ਕੇ ਹਾਲਾਂਕਿ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹ ਪ੍ਰਿੰਸੀਪਲ ਸੈਕਟਰੀ ਟੂ ਪ੍ਰਾਈਮ ਮਿਨਿਸਟਰ ਪੀਸੀ ਅਲੈਗਜ਼ੈਂਡਰ ਸੀਗੇ ਕੈਬਨਟ ਸੈਕਟਰੀ ਸੀਗੇ ਉਹਨਾਂ ਨੇ ਉਹਨਾਂ ਦੀ ਬਰੀਫਿੰਗ ਕੀਤੀ ਉਹਨਾਂ ਨੂੰ ਦੱਸਿਆ ਗਿਆ ਕਿ ਫੌਜ ਨੂੰ ਬੁਲਾਣਾ ਹੈ ਤੇ ਐਕਸ਼ਨ ਹੋਣਾ ਹੈ ਨਾਲ ਉਹਨਾਂ ਨੇ ਇਹ ਕਿਹਾ ਦਿਸ ਇਜ਼ ਵੈਰੀ ਇੰਟ੍ਰੀਗਿੰਗ ਕਿ ਅਸੀਂ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਨੂੰ ਵੀ ਬੁਲਾ ਰਿਹਾ ਆ ਰਿਹਾ ਆਪਣੀ ਮੀਟਿੰਗ ਜੁਆਇਨ ਕਰਦਾ ਉਹਦੇ ਸਾਹਮਣੇ ਨਾ ਗੱਲ ਕਰੀ ਵੀ ਫੌਜ ਨੂੰ ਆਰਡਰ ਦੇ ਦਿੱਤੇ ਮਤਲਬ ਇਹ ਬੜਾ ਸਟੇਜ ਹੈ ਤਾਂ ਸ਼ੱਕ ਵੀ ਪੈਂਦਾ ਵੀ ਸ਼ਾਇਦ ਡਾਇਰੈਕਟਰ ਆਈਬੀ ਨੂੰ ਵੀ ਨਹੀਂ ਸੀ ਇਹ ਖਬਰ ਉਸ ਟਾਈਮ ਕਿ ਵੀ ਫੌਜ ਨੂੰ ਬੁਲਾਇਆ ਗਿਆ ਪੰਜਾਬ 'ਚ ਤੇ ਆਰਬੀ ਐਕਸ਼ਨ ਹੋਣ ਵਾਲਾ ਵਾਪਸ ਆ ਕੇ ਚੰਡੀਗੜ੍ਹ ਉਹ 2 ਤਰੀਕ ਨੂੰ ਉਹਨਾਂ ਨੇ ਕਿਹੜੀ ਵਾਸੂਦੇਵਾ ਜੀ ਨੂੰ ਚੀਫ ਸੈਕਟਰੀ ਨੂੰ ਤੇ ਅਮਰੀਕ ਸਿੰਘ ਪੁਨੀ ਨੂੰ ਜਿਹੜਾ ਹੈਗਾ ਹੋਮ ਸੈਕਟਰੀ ਸੀਗੇ ਬੁਲਾਇਆ ਰਾਜਪਾਲ ਸ਼ਾਮ ਨੂੰ ਨਾਲ ਸੁੰਦਰ ਜੀ ਉਸ ਟਾਈਮ ਜਿਹੜੇ ਸੀ ਵੈਸਟਰਨ ਕਮਾਂਡ ਦੇ ਇੱਥੇ ਜੀਓਸੀ ਐਨ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਦੱਸਿਆ ਵੀ ਗਵਰਨਮੈਂਟ ਨੇ ਫੈਸਲਾ ਕਰ ਲਿਆ ਵੀ ਫੌਜ ਦਾ ਐਕਸ਼ਨ ਹੋਏਗਾ ਦਰਬਾਰ ਸਾਹਿਬ ਤੇ ਬਾਕੀ ਗੁਰਦੁਆਰੇ ਸਬਾਹ ਚ ਤੇ ਤੁਸੀਂ ਫਾਰਮਲ ਰੈਕੁਜੀਸ਼ਨ ਜਿਹੜੀ ਹੈਗੀ ਫੌਜ ਨੂੰ ਬਣਾਉਣ ਦੀ ਉਹ ਜਨਰਲ ਸਾਹਿਬ ਨੂੰ ਦਿਓ ਪੁਨੀ ਸਾਹਿਬ ਰਿਲੈਕਟੈਂਟ ਸੀਗੇ ਉਹ ਹੈਜ਼ਿਟੇਟ ਕਰ ਰਹੇ ਸੀਗੇ ਉਹਨਾਂ ਨੂੰ ਪਰਸੁਏਡ ਕੀਤਾ ਗਿਆ ਜਾਂ ਕੋਰਸ ਕੀਤਾ ਗਿਆ ਤਾਂ ਰੱਬ ਜਾਣਦਾ ਬਟ ਕਿਹੜੀ ਵਾਸੂ ਸੇਵਾ ਸਾਹਿਬ ਜਿਹੜੇ ਵਰਡਸ ਯੂਜ਼ ਕਰਦੇ ਨੇ ਵੀ ਹੀ ਵਾਸ ਪਰਸੁਏਡਡ ਟੂ ਸਾਈਨ ਉੱਥੇ ਜਿਹੜਾ ਹੈਗਾ ਚਿੱਠੀ ਲਿਖਾਈ ਗਈ ਰਾਜ ਭਵਨ ਡੀਓ ਲੈਟਰ ਦਸਖਤ ਕੀਤੇ ਪੁਨੀ ਸਾਹਿਬ ਨੇ ਅਰ ਫੌਜ ਨੂੰ ਦੇ ਦਿੱਤੇ ਗਏ ਜਿਹੜੇ ਉਸ ਅਥਾਰਟੀ ਲੈਟਰ ਦੇ ਬੇਸਿਸ ਤੇ ਪੰਜਾਬ 'ਚ ਸਾਰੇ ਫੌਜ ਆਈ ਦੋ ਮੈਂ ਤੁਹਾਨੂੰ ਹੋਰ ਇਹਦੇ ਵਿੱਚ ਫੈਕਟਸ ਦੱਸ ਦਿਆਂ ਕਿ ਪੰਜਾਬ ਨੂੰ ਡਿਸਟਰਬਡ ਏਰੀਆ ਡਿਕਲੇਅਰ ਕੀਤਾ ਜਾ ਚੁੱਕਾ ਸੀਗਾ ਸਪੈਸ਼ਲ ਆ ਆ ਆ ਆਰਮਡ ਫੋਰਸਸ ਐਕਟ ਹੈਗਾ ਉਹਦੇ ਵਿੱਚ ਜਿਹੜੇ ਏਰੀਆ 'ਚ ਡਿਸਟਰਬਡ ਏਰੀਆ ਡਿਕਲੇਅਰ ਹੋ ਚੁੱਕਿਆ ਹੋਵੇ ਸਾਰੀਆਂ ਸਕਿਉਰਿਟੀ ਫੋਰਸੇਸ ਨੂੰ ਚਾਹੇ ਉਹ ਫੌਜ ਹੈ ਚਾਹੇ ਉਹ ਬੀਐਸਐਫ ਹੈ ਚਾਹੇ ਸੀਆਰਪੀਐਫ ਹੈ ਚਾਹੇ 에ਅਰ ਫੋਰਸ ਵੀ ਹੋਵੇ ਨੈਵੀ ਹੋਵੇ ਜਿਹੜੀਆਂ ਵੀ ਆਰਮਡ ਫੋਰਸੇਸ ਨੇਗੀਆਂ ਉਹਨਾਂ ਨੂੰ اختیار ਮਿਲ ਜਾਂਦੇ ਨੇ ਕਿ ਇੰਡੀਪੈਂਡੈਂਟ ਆਫ ਮੈਜਿਸਟਰੇਟ ਬਿਕਾਜ਼ ਨਾਰਮਲ ਪ੍ਰੋਵੀਜ਼ਨ ਸੀਆਰਪੀਸੀ ਦੇ ਹੈ ਕਿ ਡਿਸਟ੍ਰਿਕਟ ਰਜਿਸਟ੍ਰੇਟ ਰਿਕਵਿਜ਼ੀਸ਼ਨ ਕਰੇਗਾ ਫੌਜ ਨੂੰ ਹੈ ਨੀ ਅਰ ਫੌਜ ਜਿਹੜੀ ਹੈ ਮੈਜਿਸਟਰੇਟ ਤੋਂ ਆਰਡਰ ਲੈ ਕੇ ਫਾਇਰ ਕਰੇਗੀ ਲੇਕਿਨ ਜਿੱਥੇ ਇਹ ਡਿਸਟਰਬਡ ਏਰੀਆ ਡਿਕਲੇਅਰ ਹੋ ਗਿਆ ਅਰ ਸਪੈਸ਼ਲ ਆਰਮਡ ਫੋਰਸੇਸ ਐਕਟ ਦੇ ਥੱਲੇ ਫੌਜ ਕੋਲੇ ਇਖਤਿਆਰ ਦਿੱਤੇ ਗਏ ਸੀਗੇ ਕਿ ਬਿਨਾ ਮੈਜਿਸਟ੍ਰੇਟ ਦੀ ਆਗਿਆ ਦੇ ਉਹ ਸਰਚ ਸੀਜ਼ ਫਾਇਰ ਅਰੈਸਟ ਕਰ ਸਕਦਾ ਫਿਰ ਤਨਜੂਨ ਨੂੰ ਮੀਟਿੰਗ ਹੁੰਦੀ ਹੈ ਜਿਹਦੇ ਚ ਨਹੀਂ ਨਹੀਂ ਮੈਂ ਆ ਰਿਹਾ ਜੀ ਆ ਰਿਹਾ ਆ ਸੁਣ ਤੋ ਲੋ ਨਾ ਸੋ ਇਸ ਮੀਟਿੰਗ ਤੋਂ ਬਾਅਦ ਇਸ ਇਹ ਮੀਟਿੰਗ ਤੋਂ ਬਾਅਦ ਮੈਂ ਕਾਰ ਬਾਈ ਜਿਹੜੀ ਹੈਗੀ ਇੱਥੇ ਹੋ ਗਈ ਉਹਦੋਂ ਮੈਨੂੰ ਵਸudeva ਸਾਹਿਬ ਦਾ ਫਿਰ ਫੋਨ ਆਇਆ ਕਿ ਰਮੇਸ਼ਿੰਦਰ ਤੂੰ ਸਵੇਰ ਚੱਲਿਆ ਜਾ ਜਿਹੜਾ ਦੱਸਿਆ ਨਹੀਂ ਮੈਨੂੰ ਇੰਦੀ ਹਰ ਆਪ ਰਡਮਿਟ ਕੀਤਾ ਉਹਨਾਂ ਨੇ ਕੈਮਰੇ ਦੇ ਅੱਗੇ ਕਿ ਅਸੀਂ ਨਹੀਂ ਦੱਸਿਆ ਇਹਨੂੰ ਕਿ ਵੀ ਫੌਜ ਆ ਗਈ ਹੈ ਤੂੰ ਚਲਾ ਜਾ ਅਰਲੀ ਮਾਰਨਿੰਗ ਨਿਕਲ ਜਾ ਜਾ ਕੇ ਅੰਮ੍ਰਿਤਸਰ ਜੋਇਨ ਕਰ ਲਓ ਜੋਇਨ ਕਰ ਲੈ ਗੁਰਦੇਵ ਨੂੰ ਅਸੀਂ ਦੱਸ ਦਿੱਤਾ ਅੱਛਾ 3 ਜੂਨ ਛੁੱਟੀ ਸੀ ਅ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ ਤੇ ਉਧਰ ਅਮਰੀਕ ਸਿੰਘ ਪੁਣੀ ਨੇ ਗੁਰਦੇਵ ਬਰਾੜ ਨੂੰ ਟੈਲੀਫੋਨ ਕਰਤਾ ਵੀ ਕਰਫਿਊ ਲਾ ਦੇ ਅੰਮ੍ਰਿਤਸਰ ਸਿਟੀ 'ਚ 3 ਜੂਨ ਮਾਰਨਿੰਗ 9 ਵਜੇ ਤੋਂ ਗੁਰਦੇਵ ਬਰਾੜ ਨੇ ਕਰਫਿਊ ਲਾਤਾ ਸੋ ਜਿਹੜੇ ਲੋਕ ਅੰਦਰ ਦਰਬਾਰ ਸਾਹਿਬ ਦੇ ਸੀਗੇ ਉੱਥੇ ਹੀ ਮਤਲਬ ਨਿਕਲ ਨਹੀਂ ਸਕੇ ਉਹ ਅਰ 3 ਜੂਨ ਦੀ 9 ਵਜੇ ਰਾਤ ਤੋਂ ਸਾਰੇ ਪੰਜਾਬ 'ਚ ਜਿਹੜਾ ਸੀਗਾ ਕਰਫਿਊ ਲੱਗ ਗਿਆ ਡਾਇਰੈਕਸ਼ਨਸ ਆ ਗਈਆਂ ਹਰ ਜ਼ਿਲ੍ਹੇ 'ਚ ਉਸ ਤੋਂ ਬਾਅਦ ਕੋਈ ਵੀ ਨਹੀਂ ਸੇਲ ਸਕਦਾ ਮੈਂ ਪਹੁੰਚ ਗਿਆ ਉੱਥੇ ਕੋਈ ਤਕਰੀਬਨ ਮੇਰੇ ਖਾਂ ਲੰਚ ਦੇ ਕਰੀਬ ਪਹੁੰਚ ਗਿਆ ਹੋਊਗਾ ਸਾ ਗੁਰਦੇਵ ਸਿੰਘ ਬਰਾੜ ਸਰਕਟ ਹਾਊਸ ਆਗੇ ਅਸੀਂ ਬੈਠੇ ਸੀਗੇ ਤੇ ਸਡਨਲੀ ਉਹ ਇੱਕ ਬੰਦਾ ਆਇਆ ਉਹਨੇ ਕਿਹਾ ਜੀ ਇੱਕ ਫੌਜੀ ਆਇਆ ਹੈਗਾ ਤੁਹਾਨੂੰ ਮਿਲਣਾ ਚਾਹੁੰਦਾ ਗੁਰਦੇਵ ਬਰਾੜ ਨੂੰ ਉਹਨਾਂ ਨੇ ਕਿਹਾ ਬੁਲਾ ਲਓ ਅੰਦਰ ਉਹਨਾਂ ਨੇ ਆ ਕੇ ਗੁਰਦੇਵ ਬਰਾੜ ਜੀ ਨੂੰ ਇੱਕ ਚਿੱਠੀ ਦਿੱਤੀ ਜਿਹੜੀ ਕਿ ਮੇਜਰ ਜਨਰਲ ਕੇਐਸ ਬਰਾੜ ਨੇ ਲਿਖੀ ਸੀ ਉਹਨਾਂ ਦੇ ਨਾਂ ਸੀ ਉਹ ਚਿੱਠੀ ਉਹਨਾਂ ਨੇ ਪੜ੍ਹੀ ਤੇ ਮੈਨੂੰ ਦਿਖਾਈ ਚਿੱਠੀ 'ਚ ਇਹ ਲਿਖਿਆ ਸੀਗਾ ਵੀ ਮੈਨੂੰ ਏਡ ਫਾਰ ਸਿਵਲ ਐਡਮਿਨਿਸਟ੍ਰੇਸ਼ਨ ਦੇ ਲਈ ਭੇਜਿਆ ਗਿਆ ਤੇ ਮੈਂ ਅੱਜ ਸ਼ਾਮ ਨੂੰ 5 ਵਜੇ ਇੱਕ ਮੀਟਿੰਗ ਕਰਾਂਗਾ ਹੈ ਜੀ ਇਸ ਮੀਟਿੰਗ ਤੁਸੀਂ ਆਓ ਮੈਂ ਬਾਕੀ ਅਫਸਰਾਂ ਨੂੰ ਵੀ ਬੁਲਾਇਆ ਤਾਂ ਕਿ ਆ ਇੱਕ ਦੂਜੇ ਨੂੰ ਆਪਾਂ ਜਾਣ ਸਕੀਏ ਅੱਛਾ ਮੈਂ ਚਾਰਜ ਨਹੀਂ ਸੀ ਲਿਆ ਜੇ ਸਾਬ ਗੁਰਦੇਵ ਸਿੰਘ ਬਰਾੜ ਕਹਿੰਦੇ ਤੂੰ ਮੇਰੇ ਨਾਲ ਚੱਲ ਤਾਂ ਕਿ ਕੰਟੀਨਿਊਟੀ ਰਹਿੰਦੀ ਹੈ ਯੂ ਆਰ ਇਨ ਪਿਕਚਰ ਕਿ ਕੀ ਹੋ ਰਿਹਾ ਹੈਗਾ ਹੈ ਨਹੀਂ ਮੈਂ ਵੀ ਉਹਨੇ ਨਾਲ ਚਲਾ ਗਿਆ ਉਸ ਮੀਟਿੰਗ ਦੇ ਵਿੱਚ ਫੇਰ ਜਿਹੜਾ ਇੱਕ ਤੁਸੀਂ ਇੰਟਰਵਿਊ ਕੀਤੀ ਹੈ ਸਾਬ ਗੁਰਦੇਵ ਗੁਰਦੇਵ ਸਿੰਘ ਪੰਦੇਰ ਦੀ ਗੁਰਦਿਆਲ ਸਿੰਘ ਪੰਦੇਰ ਉਹਨਾਂ ਦੀ ਉਹ ਵਾਕਿਆ ਜਿਹੜਾ ਹੋਇਆ ਉਹਦੇ ਚ ਬਰਾੜ ਸਾਹਿਬ ਨੇ ਇਹਨਾਂ ਨੂੰ ਫੌਜੀਆ ਨੂੰ ਉਸ ਟਾਈਮ ਤੱਕ ਬੀਐਸਐਪ ਐਂਡ ਸੀਆਰਪੀਐਫ ਨੂੰ ਫੌਜ ਦੇ ਥੱਲੇ ਲੈ ਆਂਦਾ ਗਿਆ ਸੀ ਅੰਡਰ ਆਰਮੀ ਕੰਟਰੋਲ ਉਹਨਾਂ ਨੇ ਕਿਹਾ ਵੀ ਤੁਸੀਂ ਫਾਇਰਿੰਗ ਕਰੋ ਤਾਂ ਕਿ ਪਤਾ ਲੱਗੇ ਕਾਊਂਟਰ ਫਾਇਰ ਆਏਗਾ ਵੀ ਕਿੱਥੇ ਕਿੱਥੇ ਇਹਨਾਂ ਦੇ ਮਚਾਨ ਬਣੇ ਹੋਏ ਨੇ ਕਿਸ ਤਰ੍ਹਾਂ ਦੇ ਇਹਨਾਂ ਕੋਲੇ ਵੈਪਨ ਨੇ ਸਰ ਗੁਰਦੇਵ ਸਿੰਘ ਇਹਨਾਂ ਨੇ ਪਡੇਰ ਨੇ ਕਿਹਾ ਵੀ ਮੈਂ ਮੈਨੂੰ ਰਿਟਰਨ ਆਰਡਰ ਦਿਓ ਮੈਂ ਤਾਂ ਫਾਇਰਿੰਗ ਕਰੂੰਗਾ ਹਾਂਜੀ ਤਾਂ ਉਹ ਹੋਇਆ ਬਾਅਦ ਚ ਉਹਨਾਂ ਦੀ ਬਦਲੀ ਹੋਈ ਚਲੋ ਉਹ ਸੈਪਰੇਟ ਇਨਸੀਡੈਂਟ ਆ ਮੈਂ ਚਾਰਜ ਲਿਆ ਜੀ 4 ਤਰੀਕ ਨੂੰ ਸਵੇਰ ਅਰ ਉਸ ਚਾਰਜ ਦੇਣ ਤੋਂ ਬਾਅਦ ਫਿਰ ਸਾ ਗੁਰਦੇਵ ਸਿੰਘ ਬਰਾੜ ਨੂੰ ਸਪੈਸ਼ਲ ਪਾਇਲਟ ਦੇ ਕੇ ਅਸੀਂ ਦਿੱਲੀ ਸਕਾਟ ਕੀਤਾ ਤੇ ਉਹ 6 ਤਰੀਕ ਨੂੰ ਉਹਨਾਂ ਨੇ ਜਹਾਜ਼ ਫੜ ਕੇ ਅਮਰੀਕਾ ਚਲੇ ਗਏ ਤੇ 4 ਤੋਂ ਬਾਅਦ ਜਿਹੜਾ ਡੀਸੀ ਐਸਐਸਪੀ ਡੀਸੀ ਨੂੰ ਘਰੋਂ ਬਾਹਰ ਨਾ ਨਿਕਲਣਾ ਇਹ ਹੋ ਚੁੱਕਿਆ ਸੀ ਉਹ ਤਾਂ ਤੇ ਤੇ ਤੋਂ ਹੀ ਹੋ ਗਿਆ ਸੀ ਜੀ ਕਰਫਿਊ ਲਾ ਦਿੱਤਾ ਤੁਸੀਂ ਨਹੀਂ ਨਿਕਲੇ ਤੁਸੀਂ ਜੁਆਇਨ ਕਰ ਲਿਆ ਡੀਸੀ ਹੋਣ ਦਾ ਤੁਹਾਡਾ ਕੋਈ मीनिंग ਨਹੀਂ ਸੀ ਉੱਥੇ ਆ ਕਹਿ ਸਕਦੇ ਆਪਾਂ ਵੈਲ ਲੀਗਲੀ ਐਂਡ ਟੈਕਨੀਕਲੀ ਐਸ ਐਸ ਡਿਸਟ੍ਰਿਕਟ ਮੈਜਿਸਟ੍ਰੇਟ ਹਾਂਜੀ ਲੇਕਿਨ ਡੀ ਫੈਕਟੋ ਜਿਹਨੂੰ ਕਹਿੰਦੇ ਸਚਾਈ ਇਹ ਹੈ ਤੁਹਾਡਾ ਕੋਈ ਸੁਣਦਾ ਨਹੀਂ ਸੀ ਕੋਈ ਚਲਦੀ ਸੀ ਫੋਨ ਨਹੀਂ ਸੁਣਦਾ ਤਾਂ ਦੇਖੋ ਸੁਣਦਾ ਤਾਂ ਤਾਂ ਹੋਵੇ ਜੇ ਕੁਝ ਥੋੜੀ ਹਿアリング ਵਾਇਸ ਚ ਹੋਵੇ ਕਿਉਂਕਿ ਫੌਜ ਨੇ ਸਾਰੇ ਟੈਲੀਫੋਨ ਡਿਸਕਨੈਕਟ ਕਰਤੇ ਸੀ ਤਾਂ ਡੀਸੀ ਦੇ ਘਰ ਦਾ ਫੋਨ ਨਹੀਂ ਚੱਲ ਰਿਹਾ ਸੀ ਤਾਂ ਫੋਨ ਵੀ ਡੈਡ ਸੀਗਾ ਐਸਐਸਪੀ ਦਾ ਫੋਨ ਵੀ ਡੈਡ ਸੀਗਾ ਐਸਐਸਪੀ ਦਾ ਵੀ ਫੋਨ ਡੈਡ ਸੀਗਾ ਔਰ ਡੀਸੀ ਦੇ ਐਸਐਸਪੀ ਨੂੰ ਕਹਿ ਦਿੰਦਾ ਕਿ ਤੁਸੀਂ ਘਰਾਂ ਚੋਂ ਨਾ ਨਿਕਲੋ ਵੈਲ ਵਰਚੂਅਲੀਟ ਅਮਾਉਂਟਡ ਟੂ ਥੈਟ ਹਾਂਜੀ ਸੋ ਮੈਂ ਅਮਰ ਸਿੰਘ ਪੁਰੀ ਨਾਲ ਕਿਹੜੀ ਵਾਸੂਦੇਵਾ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਐਕਸਚੇਂਜ ਵਾਲੇ ਕਹਿੰਦੇ ਜੀ ਸਾਡਾ ਕੰਟਰੋਲ ਨਹੀਂ ਹੈ ਹੁਣ ਫੌਜ ਦਾ ਕੰਟਰੋਲ ਹੈ ਸੋ 4 ਤਰੀਕ ਨੂੰ ਫਿਰ ਜਿਹੜੀ ਸੀਗੀ ਸ਼ਾਮ ਨੂੰ ਦੁਆਰਾ ਮੀਟਿੰਗ ਹੋਈ ਫੌਜ ਵਾਲਿਆਂ ਨਾਲ ਉਹ ਮੈਂ ਅਟੈਂਡ ਕੀਤੀ ਔਰ ਉਹਦੇ ਚ ਮੈਂ ਬਰਾੜ ਸਾਹਿਬ ਨੂੰ ਕਿਹਾ ਮੈਂ ਤੁਸੀਂ ਹਾਊ ਡੂ ਯੂ ਐਕਸਪੈਕਟ ਦ ਡੀਸੀ ਟੂ ਰਨ ਦ ਡਿਸਟ੍ਰਿਕਟ ਕਿ ਜੇ ਉਹ ਡੀਸੀ ਆਫ ਦ ਐਡੀਸੀ ਨਾਲ ਹੀ ਨਹੀਂ ਗੱਲ ਕਰ ਸਕਦਾ ਐਸਐਸਪੀ ਨਾਲ ਹੀ ਨਹੀਂ ਗੱਲ ਕਰ ਸਕਦਾ ਔਰ ਐਡੀਸੀ ਨਿਕਲ ਨਹੀਂ ਸਕਦਾ ਬਾਹਰ ਹਾਂਜੀ ਫਿਰ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਤੂੰ ਫੌਜ ਦਾ ਟੈਲੀਫੋਨ ਯੂਜ਼ ਕਰ ਲੈ ਮੈਂ ਕਿਹਾ ਫੌਜ ਦਾ ਟੈਲੀਫੋਨ ਤਾਂ ਤੁਹਾਡੇ ਨਾਲ ਹੀ ਗੱਲ ਹੋਊ ਨਾ ਹਾਂਜੀ ਕਹਿੰਦੇ ਸੀ ਤੁਹਾਡੇ ਫੌਜ ਦਾ ਫੋਨ ਲਾ ਦਿੰਨੇ ਆ ਉਹ ਕਹਿੰਦਾ 2-3 ਦਿਨ ਤਾਂ ਸਹਿਣਾ ਪੈਣਾ ਹੈ ਦਾ ਓਨਲੀ ਮੋਡ ਆਫ ਕਮਿਊਨੀਕੇਸ਼ਨ ਵਾਸ ਥਰੂ ਪੁਲਿਸ ਵਾਇਰਲੈਸ ਮੈਸੇਜ ਉਹ ਮੈਂ ਭੇਜਦਾ ਰਿਹਾ ਰੈਗੂਲਰਲੀ ਤਾਂ ਕਿ ਗਵਰਨਮੈਂਟ ਨੂੰ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਜਾਵੇ ਹਾਂਜੀ ਤੇ ਉਹਨਾਂ ਨੂੰ ਡਿਟੇਲਸ ਜਿਹੜੇ ਨੇ ਮਿਲਦੇ ਰਹਿ ਅਰੇ ਮੈਂ ਸਾਰਾ ਡਿਟੇਲਡ ਬਿਆਨ ਕੀਤਾ ਹੈ ਕਿਤਾਬ ਦੇ ਵਿੱਚ ਜਿਹੜਾ ਹੈਗਾ ਇਹ ਫੈਕਟਸ ਜਿਹੜੇ ਨੇਗੇ ਹਾਂਜੀ ਤੋਂ ਸਟੇਟ ਗਵਰਨਮੈਂਟ ਵੀ ਇੱਥੇ ਇੱਕ ਤਰ੍ਹਾਂ ਦੀ ਸਸਪੈਂਡਡ ਐਨੀਮੇਸ਼ਨ ਸੀਗਾ ਮੈਂ ਇਹ ਕਹੂੰਗਾ ਕਿਉਂਕਿ ਪੁਨੀ ਸਾਹਿਬ ਅ ਦਸਤਕਤ ਕਰਕੇ ਉਹ ਇੱਕ ਤਰ੍ਹਾਂ ਦੀ ਰੋਸ ਜਿਹਾ ਸੀ ਉਹਨਾਂ ਨੂੰ ਹੈ ਜੀ ਸੋ ਉਹ ਬਾਅਦ ਛੁੱਟੀ ਪ੍ਰਸੀਡ ਕਰ ਗਏ ਪੁਨੀ ਸਾਹਿਬ ਛੱਡ ਗਏ ਪੁਨੀ ਛੱਡ ਗਏ ਅਮਰੀਕ ਸਿੰਘ ਪੁਨੀ ਸਾਹਿਬ ਅਮਰੀਕ ਸਿੰਘ ਪੁਨੀ ਹੈ ਜੀ ਉਦੋਂ ਉਹਨਾਂ ਦੀ ਡਿਜ਼ਾਈਗਨੇਸ਼ਨ ਸੀ ਪ੍ਰਿੰਸੀਪਲ ਸੈਕਟਰੀ ਹੋਮ ਹੈ ਜੀ ਤੇ ਉਹ ਵੀ ਮਤਲਬ ਇੱਕ ਤਰ੍ਹਾਂ ਡਿਫੰਕਟ ਹੋ ਗਿਆ ਹੋਮ ਸੈਕਟਰੀ ਹੋਮ ਸੈਕਟਰੀ ਹੀ ਡਿਫੰਕਟ ਹੋ ਗਿਆ ਜਲੰਧਰ ਕਮਿਸ਼ਨਰ ਸੀਗੇ ਰਤਨ ਸਾਹਿਬ ਰਤਨ ਸਾਹਿਬ ਅਡੀਸ਼ਨਲ ਕਮਿਸ਼ਨਰ ਸੀਗੇ ਕਮਿਸ਼ਨਰ ਅਪੀਲ ਸੀਗੇ ਇਹ ਬਣ ਗਏ ਸੀ ਕਮਿਸ਼ਨਰ ਬਿਕੋਜ਼ ਉਹ ਸਡਨਲੀ ਦਿਨੇਸ਼ ਚੰਦਰ ਜੀ ਜਿਹੜੇ ਮੇਨ ਕਮਿਸ਼ਨਰ ਸੀ ਉਹ ਵੀ ਛੁੱਟੀ ਭੱਜ ਗਏ ਚਲੇ ਸੌਰੀ ਆਈ ऍम नॉट ਯੂজিং ਦ ਵਰਡ ਰੋਂਗ ਵਰਡ ਭੱਜ ਨਹੀਂ ਕੇ ਛੁੱਟੀ ਲੈ ਕੇ ਗਏ ਹਾਂਜੀ ਉਹ ਵੀ ਚਲੇ ਗਏ ਸੋ ਕਮਿਸ਼ਨਰ ਵੀ ਹੈ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਸੀ ਵੀ ਰਤਨ ਸਾਹਿਬ ਕਮਿਸ਼ਨਰ ਲੱਗੇ ਨੇਗੇ ਉਦੋਂ ਹਾਂਜੀ ਉਹ ਤਾਂ ਫੇਰ ਬਾਅਦ ਚ 7 ਤਰੀਕ ਨੂੰ ਜਿਹੜਾ ਹੈਗਾ ਜਾ ਕੇ ਕੇ ਡੀ ਵਾਸੂਦੇਵਾ ਸਾਹਿਬ ਤੇ ਭਿੰਡਰ ਹੁੰਦੇ ਸੀਗੇ ਉਦੋਂ ਆਈਜੀ ਪੁਲਿਸ ਹੁੰਦਾ ਸੀ ਡੀਜੀ ਨਹੀਂ ਸੀ ਉਹ ਪੰਜਾਬ ਪੁਲਿਸ ਦੇ ਹੈਡ ਸੀਗੇ ਉਹਨਾਂ ਦਾ ਵਾਇਰਲੈਸ ਮੈਸੇਜ ਆਇਆ ਵੀ ਅਸੀਂ ਆ ਰਹੇ ਹਾਂ ਤੇ ਇਧਰੋਂ ਰਤਨ ਸਾਹਿਬ ਦਾ ਮੈਨੂੰ ਵਾਇਰਲੈਸ ਮੈਸੇਜ ਆਇਆ ਵੀ ਮੈਂ ਵੀ ਆ ਰਿਹਾ ਹਾਂ ਚੀਫ ਸੈਕਟਰੀ ਆ ਰਿਹਾ ਹੈਗਾ ਹਾਂਜੀ ਤੇ ਪਹੁੰਚੇ ਤੇ ਪਤਾ ਲੱਗਿਆ ਵੀ ਰਤਨ ਸਾਹਿਬ ਹੁਣ ਤੋਂ ਕਮਿਸ਼ਨਰ ਨੇਗੇ ਤੇ ਉਹ ਚਲੋ ਫਿਰ ਉਹ ਤਾਂ ਡਿਵੈਲਪਮੈਂਟ ਸਿਟੀ ਦੀਆਂ ਨੇ ਬਾਤ ਦੀਆਂ ਨੇਗੇ ਤੋਂ ਡਾਕਟਰ ਜਿਹੜਾ ਸਿਵਲ ਐਡਮਿਨ ਸਟ੍ਰੇਸ਼ਨ ਸੀ ਉਹਦੀ ਕੋਈ ਮਤਲਬ ਇਤਰਾਜ਼ ਸੀ ਆਰਮੀ ਨਾਲ ਜਾਂ ਇਤਰਾਜ਼ ਕਰਨ ਦਾ ਕੋਈ मीनिंग ਹੀ ਨਹੀਂ ਸੀ ਕਿ ਤਰੀਕਾ ਠੀਕ ਨਹੀਂ ਹੈ ਜਾਂ ਅਸੀਂ ਉਰੇ ਪੰਜਾਬ 'ਚ ਬੈਠੇ ਆਂ ਫਿਰ ਸਾਡਾ मीनिंग ਕੀ ਹੈਗਾ ਜਾਂ ਇੱਕ ਫੈਡਰਲ ਰਾਈਟ ਹੁੰਦੇ ਨੇ ਕਿਸੇ ਸਟੇਟ ਦੇ ਉਹ ਕਿਸੇ ਫੈਡਰਲ ਰਾਈਟ ਬਾਰੇ ਕਿਸੇ ਬਾਰੇ ਕੋਈ ਗੱਲ ਹੋਈ ਜਾਂ ਨਹੀਂ ਨਹੀਂ ਉਹ ਚੀਜ਼ ਤਾਂ ਹੁਣ ਜੇ ਤੁਹਾਨੂੰ ਕੋਈ ਪੁੱਛੇ ਕੋਈ ਮੌਕਾ ਦੇਵੇ ਗੱਲ ਕਰਨ ਦਾ ਕੋਈ ਕਮਿਊਨੀਕੇਸ਼ਨ ਹੀ ਨਹੀਂ ਸੀਗਾ ਜਿਹੜਾ ਸਿਰਫ ਓਨਲੀ ਕਮਿਊਨੀਕੇਸ਼ਨ ਵਾਸ ਮੀਟਿੰਗ ਸੀ ਬਸ ਉਹਦੇ 'ਚ ਉਹਦੇ 'ਚ ਤਾਂ ਮੇਰੀ ਕੋਈ ਆਫੀਸ਼ੀਅਲ ਪੋਜੀਸ਼ਨ ਹੀ ਨਹੀਂ ਸੀ ਕਿਉਂ ਆਈ ਵਾਸ ਨਾਟ ਡਿਸਟ੍ਰਿਕਟ ਮਜਿਸਟਰੇਟ आई वाज डेसिग्नेटेड टू टेक चार्ज वो गुरदेव सिंह बराड़ हाजिर ਸੀਗੇ ਹੈ ਜੀ 4 ਤਰੀਕ ਨੂੰ ਮੈਂ ਆ ਗਿਆਗਾ 4 ਤਰੀਕ ਨੂੰ ਉਹਨੇ ਸਾਨੂੰ ਇਹ ਨਹੀਂ ਸ਼ੇਅਰ ਕੀਤਾ ਕਿ ਕੀ ਪਲਾਨ ਹੈ ਕੀ ਐਕਸ਼ਨ ਹੋਣਾ ਹੈਗਾ ਹੈ ਜੀ ਐਨਾ ਜ਼ਰੂਰ बराड़ ਸਾਹਿਬ ਨੇ 3 ਤਰੀਕ ਨੂੰ ਦੱਸਤਾ ਸੀ ਜਰਨਲ ਸਾਹਿਬ ਨੇ ਕਿ ਆਰਮੀ ਆ ਗਈ ਹੈ ਤੇ ਸਾਡਾ ਟਾਸਕ ਇਹ ਹੈ ਕਿ ਅਸੀਂ ਮਿਲਟੈਂਟਸ ਨੂੰ ਕਲੀਅਰ ਕਰਨਾ ਹੈਗਾ ਦਰਬਾਰ ਸਾਹਿਬ ਤੋਂ ਅੱਛਾ ਮੈਂ ਇੱਕ ਸਵਾਲ ਕਰਦਾ ਤੁਸੀਂ ਕੋਈ ਬੰਦਾ ਜੌਬ ਕਰਦਾਗਾ ਕੋਈ ਵੀ ਬੰਦਾ ਨੌਕਰੀ 'ਚ ਹੁੰਦਾਗਾ ਇੱਕ ਇੱਕ ਜ਼ਿੰਮੇਵਾਰੀ ਹੈਗੀ ਕਨਸਟੀਟਿਊਸ਼ਨ ਆ ਇੱਕ ਪੂਰੇ ਦਾ ਪੂਰਾ ਸਿਸਟਮ ਆ ਜਿਹਦੇ ਮੁਤਾਬਕ ਤੁਸੀਂ ਚੱਲਣਾ ਹੁੰਦਾਗਾ ਤੁਸੀਂ ਇੱਕ ਅਫਸਰ ਹੁੰਨੇ ਹੋ ਪਰ ਤੁਹਾਡੀ ਇੱਕ ਪਛਾਣ ਹੁੰਦੀ ਆ ਤੁਹਾਡਾ ਇੱਕ ਇਤਿਹਾਸ ਹੁੰਦਾ ਤੁਸੀਂ ਸਿੱਖ ਸੀਗੇ ਸਿੱਖਾਂ ਦੇ ਘਰੇ ਜੰਮੇ ਤੁਹਾਨੂੰ ਕਿਵੇਂ ਲੱਗੀ ਉਹ ਗੱਲ ਐਜ਼ ਐਜ਼ ਅ ਸਿੱਖ ਤੁਹਾਨੂੰ ਕਿਵੇਂ ਲੱਗੀ ਦੇਖੋ ਇਸ ਤਰ੍ਹਾਂ ਉਦੋਂ ਤਾਂ ਐਂਟੀਸਿਪੇਟ ਹੀ ਨਹੀਂ ਸੀ ਕੀਤਾ ਜਿਹੜਾ ਹੈਗਾ ਕਿ ਆਹ ਕੁਝ ਹੋਊਗਾ ਸੱਚੀ ਗੱਲ ਐ ਮੈਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਅੰਦਾਜ਼ਾ ਨਹੀਂ ਸੀ ਨਹੀਂ ਕੋਈ ਅੰਦਾਜ਼ਾ ਨਹੀਂ ਸੀ ਇੱਕ ਹੀ ਰੂਪ ਪਤਾ ਸੀ ਮੈਂ ਤਾਂ ਟੈਂਕ ਲੈ ਜਾਣਗੇ ਮੀਟਿੰਗ ਜਿਹੜਾ ਸਾਨੂੰ ਉਹਨਾਂ ਨੇ ਇਮਪ੍ਰੈਸ਼ਨ ਦਿੱਤਾ ਔਰ ਇਸ ਇਮਪ੍ਰੈਸ਼ਨ ਨੂੰ ਹਾਲਾਂਕਿ ਐਮਪੀਐਸ ਔਰਕਨੇਵੀ ਕੰਟੈਸਟ ਕੀਤਾ ਪੰਡਿਤ ਹਰਜੀਤ ਸਿੰਘ ਐਸਪੀਸੀਆਈਡੀ ਸੀ ਉਹਨਾਂ ਨੇ ਵੀ ਕਿਹਾ ਤੂੰ ਤੁਹਾਡੀ ਅਸੈਸਮੈਂਟ ਗਲਤ ਹੈ ਅਸੈਸਮੈਂਟ ਗਲਤ ਹੈ ਪੰਦੀਰ ਸਾਹਿਬ ਨੇ ਵੀ ਕਿਹਾ ਪਟੇਰ ਸਾਹਿਬ ਨੇ ਤਾਂ ਸਿਰਫ ਉਸ ਲਿਮਟਡ ਇਸ਼ੂ ਦੇ ਉੱਤੇ ਹੀ ਆਬਜੈਕਸ਼ਨ ਲਈ ਸੀਗੀ ਕਿ ਫਾਇਰਿੰਗ ਜਿਹੜੀ ਹੈਗੀ ਹੈ ਕਰਦੀਆਂ ਤਾਂ ਤਾਂ ਕਰੂੰਗਾ ਜੇ ਮੇਰੇ ਤੇ ਫਾਇਰ ਆਊਗਾ ਤੇ ਜੇ ਤੁਸੀਂ ਚਾਹੋ ਨੀਓ ਵੈਸੇ ਹੀ ਫਾਇਰ ਕਰਾ ਲਓ ਮੇਰੇ ਤੋਂ ਤਾਂ ਮੈਨੂੰ ਲਿਖ ਕੇ ਆਰਡਰ ਦਿਓ इस इशू से लिमिटेड इशू से और तो कोई डिस्कशन नहीं ऐसी फौज की कि अंदर जावे चारों पासे घेरा पाके मिलीटेंट जगे अपने आप सरेंडर कर देनेसैप्शन पंडित हरजीत उन्होंने पहला होगा वह फाइट करेंगे थोड़े एम पी एस ओलक ने भी एंडोर्स की गई ਕਿ ਇਹ ਨੈਕਸਪੈਕਟ ਕਰਿਓ ਕਿ ਤੁਸੀਂ ਜਾਓਗੇ ਤੇ ਉਹ ਸਰਿੰਡਰ ਕਰ ਦੇਣਗੇ ਸਾਨੂੰ ਤਾਂ ਬਲਕਿ ਜਨਰਲ ਦਿਹਾਲ ਕਹਿੰਦੇ ਸੀ 1 ਵਜੇ ਤੱਕ ਅਸੀਂ ਬਿਜਲੀ ਜਿਹੜੀ ਹੈਗੀ ਰਿਸਟੋਰ ਕਰ ਦਾਂਗੇ ਹੈ ਜੀ ਇਹ ਇਹ ਇਨਸੀਡੈਂਟ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਦਾ ਚਾਰ ਨਿਕਲ ਗਈ ਸਾਨੂੰ ਨਹੀਂ ਸੀ ਪਤਾ ਇਹ ਫੈਸਲਾ ਹੋਇਆ ਕਿ ਦਰਬਾਰ ਸਾਹਿਬ ਦੇ ਇਰਤ ਦੇ ਜਿੰਨੀ ਪ੍ਰਾਈਵੇਟ ਘਰ ਨੇਗੇ ਉਤੋਂ ਪੋਪੂਲੇਸ਼ਨ ਨੂੰ ਇਵੈਕੂਏਟ ਕੀਤਾ ਜਾਏਗਾ ਮਿਲਟੈਂਟਸ ਨੂੰ ਵਾਰਨਿੰਗ ਦਿੱਤੀ ਜਾਏਗੀ ਹੈ ਜੀ ਤੇ ਅ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀਆਂ ਕਹਿੰਦੇ ਉਹ ਸੁਣੀ ਹੀ ਨਹੀਂ ਕਿਸੇ ਨੂੰ ਤਾਂ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਜੀ ਜਿਹੜੀ ਫੌਜ ਵੱਲੋਂ ਵਾਰਨਿੰਗ ਕੋਈ ਨਹੀਂ ਦਿੱਤੀ ਗਈ ਮੈਂ ਆਮ ਕਮਿੰਗ ਟੂ ਥੈਟ ਤਾਂ ਮੈਨੂੰ ਕਿਹਾ ਗਿਆ ਕਿ ਤੁਸੀਂ ਬੱਸ ਅਰੇਂਜ ਕਰੋ 4 ਤਰੀਕ ਨੂੰ ਇਸ ਮੈਂ ਰੋਡ ਵੇਜ ਦੀਆਂ ਬੱਸੇਜ਼ ਲਾਈਨ ਅਪ ਕਰ ਲੀਆਂ ਕਿਉਂਕਿ ਇਸ ਤਰ੍ਹਾਂ ਨਾ ਤੁਸੀਂ ਗੂਗਲ ਕਰੋ ਦਰਬਾਰ ਸਾਹਿਬ ਦੀ ਉੱਪਰੋਂ ਅਸਮਾਨ ਤੋਂ ਫੋਟੋ ਹੈ ਜੀ ਤੁਸੀਂ ਦੇਖੋਗੇ ਵੀ ਅਕਾਲ ਤਖਤ ਸਾਹਿਬ ਦੀ ਦੀਵਾਰ ਦੇ ਨਾਲ ਜਿਹੜੇ ਨੇਗੇ ਉਹ ਦੁਕਾਨਾਂ ਤੇ ਘਰ ਟੱਚ ਕਰਦੇ ਸੀਗੇ ਇਹ ਤੇ ਬਾਅਦ ਚ ਗਲਿਆਰਾ ਸਕੀਮ ਬਣੀ ਉਹ ਪ੍ਰਾਪਰਟੀਆਂ ਐਕਵਾਇਰ ਹੋ ਗਈਆਂ ਉਹਨਾਂ ਨੂੰ ਡਿਬਾਲਿਸ਼ ਕੀਤਾ ਗਿਆ ਦਰਖਤ ਲਾ ਦਿੱਤੇ ਗਏ ਹੁਣ ਤੁਹਾਨੂੰ ਗ੍ਰੀਨ ਪੈਚ ਨਜ਼ਰ ਆਉਂਦਾ ਥੋੜਾ ਜਿਹਾ ਦਰਬਾਰ ਸਾਹਿਬ ਦੇਰ ਦੇ ਅਦਰਵਾਇਜ਼ origignal ਜੋ ਦਰਬਾਰ ਸਾਹਿਬ ਨਾਲ ਘਰ ਬਿਲਕੁਲ ਨਾਲ ਬਿਲਕੁਲ ਘਰ ਦੀਵਾਰਾਂ ਦੇ ਨਾਲ ਲੱਗਦੇ ਸੀਗੇ ਗਲੀ ਸੀ ਬਾਬਾ ਚਾਰਕ ਫੁੱਟ ਦੀ ਜਿਹੜੀ ਹੈ ਸਿਰਫ ਤੋਂ ਇਹ ਪੁਆਇੰਟ ਰੇਸ ਹੋਇਆ ਉੱਥੇ ਡਿਸਕਸ ਹੋਇਆ ਕਿ ਜਦ ਤੁਸੀਂ ਜਾਓਗੇ ਅੰਦਰ ਸਿਵਲਰ ਪੋਪੂਲੇਸ਼ਨ ਨੂੰ ਐਕਿਊਏਟ ਕਰੋ ਅਰ ਉਹ ਐਗਰੀ ਕੀਤਾ ਜਨਰਲ ਸਾਹਿਬ ਨੇ ਬਰਾਡ ਨੇ ਹੈ ਜੀ ਬਸ ਅਰੇਂਜ ਕਰਨ ਦੀ ਡਿਊਟੀ ਲੱਗ ਗਈ ਉਹ 4 ਤਰੀਕ ਨੂੰ ਉਹਨਾਂ ਨੇ ਘੇਰਾ ਪਾਇਆ ਸੀ ਤੈਨੂੰ ਤੋਂ ਹੀ ਜਿਹੜਾ ਹੈਗਾ ਐਕਸਚੇਂਜ ਆਫ ਫਾਇਰ ਹੋ ਗਿਆ ਐਕਸਚੇਂਜ ਆਫ ਫਾਇਰ ਹੋਣ ਦੇ ਵਿੱਚ ਉਹ ਐਕਸਲਰੇਟ ਮੈਨੂੰ ਵੱਧ ਗਿਆ ਹੈ ਜੀ ਤੇ 5 ਤਰੀਕ ਨੂੰ ਅਸੀਂ ਬੈਠੇ ਸੀਗੇ ਬੈ ਸੀ ਐਮਪੀਐਸ ਆਲਕਸੀ ਪੰਡਤ ਹਰਜੀਤ ਸਿੰਘ ਸੀਗੇ ਅਪਾਰ ਸਿੰਘ ਬਾਜਵਾਹਕ ਡੀਐਸਪੀ ਹੁੰਦਾ ਸੀ ਸਿਟੀ ਉੱਥੇ ਉਹ ਸੀਗੇ ਅਸੀਂ ਐਸਪੀ ਸਿਟੀ ਦੇ ਸੀਆਈਡੀ ਦੇ ਦਫ਼ਤਰ ਬੈਠੇ ਸੀ ਉੱਥੇ ਕਤਵਾਲੀ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਹੈ ਜੀ ਉੱਥੇ ਉਹਨਾਂ ਦਾ ਦਫ਼ਤਰ ਸੀ ਕਿਉਂਕਿ ਦਰਬਾਰ ਸਾਹਿਬ ਤੋਂ ਹਾਰਡਲੀ ਤਰਨਖੋਆ ਚ ਤਹੀ ਹੈ ਉਹ ਵਰਚੁਅਲ ਸਾਡਾ ਇੱਕ ਤਰ੍ਹਾਂ ਦਾ ਡੇ ਟਾਈਮ ਦਫ਼ਤਰ ਤਾਂ ਇਹ ਨਹੀਂ ਕਿ ਕਿਸ ਬੰਦ ਸੀਗੇ ਦਫ਼ਤਰ ਤਾਂ ਜਾ ਹੀ ਨਹੀਂ ਸਕਦੇ ਤੁਸੀਂ ਹਾਂਜੀ ਤਾਂ ਉੱਥੇ ਫਿਰ ਕਰਨਲ ਫਰਨੈਂਡਸ ਸੀਗੇ ਬਾਅਦ ਲੈਫਟੇਡ ਜਰਨਲ ਬਣਨੇ ਹੋ ਉਹ ਆਏ ਤੇ ਉਹਨਾਂ ਨੇ ਕਿਹਾ ਵੀ ਅੱਜ ਰਾਤ ਅਸੀਂ ਐਕਸ਼ਨ ਕਰਨਾ ਦਰਬਾਰ ਸਾਹਿਬ ਜਾਣਾ ਹੈ ਤੇ ਉੱਥੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਉਹ ਪੋਪੂਲੇਸ਼ਨ ਏਵੈਕੂਏਟ ਕਰਨੀ ਸੀਗੀ ਜਿਹੜੀ ਹੈਗੀ ਹੈ ਇਹਦੇ ਨਾਲ ਨੇਗੋਸ਼ੀਏਸ਼ਨ ਕੋਈ ਇਹਨਾਂ ਨੂੰ ਕੋਈ ਵਾਰਨਿੰਗ ਜਿਹੜੀ ਹੈਗੀ ਹੈ ਤੁਸੀਂ ਜਿਹੜਾ ਫਿਰ ਉਹ ਕਹਿੰਦੇ ਅੱਛਾ ਮੈਂ ਹੈੱਡਕੁਆਰਟਰ ਨਾਲ ਗੱਲ ਕਰਦਾ ਉਹਨਾਂ ਨੇ ਕੀਤੀ ਟੈਲੀਫੋਨ ਉਹਨਾਂ ਲਾਈਨਾਂ ਨੂੰ ਸਾਰੀਆਂ ਬੰਦ ਸੀ ਗਿਆ ਮੈਂ ਕਿਹਾ ਟੈਲੀਫੋਨ ਰਿਸਟੋਰ ਕਰੋ ਤਾਂ ਕਿ ਅੰਦਰ ਗੱਲ ਕਰ ਸਗੀ ਇਹ ਕਾਲ ਤੱਕ ਤੇ ਅੰਦਰ ਜਿਹੜਾ ਹੈਗਾ ਕਿਸੇ ਨਾਲ ਉਹਨਾਂ ਨੇ ਥੋੜੀ ਦੇਰ ਬਾਅਦ ਕਿਹਾ ਕਿ ਅਟੈਂਪਟਸ ਹੈ ਫੇਲ ਟੂ ਰਿਸਟੋਰ ਦ ਟੈਲੀਫੋਨ ਲਾਈਨਸ ਹਾਂਜੀ ਤੋ ਉਸ ਸਟੇਜ ਦੇ ਉੱਤੇ ਕਿਉਂਕਿ ਮੈਂ ਤਾਂ ਬਿਲਕੁਲ ਨਵਾਂ ਸੀਗਾ ਇੱਕ ਇੱਕ ਦਿਨ ਹੀ ਪਾ ਲਓ 4 ਤਰੀਕ ਦੀ ਉਹ ਗੱਲ ਹੈ 4 ਤਰੀਕ ਨੂੰ ਹੀ ਚਾਰਜ ਲਿਆ ਸੀਗਾ ਮੈਨੂੰ ਪਤਾ ਹੀ ਨਹੀਂ ਸੀ ਸਾਰਾ ਕੁਝ ਤਾਂ ਪੰਡਤ 17 ਹਰਜੀਤ ਸਿੰਘ ਨੇ ਕਿਹਾ ਕਿ ਜੀ ਇਸ ਤਰ੍ਹਾਂ ਆਪਾਂ ਤਾਂ ਜਾ ਨਹੀਂ ਸਕਦੇ ਅੰਦਰ ਪਤਾ ਨਹੀਂ ਕਿਹੜਾ ਗੋਲੀ ਮਾਰਦੇ ਵੀ ਡਾਕਟਰ ਬਲਦੇਵ ਸਿੰਘ ਹੈਗਾ ਉਹ ਐਸਜੀਪੀਸੀ ਗੁਰੂ ਰਾਮਦਾਸ ਹਸਪੀਟਲ ਦੇ ਇੰਚਾਰਜ ਸੀਗੇ ਮੈਡੀਕਲ ਕਾਲਜ ਅਬਰਸਰ ਦੇ ਪ੍ਰੋਫੈਸਰ ਸੀ ਉਹ ਡੈਪੂਟੇਸ਼ਨ ਤੇ ਆਏ ਹੋਏ ਸੀਗੇ ਵੀ ਉਹ ਸੰਤ ਪਿੰਡਰਾਵਾਲੇ ਦੇ ਵੀ ਫਿਜ਼ੀਸ਼ੀਨ ਨੇਗੇ ਲੋਂਗੋਵਾਲ ਦੇ ਵੀ ਫਿਜ਼ੀਸ਼ੀਨ ਨੇ ਤੌੜਾ ਸਾਹ ਦੇ ਵੀ ਫਿਜ਼ੀਸ਼ੀਨ ਨੇ ਆਪਾ ਉਹਨਾਂ ਨੂੰ ਪਰਸਵੇਡ ਕਰਕੇ ਅੰਦਰ ਭੇਜਿਓ ਵੀ ਤੁਸੀਂ ਜਾ ਕੇ ਪਰਸਵੇਡ ਕਰਕੇ ਉਹਨਾਂ ਨੂੰ ਲਿਆਓ ਗੱਲ ਕਰੋ ਗੱਲ ਕਰੋ ਜਿਹੜਾ ਆਲੈਕਸ ਸਾਹਿਬ ਨੇ ਵੀ ਐਂਡੋਰਸ ਕੀਤੀ ਹੈ ਗੱਲ ਕਿ लेट्स ਅਟੈਂਪਟ ਦਿਸ ਸੋ ਅਸੀਂ ਚਾਰੋਂ ਮੇਰੀ ਗੱਡੀ 'ਚ ਬਹਿ ਕੇ ਅਸੀਂ ਉਹ ਉੱਥੋਂ ਨਿਕਲ ਕੇ ਜਿਹੜੀ ਵਾਰਡ ਸਿਟੀ ਦੇ ਇਰਤੇਗਿਰਦ ਰਿੰਗ ਰੋਡ ਹੈ ਉਹਦੇ ਤੇ ਜਾਣ ਲੱਗੇ ਤੇ ਅੱਗੇ CRPF ਨੇ ਰੋਕ ਲਿਆ ਸਾਨੂੰ ਕਿ ਜੀ ਟੈਂਕ ਫਾਇਰ ਕਰ ਰਹੇ ਨੇ ਤੁਸੀਂ ਅੱਗੇ ਨਹੀਂ ਜਾ ਸਕਦੇ

ਉੱਥੇ ਜਨਰਲ ਬਰਾਡ ਵੀ ਸੀ ਜਨਰਲ ਦਿਆਲ ਵੀ ਸੀਗੇ ਉਹਨਾਂ ਨੂੰ ਕਿਹਾ ਤੁਸੀਂ ਕੀ ਕਰ ਰਹੇ ਹੋਗੇ ਪਾਪੂਲੇਸ਼ਨ ਕੱਢੀ ਨਹੀਂ ਗਈ ਕੋਈ ਐਫਰਟ ਹੋਇਆ ਨਹੀਂਗਾ ਉਹ ਕਹਿੰਦੇ ਵੀ ਐਦਾਂ ਇਹ ਤਾਂ ਆਪਰੇਸ਼ਨ ਦੋ ਘੰਟਿਆਂ ਵਿੱਚ ਮੁੱਕ ਜਾਊਗਾ ਡੋਨਟ ਵਰੀ ਅਬਾਊਟ ਇਟ 1 ਵਜੇ ਤੱਕ ਅਸੀਂ ਲਾਈਟ ਆਫ ਔਨ ਕਰ ਦਾਂਗੇ ਦੁਆਰਾ ਹੈ ਜੀ ਤੇ ਵਾਰਨਿੰਗ ਦਾ ਵਾਰਨਿੰਗ ਦਾ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਕਰ ਲਓ ਡੀਸਾ ਵਾਰਨਿੰਗ ਜਿਹੜੀ ਇਹਨਾਂ ਨੂੰ ਤੇ ਅਸੀਂ ਫਾਇਰਿੰਗ ਆਪਣੇ ਵੱਲੋਂ ਬੰਦ ਕਰ ਦਿੰਦੇ ਆ ਤੇ ਤੁਸੀਂ ਅਨਾਉਂਸ ਕਰ ਦਿਓ ਆਪੇ ਉਹ ਬੰਦ ਕਰ ਦੇਣੀ ਇਹ ਫਾਇਰਿੰਗ ਉਹ ਵੀ ਜਿਹੜਾ ਇਹ ਕੋਈ ਸ਼ਾਮ ਦਾ ਟਾਈਮ ਸੀ ਕਿਤਾਬ ਮੈਂ ਐਗਜ਼ੈਕਟ ਟਾਈਮ ਮੈਂਸ਼ਨ ਕੀਤਾ ਹੈਗਾ ਤੇ ਪਬਲਿਕ ਰਿਲੇਸ਼ਨ ਦੀ ਵੈਨ ਨਾ ਉੱਥੇ ਕੁਤਵਾਲੀ ਖੜੀ ਹੋ ਰਹੀਦੀ ਸਾਡੀ 24 ਘੰਟੇ ਕੋਈ ਪਤਾ ਨਹੀਂ ਕਦੋਂ ਕਰਫਿਊ ਲਾਉਣ ਲੱਗ ਜਾਉਣ ਦੀ ਲੋੜ ਪੈ ਜੇ ਅੰਮ੍ਰਿਤਸਰ ਲੱਗਦਾ ਹੀ ਹੁੰਦਾ ਸੀ ਐ ਹਾਲਾਤ ਐਸੇ ਹੋਏ ਹੋਏ ਸੀਗੇ ਸੋ ਉੱਥੇ ਫਿਰ ਬੈਠਿਆ ਰਹੇ ਅਸੀਂ ਪੰਜਾਬੀ ਚ ਇੱਕ ਅਨਾਉਂਸਮੈਂਟ ਲਿਖੀ ਤੇ ਉਹ ਪਬਲਿਕ ਰਿਲੇਸ਼ਨ ਵਾਲਿਆਂ ਨੂੰ ਦਿੱਤੀ ਅਸੀਂ ਉਹਨਾਂ ਨੂੰ ਕਿਹਾ ਕਰਨਲ ਫਰਨਾਂਡਸ ਨੂੰ ਕਿ ਤੁਸੀਂ ਅਨਾਉਂਸਮੈਂਟ ਕਰੋ ਆਪਣੀ ਆਰਮਡ ਵਾਹਨ ਦੇ ਵਿੱਚ ਜਾ ਕੇ ਤਾਂ ਕਿ ਨੇੜੇ ਜਾ ਕੇ ਤੱਕ ਪਹੁੰਚ ਕੇ ਸੁਣੇ ਜਿਹੜੀ ਹੈ ਉਹ ਕਹਿੰਦੇ ਨਹੀਂ ਜੇ ਤੁਸੀਂ ਕਰਨੀਆਂ ਕਰ ਲੋ ਸਾਡੇ ਵੱਲੋਂ ਕੋਈ ਅਨਾਉਂਸਮੈਂਟ ਨਹੀਂ ਹੈ ਸੋ ਉਹ ਅਨਾਉਂਸਮੈਂਟ ਜਿਹੜੀ ਸੀ ਪਬਲਿਕ ਰਿਲੇਸ਼ਨ ਵਾਲਿਆਂ ਨੇ ਕੀਤੀ ਜਿਹਨੇ ਬਾਹਰ ਹੁਣਾ ਆ ਜਾ ਹਾਂ ਉਹ ਕੋਈ ਵਾਰਨਿੰਗ ਨਹੀਂ ਸੀ ਇਟ ਵਾਸ ਮੋਰ ਆਫ ਅ ਬੇਨਤੀ ਉਹ ਐਗਜ਼ੈਕਟ ਲੈਂਗੁਏਜ ਮੈਂ ਕਿਤਾਬ ਦੇ ਵਿੱਚ ਲਿਖੀ ਆਵੇ ਕੀ ਕੀ ਸ਼ਬਦ ਵਰਤੇ ਗਏ ਜਿਹੜੇ ਨੇਗੇ ਤੇ ਉਹ ਉਹਨੇ ਚਾਰ ਪੰਜ ਵਾਰ ਅਨਾਉਂਸਮੈਂਟ ਕੀਤੀ ਘਾਂਟਾ ਘਰ ਵਾਲੇ ਸਾਈਡ ਤੇ ਵੀ ਇਧਰ ਸਰਾਏ ਵਾਲੇ ਸਾਈਡ ਤੇ ਵੀ ਜਾ ਕੇ ਜਿਹੜਾ ਹੈ ਲੇਕਿਨ ਉਹ ਜ਼ਿਆਦਾ ਨਜ਼ਦੀਕ ਨਹੀਂ ਗਿਆ ਕਿਉਂਕਿ ਉਹਨੂੰ ਵੀ ਡਰ ਸੀ ਕਿ ਗੋਲੀਆਂ ਨਾ ਮਾਰਨ ਦੇਣ ਹੈ ਜੀ ਔਰ ਇਨ ਦਾ ਮੀਨ ਟਾਈਮ ਜਦ ਫਾਇਰਿੰਗ ਰੁਕ ਗਈ ਦੋਨੋਂ ਸਾਈਡ ਤੋਂ ਅਦਰੋਂ ਦਰਬਾਰ ਸਾਹਿਬ ਤੋਂ ਕੀਰਤਨ ਸ਼ੁਰੂ ਹੋ ਗਿਆ ਵਾਹੀ ਨਹੀਂ ਸੁਣੀ ਹੈ ਜੀ ਤਾਂ ਉਹ ਵੀ ਨਹੀਂ ਸੁਣੀ ਗਈ ਜਿਹੜੀ ਹੈ ਪਰ ਫਿਰ ਵੀ ਬੰਦੇ ਆ ਗਏ ਕੋਈ ਇੱਕ ਮੈਨੂੰ ਐਗਜ਼ੈਕਟ ਆਫ ਹੈਂਡ ਯਾਦ ਨਹੀਂ 129 30 ਬੰਦੇ ਜਿਹੜੇ ਸੀਗੇ ਉਹ ਦੋਨੋਂ ਪਾਸਿਆਂ ਤੋਂ ਨੇ ਸਰਾਹਵਾਲੇ ਜੁਨੇ ਆਏ ਸੀ ਬੇਹਤੂ ਨਹੀਂ ਆਏ ਬਾਹਰ ਆ ਗਏ ਉਹਨਾਂ ਨੂੰ ਅਸੀਂ ਪੁੱਛਿਆ ਉਹ ਕਹਿੰਦੇ ਜੀ ਹਾਂ ਬੰਦੇ ਤਾਂ ਹੋਰ ਵੀ ਆਉਣ ਨੂੰ ਤਿਆਰ ਨਹੀਂ ਡਰਦੇ ਨਹੀਂ ਆਉਂਦੇ ਫਿਰ ਅਸੀਂ ਫੌਜ ਵਾਲਿਆਂ ਨੂੰ ਕਿਹਾ ਵੀ ਐਕਸਟੈਂਡ ਕਰੋ ਇਹਨੂੰ ਤੁਸੀਂ ਸੀਸਫਾਇਰ ਜਿਹੜੀ ਹੈ ਉਹ ਐਕਸਟੈਂਡ ਹੋਈ ਦੁਬਾਰਾ ਅਨਾਉਂਸਮੈਂਟ ਹੋਈ ਹੈ ਜੀ ਸੋ ਚੱਲ ਗਿਆ ਤਾਂ ਮਤਲਬ ਮੇਰਾ ਕਹਿਣ ਦਾ ਵੀ ਇਨਫੈਕਟ ਇੱਕ ਫੌਜ ਦੇ ਜਰਨਲ ਨੇਗੇ ਜਰਨਲ ਸਿਨਾ ਇੱਕ ਜਨਰਲ ਹੈ ਉਹਨਾਂ ਨੇ ਕਿਤਾਬਾਂ ਲਿਖੀਆਂ ਨੇਗੀਆਂ ਹੈ ਜੀ ਉਹ ਤਾਂ ਕਹਿੰਦੇ ਨੇ ਵੀ ਉਹਨਾਂ ਨੂੰ ਟੈਰਰਿਸਟ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਕਿ ਸਰੈਂਡਰ ਕਰਨ ਦਾ ਯਾ ਨੈਗੋਸ਼ੀਏਟ ਕਰਨ ਦਾ ਤੈਨੂੰ ਹੋਰ ਦੱਸ ਦਿਆਂ ਮੈਂ ਇੱਕ ਗੱਲ ਜਨਰਲ ਸ਼ਾਬੀਖ ਸਿੰਘ ਇੰਡੀਅਨ ਮਿਲਟਰੀ ਅਕੈਡਮੀ ਚ ਇੰਸਟ੍ਰਕਟਰ ਸੀਗੇ ਜਦ ਬਰਾਡ ਅੱਡ ਟ੍ਰੇਨਿੰਗ ਸੀ ਜੈਂਟਲਮੈਨ ਕੈਡਟ ਸੀਗਾ ਸੋ ਦੇ ਹੈਡ ਨੋਨ ਈਚ ਅਦਰ ਇਸੇ ਤਰ੍ਹਾਂ ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਜਨਰਲ ਬਰਾਡ ਵਾਸ ਕਮਾਂਡਿੰਗ ਦੀ ਬਟਾਲੀਅਨ ਅ ਸ਼ਾਬੀਖ ਸਿੰਘ ਜਿਹੜਾ ਸੀਗਾ ਉਹ ਮੁਕਤੀ ਬਹਿਣੀ ਦੀ ਟ੍ਰੇਨਿੰਗ ਤੇ ਸੀਗੇ ਉਦੋਂ ਵੀ ਇੱਕ ਦੂਜੇ ਨੂੰ ਜਾਣਦੇ ਸੀਗੇ ਤੁਸੀਂ ਜੇ ਆਪਸ ਵਿੱਚ ਗੱਲ ਇਹਨਾਂ ਦੀ ਕਰਦੀ ਮੈਨੂੰ ਇਹ ਬਹੁਤ ਮਤਲਬ ਇੱਕ ਤਰ੍ਹਾਂ ਦਾ ਦਰਦ ਹੀ ਰਹੂਗਾ ਜ਼ਿੰਦਗੀ ਦਾ ਕਿ ਜੇ ਕਿਤੇ ਆਪਸ ਵਿੱਚ ਗੱਲ ਕਰ ਲੈਂਦੇ ਗੱਲ ਮੁੱਕ ਜਾਣੀ ਸੀ ਕੋਣ ਨਹੀਂ ਚਾਹੁੰਦਾ ਸੀ ਸੈਂਟਰ ਗਵਰਨਮੈਂਟ ਚਾਹੁੰਦਾ ਇਹ ਪਤਾ ਨਹੀਂ ਜੀ ਮੈਨੂੰ ਲੱਗਦਾ ਹੈਗਾ ਆਰਮੀ ਨੂੰ ਇਹ ਮੰਡੇਟ ਹੀ ਨਹੀਂ ਸੀ ਵੀ ਤੁਸੀਂ ਨੇਗੋਸ਼ੀਏਟ ਕਰੋ ਜੇ ਉਹਨਾਂ ਨੂੰ ਮੰਡੇਟ ਹੁੰਦਾ ਹੈ ਵੀ ਤੁਸੀਂ ਨੇਗੋਸ਼ੀਏਟ ਕਰ ਲੋ ਤਾਂ ਸ਼ਾਇਦ ਉਹ ਨੇਗੋਸ਼ੀਏਟ ਜ਼ਰੂਰ ਕਰਦੇ ਤੁਸੀਂ ਫਿਰ ਅਟੈਕ ਹੋਣ ਤੋਂ ਬਾਅਦ ਪਹਿਲੀ ਵਾਰ ਕਦੋਂ ਦੇ ਦਰਬਾਰ ਸਾਹਿਬ ਦਾ 607 ਨੂੰ ਮੈਂ ਦਰਬਾਰ ਸਾਹਿਬ ਜੀ ਪਹਿਲੀ ਵਾਰ ਸੱਤ ਸੁਭਾ ਗਿਆ ਕੀ ਦੇਖਿਆ ਮੈਂ ਤੁਹਾਨੂੰ ਦੱਸਦਾ ਕੀ ਹੋਇਆ ਕਿ ਮੈਂ ਤਾਂ ਆਪਣਾ ਇੱਕ ਰੈ residential ਆਫਿਸ ਦੇ ਵਿੱਚ ਕੰਟਰੋਲ ਰੂ ਬਣਾਇਆ ਸੀ ਗੁਰਦੇਵ ਬਰਾੜ ਨੇ ਉੱਥੇ ਹੀ ਸੁੱਤਾ ਉੱਥੇ ਇੱਕ ਆਰਮੀਨਲ ਲਾਈਨ ਸੀਗੀ ਇੱਕ ਮਿਨਿਸਟਰੀ ਆਫ ਹੋਮ ਅਫੇਅਰਸ ਨਾਲ ਦਿੱਲੀ ਲਾਈਨ ਸੀਗੀ ਤੇ ਦੂਜਾ ਟੈਲੀਫੋਨ ਡੈਡ ਸੀ ਤੇ ਪੁਲਿਸ ਵਾਇਰਲੈਸ ਨੈਟਵਰਕ ਸੀ ਮੇਰੇ ਕੋਲ অপারেਟਰ ਸੀਗਾ ਇੱਕ ਵਾਇਰਲੈਸ ਦਾ ਉੱਥੇ ਤੋ ਉਹ ਮੈਂ ਅੜਿੱਕਦੇ ਰਹਿ ਕੇ ਕੋਈ ਮੈਸੇਜ ਆਉ ਕੋਈ ਹੋਰ ਕੁਝ ਨਹੀਂ ਆ ਨਾ ਪੁਲਿਸ ਨੂੰ ਕੁਝ ਪਤਾ ਸੀਗਾ ਸੋ ਆਪਰੇਸ਼ਨ ਜਦੋਂ ਖਤਮ ਹੋ ਗਿਆ ਬੰਬਾਰੀ ਜਿਹੜੀ ਹੈ ਸਵੇਰ ਹੋਈ ਪਤਾ ਲੱਗ ਗਿਆ ਵੀ ਬੰਬਾਰੀ ਖਤਮ ਹੋ ਗਈ ਆਵਾਜ਼ ਆਣੀ ਬੰਦ ਹੋ ਗਈ ਸੋ ਮੈਂ ਅਰਲੀ ਮਾਰਨਿੰਗ ਨਿਕਲ ਗਿਆ ਇਹਦੇ 15 ਡਿਵ ਦੇ ਹੈੱਡ ਕੁਆਰਟਰ ਜਿਹੜਾ ਕੰਟਰੋਲ ਰੂਮ ਸੀਗਾ ਫੌਜ ਦਾ ਉੱਥੇ ਮੈਨੂੰ ਜਨਰਲ ਸੁੰਦਰ ਜੀ ਮਿਲ ਗਏ ਉਹ ਨਕਸ਼ਾ ਸੀਗਾ ਦੀਵਾਰ ਦੇ ਉੱਤੇ ਪੂਰਾ ਲੜਕੇ ਹੋਇਆ ਦਰਬਾਰ ਸਾਹਿਬ ਕੰਪਲੈਕਸ ਦਾ ਉਹਦੇ ਸਾਹਮਣੇ ਕੱਲੀ ਯੂਨੀਵਰਸਿਟੀ ਥੇਰ ਤੇ ਮੈਂ ਜਾ ਕੇ ਮਿਲਿਆ ਉਹਨਾਂ ਨੂੰ ਉਹਨਾਂ ਨੇ ਮੈਨੂੰ ਸਾਰਾ ਐਕਸਪਲੇਨ ਕੀਤਾ ਵੀ ਕੀ ਹੋਇਆ ਫਿਰ ਤੇ ਮੈਂ ਕਿਹਾ ਜੀ ਮੈਂ ਅੰਦਰ ਜਾ ਕੇ ਦੇਖਣਾ ਚਾਹਾਂਗਾ ਹਾਂ ਜੀ ਉਹ ਕਹਿੰਦੇ ਜਾਓ ਤੋਂ ਬ੍ਰਿਗੇਡੀਅਰ ਗੁਰਾਇਾ ਇਹ ਇਹ 15 ਡਿਵ ਦਾ ਇਹਨੂੰ ਮੇਰੇ ਨਾਲ ਭੇਜ ਜਾਏਗਾ ਕਿ ਇਹਨਾਂ ਨੂੰ ਲੈ ਜਾਓ ਤੁਸੀਂ ਉਹ ਤਾਂ ਜਾਣ ਨਹੀਂ ਸੀ ਦਿੰਦੇ ਫੌਜ ਵਾਲੇ 10 ਕਦਮ ਵੀ ਛੱਡਾ ਲੱਗਿਆ ਡੀਸੀ ਦੇ ਉਹਨੂੰ ਵੀ ਰੋਕਦੇ ਸੀਗੇ ਸੋ ਇਹ ਮੈਨੂੰ ਲੈ ਕੇ ਗਏ ਮੈਂ 7 ਤਰੀਕ ਨੂੰ ਅੰਦਰ ਜਾ ਕੇ ਫਿਰ ਗਿਆ ਤੇ ਅ ਅਕਾਲ ਤਖਤ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਜੋ ਫੋਟੋਆਂ ਦਿਖ ਰਹੀਆਂ ਨੇ ਕਿ ਡਾਇਮੈਂਸ ਸੀਗਾ ਥੱਲੇ ਬਲਵਾ ਗਿਰਿਆ ਸੀਗਾ ਡੈਡ ਬਾਡੀਜ਼ ਸੀਗੀਆਂ ਪ੍ਰਕਰਮਾਂ ਦੇ ਵਿੱਚ ਅ ਸਰੋਵਰ 'ਚ ਵੀ ਫਲੋਟ ਕਰ ਰਹੀਆਂ ਸੀਗੀਆਂ ਡੈਡ ਬਾਡੀਜ਼ ਜਿਹੜੀਆਂ ਲੇਗੀਆਂ ਹਨ ਤੇ ਇਧਰ ਅ ਦਰਸ਼ਨ ਦਿਰੋੜੀ ਜਿਹੜੀ 메ਨ ਐਂਟਰੈਂਸ ਹੈਗੀ ਹੈ ਉੱਥੇ ਤਿੰਨਾਂ ਦੀਆਂ ਸੰਤ ਪਿੰਡਰਾ ਵਾਲਾ ਭਾਈ ਅਮਰੀਕ ਸਿੰਘ ਤੇ ਥੜਾ ਸਿੰਘ ਇਹਨਾਂ ਦੀਆਂ ਡੈੱਡ ਬਾਡੀਜ਼ ਰੱਖਿਆ ਹੋਣਾ ਸੀਗੀਆਂ ਹਾਂਜੀ ਤੇ ਫੌਜ ਨੇ ਕਿਹਾ ਸੀ ਤੁਹਾਨੂੰ ਇਹ ਡੈੱਡ ਬਾਡੀਜ਼ ਦੇ ਦੇਾਂਗੇ ਤੁਸੀਂ ਜੋ ਕਰਨਾ ਬਾਅਦ ਚ ਕਰ ਲਓ ਤੇ ਇਹਨੂੰ ਆਈਡੈਂਟੀਫਾਈ ਕਰਾ ਦਿਓ ਸਾਨੂੰ ਟੁਪੜਦੇ ਤੇ ਹਰਜੀਤ ਸਿੰਘ ਐਸਪੀ ਸੀ ਆਈਡੀ ਤੇ ਅਪਾਰ ਸਿੰਘ ਬਾਜਵਾ ਐਸਪੀ ਸਿਟੀ ਉਹਨਾਂ ਨੇ ਆਈਡੈਂਟੀਫਾਈ ਕਰਤਾ ਇੱਕ ਸੰਤਾਂ ਦਾ ਭਾਈ ਸੀਗਾ ਫੌਜੀ ਸੂਬੇਦਾਰ ਸੀਗਾ ਜਲੰਧਰ ਪੋਸਟੇਡ ਉਹਨੂੰ ਉਹਨਾਂ ਨੇ ਲਿਆਂਦਾ ਉਹਨਾਂ ਨੇ ਆਇਡੈਂਟੀਫਾਈ ਕਰ ਦਿੱਤਾ ਬਾਡੀ ਸਾਨੂੰ ਦੇ ਦਿੱਤੀ ਗਈਆਂ ਅਸੀਂ ਉਹਨਾਂ ਨੂੰ ਬਾਡੀਜ਼ ਨੂੰ ਪੋਸਟਮार्टम ਕਰਕੇ ਪੂਰੇ ਸਤਕਾਰ ਦੇ ਨਾਲ ਸੰਸਕਾਰ ਕੀਤਾ ਉਹਨਾਂ ਦਾ ਅੱਡ ਅੱਡ ਪੂਰਾ ਅ ਅਰਦਾਸ ਕਰਕੇ ਹਾਂਜੀ ਉਹਨਾਂ ਦਾ ਸੰਸਕਾਰ ਹੋਇਆ ਬਾਅਦ ਚ ਉਹਦੀ ਡੈਥ ਹੋ ਗਈ ਮੁੰਡੇ ਦੀ ਕਿੱਲੋ ਸੀਗਾ ਐਗਜੈਕਟ ਮੇਰੇ ਸਟੇਟ ਮੇਰੇ ਕੋਲੇ ਹਾਂਜੀ ਤੇ ਉਹਨੂੰ ਫਿਰ ਕਿਆ ਬਈ ਇਹਨਾਂ ਦਾ ਲਾਸਟ ਰਾਈਡ ਸਤੇ ਦੇ ਗਏ ਅਸਥੀਆਂ ਦਾ ਅਨੰਦਪੁਰ ਸਾਹਿਬ ਜਾ ਕੇ ਕਤਾਰਪੁਰ ਸਾਹਿਬ ਜਾ ਕੇ ਤੋਂ ਇਹਨਾਂ ਦਾ ਅਮਰਸ਼ਨ ਕਰ ਗਿਆ ਫੌਜ ਵਾਲਿਆਂ ਨੇ ਇੱਕ ਸਕਾਟ ਜੀਪ ਦਿੱਤੀ ਤੋਂ ਅਰਥੀਆਂ ਤਿੰਨਾਂ ਦੀਆਂ ਉਹ ਰਿਕਾਰਡ ਹੈ ਗੁਰਦੁਆਰਾ ਸਾਹਿਬ ਪਤਾਲ ਪੁੱਤਰੀ ਇੱਕ ਪਤਾਲ ਨਗਰੀ ਕਹਿੰਦੇ ਨੇ ਪਤਾਲ ਕੀ ਕੀ ਜਿਹੜਾ ਕੀਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਥੇ ਰਿਕਾਰਡ ਤੇ ਚੜ੍ਹੇ ਹੋਏ ਸਾਰਾ ਐਂਟਰੀ ਹੈ ਕਿ ਤਿੰਨਾਂ ਦੀਆਂ ਜਿਹੜੀਆਂ ਅਸੀਂ ਅਸਥੀਆਂ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਬਾਈ ਨੇਮ ਬਾਈ ਨੇਮ ਹਾਂ ਜੀ ਬਾਕੀਆਂ ਦੇ ਸਮੂਹਿਕ ਸਸਕਾਰ ਹੋਏ ਇਸ ਤਰ੍ਹਾਂ ਜੀ ਕਿ ਇਹ ਸਹੀ ਹੈ ਕਿਉਂਕਿ ਦੇਖੋ ਤੁਹਮ ਜਿੱਦਾਂ ਮੈਂ ਦੱਸਿਆਗਾ ਕਿ ਕਮਿਊਨੀਕੇਸ਼ਨ ਤਾਂ ਹੈ ਨਹੀਂ ਸੀ ਕਿ ਬਾਹਰ ਨਿਕਲ ਨਹੀਂ ਸਕਦਾ ਲੱਕੜਾ ਹੈ ਨਹੀਂ ਸੀ ਗਿਆ ਜਣੀਆਂ ਨਹੀਂ ਤਾਂ ਉਹ ਫਿਰ ਗਵਰਨਮੈਂਟ ਨੇ ਡਾਇਰੈਕਸ਼ਨ ਦਿੱਤੀਆ ਬਾਡੀਜ਼ ਨੂੰ ਰਿਮੂਵ ਕਰਨਾ ਬੜਾ ਔਖਾ ਸੀਗਾ ਦੇਖੋ ਦਰਬਾਰ ਸਾਹਿਬ ਤੋਂ ਕਿਉਂਕਿ ਡੈਥਸ ਜਿਹੜੀਆਂ ਨੇਗੀਆਂ ਉਹ ਤਿੰਨ ਤਰੀਕ ਤੋਂ ਹੋਣੀਆਂ ਸ਼ੁਰੂ ਹੋ ਗਿਆ ਸੀ ਐਨੀ ਗਰਮੀ ਚ ਬਾਡੀਜ਼ ਡੀਕੰਪੋਜ਼ ਹੋ ਰਹੀ ਸੀ ਕੋਈ ਕਿੰਨੀ ਕਿੰਨੇ ਸਸਕਾਰ ਹੋਏ ਉਹ ਉਹ ਦੇਖੋ ਕਿੰਨੀਆਂ ਟੋਟਲ ਡੈਥਸ ਹੋਈਆਂ ਨਾ ਇਹਦੇ ਬਾਰੇ ਵੀ ਬਹੁਤ ਤਰ੍ਹਾਂ ਦੇ ਮੈਂ ਕਹਾਗਾ ਵਿਚਾਰ ਹੀ ਕਹਾਗਾ ਮੈਂ ਤਾਂ ਜਾਂ ਮਿਸ ਇਨਫਰਮੇਸ਼ਨ ਕਹਿ ਲੋ ਹੈਗਾ ਸੋ ਮੈਂ ਕਿਤਾਬ ਚ ਸਾਰੀ ਡਿਟੇਲਸ ਦਿੱਤੀਆਂ ਨਹੀਂਆਂ ਜਿੰਨੀਆਂ ਸੀ ਕੋਈ ਮੈਂ ਤੁਹਾਨੂੰ ਦੱਸਦਾ ਅਪਾਰ ਸਿੰਘ ਬਾਜਵੇ ਨੇ 711 ਬਾਡੀਜ਼ ਦਰਬਾਰ ਸਾਹਿਬ ਦੇ ਅੰਦਰ ਕਾਊਂਟ ਕੀਤੀਆਂ ਸੀ ਔਰ ਇਸ ਚੀਜ਼ ਦੀ ਪੁਸ਼ਟੀ ਜਿਹੜੀ ਹੈ ਲੈਫਟੀਨੈਂਟ ਜਨਰਲ ਹੂਨ ਜਿਹੜਾ ਕਿ ਸੁੰਦਰਜੀ ਤੋਂ ਬਾਅਦ ਇੱਥੇ ਹੈਡ ਜੀਓਸੀ ਇਨਵੈਸਟਿਡ ਕਮਾਂਡ ਦੇ ਇੰਚਾਰਜ ਸੀਗੇ ਉਹਨਾਂ ਨੇ ਵੀ ਇੱਕ ਛੋਟੀ ਜਿਹੀ ਕਿਤਾਬ ਲਿਖੀ ਹੈ ਉਹਨਾਂ ਨੇ ਆਪਣੇ ਬਾਰੇ ਲਿਖੀ ਹੈ ਉਹਦੇ ਵਿੱਚ ਪੰਜਾਬ ਦਾ ਵੀ ਲਿਖਿਆ ਹੈ ਹਿੱਸਾ ਹੈਗਾ ਉਹਨਾਂ ਨੇ ਵੀ ਇਹੀ ਫਿਗਰ ਮੈਂਸ਼ਨ ਕੀਤੀ ਹੈ ਜਨਰਲ ਬਰਾੜ ਦੀ ਕਿਤਾਬ ਦੇ ਵਿੱਚ ਫਿਗਰ ਇਜ਼ ਮੈਚਲੈਸ ਉਹ ਵੀ ਮੈਂ ਕਿਤਾਬ 'ਚ ਮੈਂਸ਼ਨ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਦੇ ਵਾਈਟ ਪੇਪਰ 'ਚ ਉਹਦੇ 'ਚ ਵੀ ਲੈਸ ਹੈ ਫਿਰ ਇਸ ਚੀਜ਼ ਦੀ ਪੁਸ਼ਟੀ ਕਰਨ ਦੇ ਲਈ ਵੀ ਕਿੱਥੋਂ ਹੋਊਗੀ ਦੋ ਤਿੰਨ ਨਾਪ ਡੰਡ ਮਲੇ ਕਿ ਜਿੰਨੇ ਸੰਸਕਾਰ ਹੋਏ ਦੋਨਾਂ ਉੱਥੇ ਦੋ ਨੇਗੇ ਕਰੀਮੇਸ਼ਨ ਗਰਾਊਂਡ ਸਰ ਅੰਮ੍ਰਿਤਸਰ ਮੇਨ ਜਿਹੜੇ ਨੇ ਇੱਕ ਤੇ ਸ਼ਹੀਦਾਂ ਦਾ ਹੈਗਾ ਉਹ ਗੁਰਦੁਆਰਾ ਸ਼ਹੀਦਾਂ ਜਿਹੜਾ ਉਹਦੇ ਨਜ਼ਦੀਕ ਹੈਗਾ ਤੇ ਇੱਕ ਹੈਗਾ ਇੱਧਰ ਦੁਰਗਿਆਨਾ ਮੰਦਰ ਕੋਲੇ ਸੋ ਦੋਨੋਂ ਤੋਂ ਫਿਗਰਸ ਲਈਆਂ ਵੀ ਉਹਨਾਂ ਦੇ ਕੋ ਕਿ ਆਪ ਬੰਦੇ ਤੇ ਲਾਈ ਨਹੀਂ ਸਕਦਾ ਬਾਡੀ ਜਿਹੜਾ ਹੈਗਾ ਉਹ ਫਿਰ ਪੋਸਟਮਾਰਟਮਸ ਦੀਆਂ ਫਿਗਰਸ ਲਈਆਂ ਪੋਸਟਮਾਰਟਮ ਥੋੜੇ ਜਿ ਘੱਟ ਹੋਏ ਨੇਗੇ ਆਈ ਥਿੰਕ 500 ਜਾਂ ਕਿ 550 ਹੋਏ ਨੇ ਉਹਦੀ ਫਿਰ ਇਨਕੁਆਰੀ ਵੀ ਆਰਡਰ ਕੀਤੀ ਸੀ ਮੈਂ ਕਿ ਜੇ ਐਨੇ ਬੰਦੇ ਦਾ ਕਰੀਮੇਸ਼ਨ ਹੋਇਆ ਤੇ ਪੋਸਟਮਾਰਟਮ ਕਿਉਂ ਨਹੀਂ ਹੋਇਆ ਉਹ ਹੋਇਆ ਹੈ ਜੀ ਕਿ ਪਹਿਲਾਂ ਤਾਂ ਇੰਜਰਡ ਨੂੰ ਪੁਲਿਸ ਨੇ ਰਿਮੂਵ ਕੀਤਾ ਹੈ ਨਹੀਂ ਅੱਛਾ ਹੁਣ ਮੈਂ ਜਿੱਦਾਂ ਤੁਹਾਨੂੰ ਦੱਸ ਰਿਹਾਗਾ 100 ਆਈ ਥਿੰਕ ਐਗਜ਼ੈਕਟ ਫਿਗਰ ਕਿਤਾਬ ਚ ਮੈਂਸ਼ਨਡ ਹੈ 28 ਕੇ 30 ਬੰਦੇ ਹਸਪੀਟਲ ਚ ਗੁਰੂ ਰਾਮਦਾਸ ਹਸਪਤਾਲ ਚ ਇੰਜਰਡ ਪਹਤੀ ਕਰਾਇਆ ਜਿਨ੍ਹਾਂ ਦਾ ਇਲਾਜ ਹੋ ਗਿਆ ਬਾਅਦ ਚ ਕਈਆਂ ਦੀ ਡੈਥ ਵੀ ਹੋ ਗਈ ਉੱਥੇ ਤੋਂ ਉਹ ਅ ਡੈਡ ਬਾਡੀਜ਼ ਤੁਸੀਂ ਹੱਥ ਪਾਉ ਤਾਂ ਸਕਿਨ ਮੈਲਟ ਹੋ ਜਾਂਦੀ ਹੈ ਡੀਜਨਰੇਟ ਹੋ ਗਈ ਨਾ ਜਿਹੜੀ ਇੰਨੇ ਦਿਨਾਂ ਦੀ ਪਈ ਹੋਈ ਜਿਹੜੀ ਹੈ ਐਵੈਕਿਊਏਸ਼ਨ ਆਫ ਡੈਡ ਬਾਡੀਜ਼ ਦਾ ਸਤ ਨੂੰ ਦੁਪਹਿਰ ਤੋਂ ਬਾਅਦ ਸ਼ੁਰੂ ਹੋਇਆ ਹੈਗਾ ਸੋ ਪਹਿਲਾਂ ਇੰਜਣ ਨੂੰ ਲੈ ਕੇ ਗਏ ਤੋਂ ਪੁਲਿਸ ਵਾਲੇ ਐਨੀ ਸੈਂਟਰੀ ਪੁਲਿਸ ਦੀ ਫੇਰ ਗਵਰਨਮੈਂਟ ਨੇ ਆਰਡਰ ਕੀਤਾ ਮਿਸਪਲ ਕਾਰਪੋਰੇਸ਼ਨ ਨੂੰ ਵੀ ਤੁਸੀਂ ਕਰੋ ਹਾਂਜੀ ਉਹ ਮਿਸਪਲ ਵਰਕਰ ਆ ਕੇ ਜਿਹੜੇ ਨੇ ਕਿ ਬਾਡੀਜ਼ ਨੂੰ ਲੈ ਕੇ ਗਏ ਨੇ ਕਿ ਕਰੀਮੇਸ਼ਨਸ ਜਿਹੜੀਆਂ ਨੇ ਕਿ ਆ ਇਨ 올 ਪ੍ਰੋਬੈਬਿਲਟੀ ਆਈ ਹੈਵ ਨੋ ਰੀਜ਼ਨ ਟੂ ਡਿਸਪਿਊਟ ਦਿਸ ਵਰਸ਼ਲ ਕਿ ਕਈ ਜਗ੍ਹਾ ਦੇ ਉੱਤੇ ਇਕੱਠੀਆਂ પા ਕੇ ਸੰਸਕਾਰ ਹੋਏ ਨੇ ਫੌਜ ਦੀ ਕਿੰਨੇ ਇਹ ਵੀ ਕੋਈ ਡਾਟਾ ਹੈ ਕਿ ਆਰਮੀ ਦੇ ਕਿੰਨੇ ਲੋਕ ਆਦਮੀ ਦਾ ਡਾਟਾ ਦਿੱਤਾਗਾ ਕੋਰਟਿੰਗ ਜਨਰਲ ਹੂਨ ਬਿਕਾਉਜ਼ ਉਹਨਾਂ ਨੇ ਜਿਹੜੀ ਫਿਗਰ ਦਿੱਤੀ ਹੈ ਉਹ ਬਰਾਡ ਦੀ ਫਿਗਰ ਨਾਲੋਂ ਬਹੁਤ ਜ਼ਿਆਦਾ ਕਿੰਨੀ ਆ ਉਹ ਕਿਤਾਬ 'ਚ ਲਿਖਿਆ ਹੋਇਆ ਤੁਸੀਂ ਦੇਖੋਗੇ ਤੇ ਪੜ੍ਹ ਲਿਓ ਅ ਮਤਲਬ ਉਹਦਾ ਦੀ ਫਿਕਰ ਮੱਚ ਮੋੜ ਦੇ ਕਿੰਨੀ ਵੱਲ ਤੁਸੀਂ ਫੋਨ ਨੂੰ ਕੋਡ ਕਰਕੇ ਦੱਸ ਸਕਦੇ ਮੈਂ ਜਵਾਨੀ ਨਹੀਂ ਹੁਣ ਮੈਨੂੰ ਯਾਦ ਹੈ ਹਾਂਜੀ ਮੈਂ ਦੇਖ ਕੇ ਤੁਹਾਨੂੰ ਦੱਸ ਦਿੰਦਾ ਕਿਤਾਬ ਚੋਂ ਇੱਕ ਪੰਨਾ ਪੜ੍ਹ ਕੇ ਕਰ ਦਿੱਤੀ ਉਹ ਤੋਂ ਜ਼ਿਆਦਾ ਉਹ ਤੋਂ ਜ਼ਿਆਦਾ ਹੈ ਜਨਰਲ ਬਰਾਡ ਦੀਆਂ ਫਿਗਰਸ ਸਿਵਿਲਿਅਨ ਤੇ ਫੌਜ ਦੋਨਾਂ ਦੀਆਂ ਘਟਨੇ ਆ ਤੇ ਜਿੱਦਨ ਤੁਸੀਂ ਪਹਿਲੇ ਦਿਨ ਗਏ ਹੋਗੇ ਉਦੋਂ ਤੁਹਾਨੂੰ ਕੋ ਉਥੇ ਮਿਲਿਆ ਜਾਂ ਇੰਨਾ ਜਦੋਂ ਸੰਤਾਂ ਦੀ ਜਦੋਂ ਸੰਸਕਾਰ ਹੋਇਆ ਉਦੋਂ ਹੋਇਆ ਕਿ ਪਰਿਵਾਰਾਂ ਨਾਲ ਸੰਪਰਕ ਕੀਤਾ ਜਾਂ ਨਹੀਂ 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 ਉੱਥੇ ਇਜਾਜ਼ਤੀ ਨਹੀਂ ਸੀ ਪੰਜਾਬ 'ਚ ਤਾਂ ਸਾਰੇ ਕਰਫਿਊ ਲੱਗੇ ਸੀ ਜੀ ਜਿਹੜਾ ਹੈਗਾ ਜਾਨਵਰ ਤਾਂ ਫੜਖੜੀ ਸੀ ਸਕਦਾ ਕਿਹੜਾ ਕਿਹਦੇ ਨਾਲ ਤੁਸੀਂ ਗੱਲ ਕਰਨੀ ਹੈਗੀ ਮੈਂ ਸਰਕਟ ਹਾਉ ਸੀਗਾ ਉਹ ਮੇਰੇ ਕੋਲੇ ਦੱਸਦਾ 3 ਤਰੀਕ ਨੂੰ ਪਹੁੰਚਿਆ ਉਹ ਰਾਤ ਨੂੰ ਮੁੰਡਾ ਆ ਗਿਆ ਕਹਿੰਦਾ ਜੀ ਸਬਜ਼ੀ ਦਾਲ ਤਾਂ ਹੈ ਨਹੀਂ ਬਾਜ਼ਾਰ ਬੰਦ ਹੈ ਕੀ ਖਾਵਾਂਗੇ ਮੈਂ ਕੋਈ ਗੱਲ ਨਹੀਂ ਸੁੱਕੀ ਰੋਟੀ ਲਿਆ ਉਹੀ ਖਾ ਲਾਂਗੇ ਬਹੁਤ ਬੁਰਾ ਹਾਲਾਤ ਤੇ ਸੀ ਉਸ ਟਾਈਮ ਇਨ ਫੈਕਟ ਵਾਲਟ ਸਿਟੀ ਚ ਬੱਜਾਂ ਬੜੀਆਂ ਸੀਗੀਆਂ ਲੋਕਾਂ ਨੇ ਰੱਖੀਆਂ ਕਈ ਬਫਲੋਜ਼ ਦੀ ਡੈਥ ਹੋ ਗਈ ਬਿਕੋਜ਼ ਕੈਟਲ ਫੀਡ ਵਗੈਰਾ ਨਹੀਂ ਗਈ ਅੰਦਰ ਜਿਹੜੀ ਹੈਗੀ ਕਈ ਲੋਕ ਭੁੱਖੇ ਸੁੱਤੇ ਹੋਣੇ ਨੇ ਉਹ ਕਈ ਦਿਨ ਕਰਫਿਊ ਤੇ ਜਾ ਕੇ ਜਿਹੜਾ ਹੈਗਾ ਸਿਵਿਲਿਅਨਸ ਦੀ ਡੈਥ ਕਿੰਨੀ ਹੋਈ ਆਲੇ ਦਾਲੇ ਜਿਹੜੇ ਹਾਂ ਉਹ ਵੀ ਕੋਈ 20 ਦੇ ਕਰੀਬ ਬੰਦੇ ਜਿਹੜੇ ਨੇਗੇ ਆਲੇ ਦਾਲੇ ਦੇ ਘਰਾਂ ਦੇ ਵਿੱਚ ਡੈਥਸ ਹੋਈਆਂ ਉਹਨਾਂ ਨੂੰ ਕੁਝ ਇੰਜਰ ਹੋਏ ਹਾਂਜੀ ਕੁਝ ਸਟੈਬਿੰਗ ਇਨਸੀਡੈਂਟ ਵੀ ਹੋ ਗਏ ਸੀਗੇ ਕਿਉਂਕਿ ਕਰਫਿਊ ਦੇ ਦੌਰਾਨ ਹੀ ਜਿਹੜਾ ਹੈਗਾ ਕੁਝ ਲੋਕ ਬਾਹਰ ਆ ਗਏ ਸੀ ਸਟ੍ਰੀਟਸ ਦੇ ਵਿੱਚ ਇਧਰ ਛਾਟਾ ਕਿ ਨਹੀਂ ਪਤਲੀ ਘਰ ਏਰੀਏ ਚ ਇਧਰ ਤਰਨ ਤਰ ਨੂੰ ਜਿਹੜੀ ਸੜਕ ਜਾਂਦੀ ਹੈ ਇੰਡਸਟਰੀਲ ਏਰੀਆ ਉੱਥੇ ਕੋਈ ਅੱਗਾ ਵੀ ਲੱਗੀਆਂ ਸੀਗੀਆਂ ਫੈਕਟਰੀਆਂ ਨੂੰ ਸੋ ਮਤਲਬ ਇਟ ਵਾਸ ਅ ਵੈਰੀ ਵੈਰੀ ਅਨਫੋਰਚੂਨੇਟ ਬੈਡ ਸੀਨ ਉਸ ਟਾਈਮ ਤੇ ਤੁਸੀਂ ਕਹਿੰਦੇ ਹੋ ਕਿ ਆਪਦੀ ਕਿਤਾਬ ਦੇ ਅੰਦਰ ਕੀ ਕੋਈ ਦੋ ਬੰਦੇ ਸੀਗੇ ਜਿਹੜੇ ਖਾਲਸਤਾਨ ਡਿਕਲੇਅਰ ਕਰਾਉਣਾ ਚਾਹੁੰਦੇ ਸੀ ਸੰਤਾਂ ਤੋਂ ਜਾਂ ਸੰਤ ਲੰਗੋਵਾਲ ਤੋਂ ਕੀ ਸੀ ਇਹ ਇਸ ਤਰ੍ਹਾਂ ਜੀ ਇਹ ਇਸ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸੀਕੁਐਂਸ ਕੀ ਸੀਗਾ ਇਵੈਂਟਸ ਦਾ ਤੁਹਾਨੂੰ ਮੈਂ ਇੱਥੇ ਤੱਕ ਤਾਂ ਦੱਸਤਾ ਵੀ ਭਾਂਡੇ ਸਾਹਿਬ ਆਏ ਉਹਨਾਂ ਨੂੰ ਬੁਲਾਇਆ ਗਿਆ ਪੁਨੀ ਸਾਹਿਬ ਨੇ ਆਰਡਰ ਕਰਤੇ ਮੈਂ ਅੰਬਰਸਰ ਪਹੁੰਚ ਗਿਆ ਗੱਲ ਇਹ ਹੈ ਕਿ ਸੈਂਟਰਲ ਗਵਰਨਮੈਂਟ ਦੇ ਨਾਲ ਅਕਾਲੀ ਲੀਡਰਸ ਦੀ 26 ਮੀਟਿੰਗਾਂ ਹੋਈਆਂ ਨੇ ਰਿਕਾਰਡ ਤੇ ਨੇ ਜਿਹੜੀ ਉਰੇ ਚ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਵੀ ਕੁਝ ਛੇਅਰ ਕੀਤੀ ਆ ਆਈ ਥਿੰਕ ਤਿੰਨ ਮੀਟਿੰਗਾਂ ਰਜੀਵ ਗਾਂਧੀ ਵੀ ਉਹਦੇ ਚ ਆਏ ਨੇਗੇ ਯੂਨੀਅਨ ਮਿਨਿਸਟਰ ਵੀ ਆਏ ਨੇ ਸਦਾ ਸਵਰਨ ਸਿੰਘ ਜਿਹੜੇ ਸੀਗੇ ਉਦੋਂ ਦੇ ਫਾਰਮਰ ਫੋਰਨ ਮਿਨਿਸਟਰ ਉਹਨਾਂ ਨੂੰ ਵੀ ਪਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਾਇਆ ਗਿਆ ਤੋਂ ਇਹ 네ਗੋਸ਼ੀਏਸ਼ਨ ਜਿਹੜੀਆਂ ਨੇ ਬੀਡੀ ਪਾਂਡੇ ਕਹਿੰਦਾ ਕਿ ਥੀਸ ਵਰ ਕੈਮੋਫਲੇਜ ਕਿ ਇਹ ਇੱਕ ਤਰੀਕੇ ਦੇ ਨਾਲ ਸੀਗਾ ਵੀ ਗੱਲ ਕਰੀ ਚੱਲੋ ਲੰਬਾ ਪਾਈ ਚੱਲੋ ਗਵਰਨਮੈਂਟ ਹੈ ਨੋ ਇੰਟੈਂਸ਼ਨ ਟੂ ਰਿਜ਼ੋਲਵ ਪੋਲਿਟਿਕਲੀ ਪੰਜਾਬ ਪ੍ਰੋਬਲਮ ਇਹ ਬੀਡੀ ਪਾਂਡੇ ਦੀ ਵਰਸ਼ਨ ਹੈ ਉਹਦੀ ਕਿਤਾਬ ਦਿੱਤੀ ਹੋਈ ਹੈ ਉਹਨੇ ਅਰੇ ਫੈਕਟਸ ਜਿਹੜੇ ਨੇ ਵੈਰੀਫਾਈ ਕਰਦੇ ਨੇ ਇਸ ਚੀਜ਼ ਨੂੰ ਕਨਫਰਮ ਕਰਦੇ ਨੇ ਕਿਉਂ ਤੁਹਾਨੂੰ ਮੈਂ ਆਲਰੇਡੀ ਦੱਸ ਦਿੱਤਾ ਕਿ 25 ਮਈ ਨੂੰ ਡਿਸੀਜਨ ਤਾਂ ਮਿਡ ਮੇਚ ਹੋ ਗਿਆ ਕੈਬਨਿਟ ਦਾ 25 ਮਈ ਨੂੰ ਵੈਦਿਆ ਜਨਰਲ ਨੂੰ ਬੁਲਾ ਕੇ ਮੰਡੇਟ ਦੇ ਦਿੱਤਾ ਗਿਆ ਕਿ ਤੁਸੀਂ ਐਕਸ਼ਨ ਕਰੋ 29 ਮਈ ਨੂੰ ਜਿਹੜੀ ਸੀਗੀ ਫੌਜ ਵੀ ਅੰਮ੍ਰਿਤਸਰ ਪਹੁੰਚ ਗਈ 26 ਜੂਨ ਦੇ ਮਹੀਨ ਨੂੰ 26 ਮਹੀਨ ਨੂੰ ਤੌੜਾ ਬਾਦਲ ਤੇ ਬਰਨਾਲਾ ਦੇ ਨਾਲ ਸੈਂਟਰਲ ਮਿਨਿਸਟਰਜ਼ ਨੇਗੋਸ਼ੀਏਸ਼ਨ ਕਰਦੇ ਰਹੇ ਨੇਗੋਸ਼ੀਏਸ਼ਨ ਕਰਕੇ ਆਰਕੇਪੁਰਮ ਜੀ ਕੇ ਸੇਫ ਹਾਊਸ ਇਸ ਨਤੀਜੇ ਤੇ ਪਹੁੰਚ ਗਏ ਕਿ ਵੀ ਆ ਐਗਰੀਮੈਂਟ ਹੋ ਗਿਆ ਉਥੇ ਇਹ ਵੀ ਉਹਨਾਂ ਨੇ ਪੁੱਛਿਆ ਵੀ ਭਿੰਡਰਾ ਵਾਲੇ ਮੰਨ ਲੈਣਗੇ ਇਸ ਗੱਲ ਨੂੰ ਤੌੜਾ ਸਾਹਿਬ ਨੇ ਕਿਹਾ ਮੈਂ ਜ਼ਿੰਮੇਵਾਰਾ ਉਹ ਮੰਨਣਗੇ ਇਸ ਡੀਲ ਨੂੰ ਤੁਸੀਂ ਕਿਰਾਓ ਉਹਨਾਂ ਨੇ ਕਿਹਾ ਸੀ ਪੁੱਛ ਕੇ ਆਉਣੇ ਆਗੇ ਤੁਸੀਂ ਬੈਠੋ ਇੱਥੇ। ਤੋਂ ਆਫਟਰ ਲੰਚ ਜਾ ਕੇ ਉਹ ਆਏ ਮਿਨਿਸਟਰ ਕਹਿੰਦੇ ਜੀ ਨਹੀਂ ਇਹ ਗੱਲ ਬਣਦੀ ਨਹੀਂ। ਸੋ ਇਹ ਅਕਾਲੀ ਲੀਡਰ ਮੁੜਿਆ ਹੈ ਹਾਲਾਂਕਿ ਮਤਲਬ ਇਹ 26 ਦਾ ਇਨਸੀਡੈਂਟ ਹੈ। 25 ਨੂੰ ਆਲਰੇਡੀ ਜਨਰਲ ਵੈਦਿਆ ਨੂੰ ਹੁਕਮ ਹੋ ਗਿਆ ਸੀ ਵੀ ਤੁਸੀਂ ਐਕਸ਼ਨ ਕਰੋ। ਸੋ ਇਹਦਾ ਕੀ ਕਨਕਲੂਜਨ ਤੁਸੀਂ ਡਰਾ ਕਰਦੇ ਹੋਗੇ ਮੈਂ ਨਹੀਂ ਕਹਿੰਦਾ ਕੀ ਹੈ। ਇਹ ਇਨਸੀਡੈਂਟ ਜਿਹੜਾ ਹੈਗਾ ਇਹ ਲੋਂਗੋਵਾਲ ਨੇ ਗੁਲਦੀਪ ਨਾਇਰ ਨੂੰ ਆਪਣੀ ਇੰਟਰਵਿਊ ਚ ਐਨਐਸਏ ਦੀ ਰਿਹਾਈ ਤੋਂ ਬਾਅਦ ਦਿੱਤਾ ਟ੍ਰਿਬਿਊਨ ਚ ਇੰਟਰਵਿਊ छਪੀ ਸੀ ਉਹਨਾਂ ਨੇ ਕਿਹਾ ਕਿ 2 ਤਰੀਕ ਨੂੰ ਯਾਦ ਦੀ ਗੱਲ ਹੈ ਵੀ 2 ਤਰੀਕ ਨੂੰ ਸਾਡੇ ਕੋਲੇ ਦੋ ਅਣਜਾਣੇ ਸਿੱਖ ਨੌਜਵਾਨ ਆਏ ਮੇਰੇ ਕੋਲੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਖਾਲਿਸਤਾਨ ਡਿਕਲੇਅਰ ਕਰ ਦਿਓ ਤੁਹਾਨੂੰ ਯਾਦ ਹੋਊਗਾ ਇੱਕ ਅਫਵਾਹ ਉਡੀ ਸੀਗੀ ਕਿ ਬਲੂ ਸਟਾਰ ਐਕਸ਼ਨ ਇਸ ਕਰਕੇ ਹੋਇਆ ਕਿ ਕਿਉਂਕਿ ਮਿਲਟੈਂਸ ਨੇ ਸਾਈਡ ਕਰ ਲਿਆ ਸੀ ਵੀ ਖਾਲਸਾ ਡਿਕਲੇਅਰ ਕਰ ਦੋ ਹਾਂਜੀ ਸੋ ਇਹਨਾਂ ਨੇ ਜਾ ਕੇ ਲੋਂਗੋਵਾਲ ਨੂੰ ਅਪਰੋਚ ਕੀਤਾ ਲੋਂਗੋਵਾਲ ਕਹਿੰਦੇ ਵੀ ਮੈਂ ਕਾਂਗਰਸ ਦੀ ਪੂਰੀ ਥਿਊਰੀ ਰਹੀ ਹੈ ਇਹ ਲੰਬਾ ਉਹ ਦੇਖੋ ਜੀ ਮੈਂ ਪਿਊਰਲੀ ਕਰਦਾ ਮੋਟਿਵ ਕਾਂਗਰਸ ਨੂੰ ਇਸ ਪਾਰਟਿਕੂਲਰ ਇਸ਼ੂ ਤੇ ਬਿਕਾਉਜ਼ ਆਈ ਹੈਵ ਨੋ ਪਰਸਨਲ ਨੋਲੇਜ ਕਿ ਉਹ ਬੁੰਡੇ ਕਿਨੇ ਭੇਜੇ ਹਾਂਜੀ ਆ ਉਹ ਲੋਂਗੋਵਾਲ ਨੇ ਕਿਹਾ ਵੀ ਤੁਸੀਂ ਪਿੰਡਰਾ ਵਾਲਾ ਤੂੰ ਕਹਾ ਲੋ ਮੈਂ ਨਹੀਂ ਕਹਿੰਦਾ ਉਹ ਪਿੰਡਰਾ ਵਾਲੇ ਕੋਲੇ ਚਲੇ ਗਏ ਉਹਨੇ ਕਿਹਾ ਕਿ ਨਹੀਂ ਪ੍ਰਧਾਨ ਲੋਂਗੋਵਾਲਾ ਜੇ ਉਹ ਕਹਿ ਦੂ ਮੈਂ ਵੀ ਕਹਿ ਦੂੰਗਾ ਸੋ ਇਹ ਅਟੈਂਪਟ ਟੂ ਪੁੱਟ ਵਰਡਸ ਇੰਟੂ ਦਾ ਬਾਉਟਸ ਆਫ ਸੰਤ ਲੰਗੋਵਾਲਾ ਐਂਡ ਪੰਦਰਾਵਾਲਾ ਕਿ ਤੁਸੀਂ ਖਾਲਿਸਤਾਨ ਡਿਕਲੇਅਰ ਕਰ ਦੋ ਇਹ ਫੇਲ ਹੋ ਗਈ ਉਸ ਤੋਂ ਬਾਅਦ ਕੋਈ ਜਸਟੀਫਿਕੇਸ਼ਨ ਨਹੀਂ ਸੀਗੀ ਜੇ ਇਹ ਕਾਰਨ ਸੀਗਾ ਕਿ ਵੀ ਮਿਲਟੈਂਟਸ ਬਲੂ ਸਟਾਰ ਪ੍ਰੈਸ਼ਰ ਕਰਨ ਦਾ ਵੀ ਉਹ ਖਾਲਿਸਤਾਨ ਡਿਕਲੇਅਰ ਕਰ ਦੇਣਗੇ ਆਕਾਲੀ ਦਲ ਕਰ ਦੇਗਾ ਉਹ ਤਾਂ ਕੱਲ ਫੇਲ ਹੋ ਗਈ ਜਿਹੜੀ ਹੈਗੀ ਹੈ ਲੇਕਿਨ ਡਿਸੀਜਨ ਕੋਈ ਆਲਰੇਡੀ ਹੋ ਚੁੱਕਿਆ ਸੀਗਾ ਹਾਂਜੀ ਸੋ ਉਹ ਇਨਫੈਕਟ ਤੋੜਾ ਨੇ ਆਪਣੇ ਇੱਕ ਸਟੇਟਮੈਂਟ ਦਿੱਤਾ ਹੈਗਾ ਜਿਹੜਾ ਇਹਨਾਂ ਨੇ ਕੇਸ ਫਾਈਲ ਕੀਤਾ ਸੀਗਾ ਦਿੱਲੀ ਹਾਈ ਕੋਰਟ ਚ ਡੈਮੇजेस ਦਾ ਉਹਦੇ ਵਿੱਚ ਕਿ ਮੈਂ ਲੋਂਗੋਵਾਲ ਨੂੰ ਦੱਸਿਆ ਕਿ ਵੀ ਟਾਕਸ ਫੇਲ ਹੋ ਗਈਆਂ ਹੈਂਜੀ ਤੇ ਲੋਂਗੋਵਾਲ ਨੇ ਪ੍ਰਾਈਮ ਮਿੰისტਰ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਕਾਲ ਥਰੂ ਨਹੀਂ ਹੋਈ ਫਿਰ ਲੋਂਗੋਵਾਲ ਨੇ ਗੁਰਦੇਵ ਬਰਾੜ ਨੂੰ ਕਿਹਾ ਵੀ ਭਾਈ ਤੂੰ ਉਹਨਾਂ ਨੂੰ ਮੈਸੇਜ ਦੇ ਕਿ ਅਸੀਂ ਗੱਲ ਕਰਨਾ ਚਾਹੁੰਦੇ ਆਗੇ ਲੌਂਗ ਲੌਂਗ ਵਾਲ ਜਿਹੜੇ ਨੇਗੇ ਤੇ ਗੁਰਦੇਵ ਭਰਾੜ ਨੇ ਥੋੜਾ ਕਹਿੰਦਾ ਹੈਗੇ ਕਿ ਕਨਫਰਮ ਕੀਤਾ ਕਿ ਮੈਂ ਮੈਸੇਜ ਦਿੱਲੀ ਪ੍ਰਾਈਮ ਮਿੰਿਸਟਰ ਹਾਊਸ ਦੇ ਦਿੱਤਾ ਹੈਗਾ ਹਾਂਜੀ ਸੋ ਮਤਲਬ ਇਹ ਗੈਪਸ ਨੇ ਇਨਫਰਮੇਸ਼ਨ ਦੇ ਕਾਫੀ ਹੈ ਨਹੀਂ ਤਾਂ ਇਹਦੇ ਜੋ ਇਨਫਰੈਂਸ ਸੀਟ ਤੁਸੀਂ ਡਰਾ ਕਰ ਸਕਦੇ ਹੋ ਜਾਂ ਉਹ ਬੰਦੇ ਜਿਹੜੇ ਇਨਵੋਲਟ ਸੀਗੇ ਐਗਜ਼ੈਕਟਲੀ ਉਸ ਡਿਸੀਜਨ 메ਕਿੰਗ ਉਹ ਹੀ ਦੱਸ ਸਕਦੇ ਨੇ ਸੋ ਲੌਜੀਕਲ ਇਨਫਰੈਂਸ ਇਹ ਹੈਗੀ ਕਿ ਕਿਉਂਕਿ ਡਿਸੀਜਨ ਹੋ ਚੁੱਕਿਆ ਸੀ ਇਹ ਤੇ ਰਿਕਾਰਡ ਦੀ ਗੱਲ ਹੈਗੀ ਹਾਂਜੀ ਪਰਾਮ ਮੋਕਰਜੀ ਨੇ اپوز ਕੀਤਾ ਸੀ ਉਹ ਕੈਬਨਟ ਸਬਕਮੇਟੀ ਦੀ ਮੀਟਿੰਗ ਦੇ ਵਿੱਚ ਹੀ ਹੈਸ ਗੋਨ ਔਨ ਰਿਕਾਰਡ ਪਬਲਿਕ ਡੋਮੇਨ ਚਾਹ ਉਹਦੀ ਜਿਹੜੀ ਹੈਗੀ ਹੈ ਤਾਂ 29 ਨੂੰ ਆ ਗਈ ਇਹ ਫੌਜ ਤਿੰਨ ਨੂੰ ਕੇਰਾ ਪੈ ਗਿਆ ਪੰਜ ਰਾਤ ਨੂੰ ਫਿਰ ਐਕਸ਼ਨ ਤੁਸੀਂ ਇਹ ਕਹਿ ਕੇ ਟ੍ਰੈਪ ਸੀਗਾ ਸੰਤਪਿੰਡਰ ਵਾਲੇ ਦਾ ਸੰਤ ਕਿਹਦਾ ਟ੍ਰੈਪ ਹੋ ਸਕਦਾ ਹੈ ਦੇਖੋ ਜੀ ਇਹ ਤੇ ਜੇ ਟ੍ਰੈਪ ਹੋ ਸਕਦਾ ਪਾਕਿਸਤਾਨ ਦਾ ਵੀ ਹੋ ਸਕਦਾ ਕੋਈ ਤੁਸੀਂ ਉਥੇ ਜ਼ਿਕਰ ਕਰ ਦਿਓ ਆਈਐਸਆਈ ਦਾ ਹਾਂ ਹਾਂ ਪਾਕਿਸਤਾਨ ਨੂੰ ਮੈਂ ਕਿਉਂ ਮਤਲਬ ਕੀ ਕੋਈ ਇਨਫੋਰਮੇਸ਼ਨ ਦੇਖੋ ਇਹ ਡਿਡਕਸ਼ਨਸ ਐਂਡ ਇਨਫਰੈਂਸੀ ਹੈ ਕਿ ਉਹ ਮੁੰਡੇ ਕੌਣ ਸੀਗੇ ਹਾਂਜੀ ਸਰਦਾਰ ਸੀ ਮੁੰਡੇ ਸਰਦਾਰ ਸੀ ਨਹੀਂ ਉਹ ਭੇਜੇ ਕੀ ਨਹੀਂ ਸੀਗੇ ਕੌਣ ਕਰਾਉਣਾ ਚਾਹੁੰਦਾ ਸੀ ਕਿ ਖਾਲਿਸਤਾਨ ਡਿਕਲੇਅਰ ਇਸ਼ੂ ਏ ਹੈ ਇਹਦੀ ਮੈਨੂੰ ਤਾਂ ਕੋਈ ਨੋ ਲੈਜ ਨਹੀਂ ਹੈਗੀ ਹੈਗੀ ਇਸ ਫੈਕਟਸ ਤੋਂ ਤੁਸੀਂ ਯੂ ਕੈਨ ਓਨਲੀ ਡਰਾ ਇਨਫਰੈਂਸ ਵਨ ਇਨਫਰੈਂਸ ਕਿ ਪਾਕਿਸਤਾਨ ਨੇ ਭੇਜ ਜਿਵੇਂ ਉਹਨਾਂ ਦੇ ਏਜੰਟ ਪ੍ਰੋਵੋਕੇਟਰ ਸੀਗੇ ਦੇ ਵਾਂਟਿਡ ਟੂ ਗੱਡ ਕਲੀਅਰ ਦੂਜੀ ਇੰਟਰਪ੍ਰੀਟੇਸ਼ਨ ਆ ਸਕਦੀ ਹੈ ਜੀ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਪ੍ਰੋਵੋਕ ਕਰਨਾ ਚਾਹੁੰਦੀ ਸੀ ਗਵਰਨਮੈਂਟ ਵੀ ਕਰ ਸਕਦੀ ਹੈ ਕਿ ਇਸ ਗੱਲ ਨੂੰ ਪ੍ਰੋਵੋਕ ਜਸਟੀਫਿਕੇਸ਼ਨ ਤੇ ਬਣਾਉਣੀ ਹੈ ਨਾ ਬਲੂ ਸਟਾਰ ਦੀ ਜਿਹੜੀ ਹੈਗੀ ਲੇਕਿਨ ਮੈਂ ਕੁਝ ਨਹੀਂ ਕਹਿ ਸਕਦਾ ਕਿ ਕੌਣ ਸੀ ਉਹ ਕਿਉਂਕਿ ਆਈ ਡੋਟ ਨੋ ਦੋਸ ਹੈ ਨਾ ਬਟ ਥੀਸ ਆਰ ਫੈਕਟਸ ਕਿ ਦੋਸ ਬॉयਜ਼ ਕੇਮ ਤੁਸੀਂ ਤਲਿਪ ਨੀਯਰ ਦੀ ਰਿਪੋਰਟ ਤੋਂ ਬਿਨਾਂ ਤੁਹਾਡੇ ਕੋਲ ਕੀ ਹੈ ਮੈਂ ਫਿਰ ਇਹ ਰਿਸੋਰਸ ਸੀਗਾ ਇਸ ਗੱਲ ਨੂੰ ਜਾਣਦਾ ਕਿ ਵਾਕਈ ਇਹ ਮੁੱਦੇ ਸੀ ਗਏ ਮੇਰੇ ਕੋਲੇ ਕੋਈ ਸੋਰਸ ਨਹੀਂ ਸੀਗਾ ਉਹਨਾਂ ਦੀ ਨਿਊਜ਼ ਦੀ ਪਬਲਿਕੇਸ਼ਨ ਤੋਂ ਬਾਅਦ ਥਰੂ ਬਾਈ ਆਨ ਸੋਰਸਸ ਅਕਾਲੀ ਦਲ ਤੋਂ ਹੋਰ ਮੈਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਕਿ ਬੰਦੇ ਸੰਤਾਨਾਂ ਵੀ ਤੁਹਾਡੀ ਗੱਲ ਹੋਈ ਲੰਗ ਗੱਲ ਹੋ ਰਹਾ ਨਹੀਂ ਸੰਤਾਨਾਂ ਦੇ ਦੇਖੋ ਸੰਤਾਨਾਂ ਮੇਰਾ ਕੋਈ ਜਿਉਂਦੇ ਸੀ ਉਦੋਂ ਹਾਂ 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 ਸੰਤ ਜਿਉਂਦੇ ਸੀ ਜਿਉਂਦੇ ਸੀ ਤਰੇ ਤੱਕ ਜੁਲਦੀ ਨਹੀਂ ਮੈਂ ਕਹਿ ਰਹੇ ਹਾਂ ਕਿ ਤਾਂ ਨਹੀਂ ਉਦੋਂ ਬਾਅਦ ਵੀ ਜਿਉਂਦੇ ਰਹਾ ਤੁਸੀਂ ਤਾਂ ਲੰਬਾ ਹਾਂ ਨਹੀਂ ਹਾਂ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਨਹੀਂ ਸੰਤਾਨਾਂ ਮੇਰੀ ਕਰਨੀ ਆਈ ਔਰ ਨਾਟ ਬਟ ਇਹ ਤਾਂ ਜਿਹੜੀ ਚੀਜ਼ ਸੀਗੀ ਸੰਤਾਂ ਦੀ ਲਾਈਫਟਾਈਮ ਚ ਟ੍ਰਿਬਿਊਨ ਚ ਆ ਗਈ ਸੀਗੀ ਪਬਲਿਕੇਸ਼ਨ ਚ ਆ ਗਈ ਸੀ ਤੁਸੀਂ ਆਪਣੀ ਕਿਤਾਬ 'ਚ ਜ਼ਿਕਰ ਕਰਦੇ ਹੋਗੇ ਕਿ ਸਮਝੌਤਾ ਵੀ ਹੋ ਗਿਆ ਸੀ ਪਾਕਿਸਤਾਨ ਨਾਲ ਬੀਐਨਜੀਰ ਦੇ ਨਾਲ ਇੱਕ ਸਮਝੌਤਾ ਹੋ ਗਿਆ ਸੀ ਫੇਰ ਇਹ ਥਿਉਰੀ ਕਿਵੇਂ ਮੈਨੂੰ ਫਿਰ ਪਾਕਿਸਤਾਨ ਕਰਾਉਣਾ ਚਾਹੁੰਦਾ ਸੀ ਜਾਂ ਉਹ ਉਹ ਨਹੀਂ 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 ਤੁਸੀਂ ਉਹ ਬਾਅਦ ਚ ਮੂਮੈਂਟ ਦੇ ਲਈ ਹੋਇਆ ਟਾਈਮ ਪੀਰੀਅਡ ਨੂੰ ਕਨਫਿਊਜ਼ ਕਰ ਰਹੇ ਹੋ ਤੁਸੀਂ ਉਹ ਸੀਗਾ 1989 ਦੇ ਵਿੱਚ ਸਾਰਕ ਦੀ ਕਾਨਫਰੰਸ ਹੋਈ ਸੀਗੀ ਪਾਕਿਸਤਾਨ اسلامਾਬਾਦ ਉਸ ਸਮੇਂ ਰਜੀਵ ਗਾਂਧੀ ਜੀ ਜਿਹੜੇ ਸੀਗੇ ਉਹ ਪ੍ਰਾਈਮ ਮਿਨਿਸਟਰ ਸੀਗੇ ਰਜੀਵ ਸੀਗਾ ਤੋਂ ਰਜੀਵ ਗਾਂਧੀ ਪਾਕਿਸਤਾਨ ਗਿਆ ਉੱਥੇ ਫਿਰ ਜਿਹੜਾ ਸੀਗਾ ਇਹਨਾਂ ਦੀ ਆਪਸ ਚ ਕੋਈ ਗੱਲਬਾਤ ਹੋਈ ਜਿਹਦੇ ਚ ਮੇਰੇ ਫੈਕਟਸ ਨੋਟਸ ਚ ਆਏ ਨੇ ਉਹ ਹੈ ਕਿ ਰਜੀਵ ਗਾਂਧੀ ਨੇ ਪੋਟੋ ਨੂੰ ਰਿਕਵੈਸਟ ਕੀਤੀ ਵੀ ਸਾਡੀ ਮਦਦ ਕਰੋ ਇਹ ਬਿਲ ਟੈਨਸ਼ਨ ਨੂੰ ਖਤਮ ਕਰਨ ਦੀ ਤੇ ਪੋਟੋ ਬਿਸਿਸ ਪੋਟੋ ਨੇ ਜਿਹੜਾ ਸੀਗਾ 바ਰਗੇਨ ਕੀਤਾ ਰਜੀਵ ਗਾਂਧੀ ਨਾਲ ਕਿ ਤੁਸੀਂ ਸਾਈਚਨ ਗਲੇਸ਼ੀਅਰ ਤੇ ਜਿਹੜੇ ਹਾਈਟਸ ਕੈਪਚਰ ਕੀਤੀਆਂ ਉੱਥੋਂ ਵਿਡਰੋ ਕਰ ਜੋ ਮਾਈ ਇਨਫੋਰਮੇਸ਼ਨ ਹੈ ਕਿ ਇਹ ਸਮਝੌਤਾ ਹੋ ਗਿਆ ਸੀਗਾ ਐਂਡ ਆਈਐਸਆਈਸੀ ਵਾਸ ਨਾਟ ਵਿਲਿੰਗ ਟੂ ਗਿਵ ਇਨਫੋਰਮੇਸ਼ਨ ਬੇਨजीर पुਟੋ ਦੇ ਉਹਦੇ ਹੋਮ ਮਿਨਿਸਟਰ ਨੇ ਫੋਰਸ ਕੀਤਾ ਤੇ ਇਨਫੋਰਮੇਸ਼ਨ ਡਿਟੇਲਸ ਇੰਟੈਲੀਜੈਂਸ ਮਿਲਟੈਂਟਸ ਦੇ ਬਾਰੇ ਉਹ ਦਿੱਤੀ ਗਈ ਅ ਰਜੀਵ ਗਾਂਧੀ ਪੁੱਟੋ ਨੇ ਅਲੱਗ ਕੀਤਾਗਾ ਸ਼ੀ ਇਸ ਗੋਨ ਔਨ ਪਬਲਿਕ ਰਿਕਾਰਡ ਕਿ ਵੀ ਰਜੀਵ ਗਾਂਧੀ ਬੈਕਡ ਆਊਟ ਫਰਮ ਹਿਸ ਪਾਰਟ ਆਫ ਦਾ ਕਮਿਟਮੈਂਟ ਪਰ ਮੈਂ ਜਿਹੜਾ ਸੀ ਆਨਰ ਕੀਤਾ ਔਰ ਇਹਦੀ ਰੈਫਰੈਂਸ ਤੁਹਾਨੂੰ ਜੇ ਤੁਸੀਂ ਮੰਨ ਲਓ ਥੈਂਟਿਸਿਟੀ ਪੁਆਇੰਟ ਆਫ View ਯਾ ਪੁੱਛਣਾ ਚਾਹੋ ਨੀਓ ਕਈ ਸੋਰਸ ਤੋਂ ਮਿਲ ਜਾਈ ਤਿੰਨ ਸੋਰਸ ਬੈ ਤੁਹਾਨੂੰ ਦੱਸ ਦਿੰਦਾ ਇੱਕ ਤੇ ਜਿਹੜੀ ਜੁਆਇੰਟ ਕਿਤਾਬ ਲਿਖੀ ਹੈਗੀ ਦੁੱਲਤਪੁਰਾ ਨੇੜਾ ਯਸ ਦੁੱਲਤ ਸਾਹਿਬ ਜਿਹੜੇ ਕਿ ਆਈਬੀ ਤੇ ਰੋ ਦੋਨਾਂ ਦੇ ਚੀਫ ਰੇਨ ਇੰਡੀਆ ਦੇ ਤੇ ਆਈਐਸਆਈ ਚੀਫ ਜਿਹੜਾ ਹੈਗਾ ਉਹਦੇ ਜਿਹਦੀ ਇੱਕ ਫੁੱਟਨੋਟ ਦੇ ਤੌਰ ਦੇ ਉੱਤੇ ਪਾਸਿੰਗ ਰੈਫਰੈਂਸ ਹੈਗੀ ਹੈ ਜਿੱਥੋਂ ਮੈਨੂੰ ਇੱਕ ਕਲੂ ਮਿਲਿਆ ਸੁਬੇ ਲਈ ਤੇ ਫਿਰ ਮੈਂ ਇਹਦੀ ਪ੍ਰੂਵ ਕੀਤੀ ਦੂਜੀ ਕਿਤਾਬ ਇੱਕ ਆਈਐਸਆਈ ਤੇ ਲਿਖੀ ਹੈਗੀ ਇੱਕ ਅਮਰੀਕਨ ਨੇ ਹੈ ਜੀ ਉਹ ਕਿਤਾਬ 'ਚ ਵੀ ਜ਼ਿਕਰ ਕਰਦਾ ਇਸ ਗੱਲ ਦਾ ਤੀਜੀ ਫਿਰ ਮੈਨੂੰ ਇੱਕ ਇੰਡੀਅਨ ਡਿਪਲੋਮੈਟ ਆ ਉਹਨੇ ਕਿਤਾਬ ਲਿਖੀ ਹੈ ਉਹਦੇ 'ਚ ਵੀ ਉਹਦੀ ਇੱਕ ਰੈਫਰੈਂਸ ਮਿਲੇ ਔਰ ਉਹ ਮੈਂ ਤਿੰਨੋਂ ਰੈਫਰੈਂਸਸ ਆਪਣੀ ਕਿਤਾਬ 'ਚ ਕੋਟ ਕੀਤੀਆਂ ਨੇ ਕਿ ਇਹ ਵਾਕਿਆ ਹੋਇਆ ਔਰ ਉਸ ਯੂ ਸੀ ਆਫ ਕੌਰਸ militants had lost their uh, goodwill je koi sigi goodwill kad pehla ta hai ni si goodwill but je koi maadi moti sigi punjab ch pindan ch oh they had lost goodwill no violence ho gayi uh, criminalization of uh, terrorism ho gaya lutbar shuru ho gayi oh separate oh, i have dealt in detail those facts there uh, in a fresh recruitment militants di band ho gayi there were many factors which ultimately led to elimination of militancy ਬਕ ਗਰੀ ਸਡਨ ਇਕਦਮ ਤੁਸੀਂ ਦੇਖਿਆਗਾ ਡੇਢ ਦੋ ਸਾਲ ਦੇ ਵਿੱਚ ਚੜਦੇ ਤੋਂ ਚੜਦਾ ਵੀ ਜਿਹੜਾ ਮਿਨੀਟੈਂਟ ਸੀਗਾ ਉਹ ਐਲੀਮੀਨੇਟ ਹੋ ਗਏ ਉਹ ਇਨਫੈਕ ਦੁੱਲਰ ਦੀ ਕਿਤਾਬ ਚ ਉਹ ਆਈਐਸਆਈ ਦਾ ਜਿਹੜਾ ਹੈਡ ਸੀ ਉਹ ਕਹਿੰਦਾ ਵੀ ਵਾਈ ਡਿਡ ਯੂ ਟੇਕ ਸੋ ਲੌਂਗ ਟੂ ਐਕਟ ਔਨ ਦ ਇਨਫੋਰਮੇਸ਼ਨ ਸੋ ਉਹ ਇਨਫੋਰਮੇਸ਼ਨ ਤੇ ਐਕਟ ਕੀਤਾ ਜਾ ਕੇ ਇੰਡੀਆ ਨੇ 1990 ਤੋਂ ਬਾਅਦ ਆਰ ਇਹ ਜਿਹੜਾ ਆਈਐਸਆਈ ਤੇ ਜਿਹਨੇ ਕਿਤਾਬ ਲਿਖੀ ਹੈਗੀ ਉਹਦੀ ਦੀ ਮੈਂ ਗੱਲ ਕਰ ਰਿਹਾਗਾ ਪਾਕਿਸਤਾਨ ਦੀ ਹੋਈ ਹੈ ਉਹ 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 ਮੈਂ ਤਾਂ ਨਹੀਂ ਵਰਡ ਯੂਜ਼ ਕਰ ਰਹਾ ਉਹਨੇ ਵਰਡ ਯੂਜ਼ ਕੀਤਾ ਕਿ ਪਾਕਿਸਤਾਨ ਬਿਟਰੇਡ ਦਾ ਮਿਲਟੈਂਟਸ ਅਰ ਇਹ ਮਿਲਟੈਂਟਸ ਹਮੇਸ਼ਾ ਸੋਚਦੇ ਸੀ ਵੀ ਪਾਕਿਸਤਾਨ ਖਾਲਸਤਾਨ ਦੀ ਖਾਲਸਤਾਨ ਬਸ ਨੈਵਰ ਅਜੰਡਾ ਆਫ ਪਾਕਿਸਤਾਨ ਪਾਕਿਸਤਾਨ ਦਾ ਅਜੰਡਾ ਸੀਗਾ ਸਿਰਫ ਕਿ ਇੰਡੀਆ ਚ ਕਾਇਓਸ ਕ੍ਰੀਏਟ ਕਰੋ ਇੰਟਰ ਕਮਿਊਨਿਟੀ ਕਲਾਸ਼ ਜਿਹੜੇ ਨੇਗੇ ਉਹ ਕ੍ਰੀਏਟ ਕਰੋ ਕ੍ਰਾਸ ਮਾਈਗ੍ਰੇਸ਼ਨ ਕਰੋ ਸਿੱਖ ਬਾਹਰੋਂ ਅੰਦਰ ਆਉਣ ਹਿੰਦੂ ਇਥੋਂ ਬਾਹਰ ਜਾਵੇ ਪੰਜਾਬ ਚੋ ਇਹੀ ਕਾਰਨ ਹੈ ਕਿ ਮਿਲਟੈਂਟਸ ਨੂੰ ਕਦੇ ਉਹਨਾਂ ਦੀ ਹਦਾਇਤ ਸੀ ਵੀ ਫੌਜ ਨਾਲ ਨਾ ਪੰਗਾ ਲਿਓ ਤੁਸੀਂ ਦੇਖੋ ਅਫਗਾਨਿਸਤਾਨ ਚ ਮਿਲਟੈਂਟਸ ਕਿਵੇਂ ਅਟੈਕ ਕਰਦੇ ਨੇ ਫੌਜ ਨੂੰ ਪੰਜਾਬ ਦੇ ਮਿਲਟੈਂਟਸ ਆਮ ਆਦਮੀ ਨੂੰ ਮਾਰਦੇ ਰਹੇ ਨੇ ਨੇਚਰ ਆਫ ਵੈਪਨ ਦੇਖੋ ਤੁਸੀਂ ਉਹਨਾਂ ਕੋਲ ਕੋਈ ਸਮਾਲ ਆਰਮਸ ਸੀ ਵੱਡਾ ਵੈਪਨ ਤਾਂ ਇਹਨਾਂ ਨੂੰ ਦਿੱਤਾ ਹੀ ਨਹੀਂ ਕਦੇ ਹੈਵੀ ਵੈਪਨ ਜਿਹੜਾ ਕਿਉਂਕਿ ਪਾਕਿਸਤਾਨ ਦਾ ਏਮ ਜਿਹੜਾ ਸੀਗਾ ਉਹ ਆਰਮੀ ਦੇ ਨਾਲ ਕਲੈਸ਼ ਕਰਾ ਕੇ ਕੋਈ ਖਾਲਸਤਾਨ ਕ੍ਰੀਏਟ ਕਰਨਾ ਨਹੀਂ ਸੀਗਾ ਉਹਨਾਂ ਦਾ ਇਹਮ ਸੀਗਾ ਕਯਾਸ ਕ੍ਰੀਏਟ ਕਰਨਾ ਇੰਡੀਆ 'ਚ ਦੇ ਵਰ ਫੁੱਲੀ ਅਵੇਅਰ ਅਰ ਤੁਸੀਂ ਜਿੰਨੇ ਵੀ ਤੁਹਾਡੇ ਸੋ ਕਾਲਡ ਲੀਡਰ ਹੈ ਨੇ ਖਾਲਸਤਾਨ ਦੇ ਜਗਜੀਤ ਸਿੰਘ ਚੋਹਾਨ ਹੈ ਜਦ ਇਹ ਮਿਲਟੈਂਸੀ ਖਤਮ ਹੋ ਗਈ ਪਾਕਿਸਤਾਨ ਨੇ ਇਹ ਵੀ ਤੁਹਾਨੂੰ ਦੱਸਦਾ ਮੈਂ ਤਿੰਨ ਆਪਸ਼ਨ ਦਿੱਤੀਆਂ ਮਿਲਟੈਂਟਸ ਨੂੰ ਕਿ ਤੁਸੀਂ ਇੱਥੇ ਰਹਿਣਾ ਇੱਥੇ ਰਹਿ ਲਓ ਬਾਹਰ ਜਾਣਾ ਤੁਹਾਨੂੰ ਫਾਲਸ ਪਾਸਪੋਰਟ ਦੇ ਦਿੰਦੇ ਆ ਬਾਹਰ ਚਲੇ ਜਾਓ ਇੰਡੀਆ ਜਾਣਾ ਇੰਡੀਆ ਵਾਪਸ ਚਲੇ ਜਾਓ ਅਰ ਵੱਡੇ ਕਹਿੰਦੇ ਕਹਾਉਂਦੇ ਮਿਲਟੈਂਟਸ ਐਂਡ ਆਈਡੀਓਲੋਜੀ ਆਈਡਿਓਲੋਗਸ ਫਿਰ ਇੰਡੀਆ ਵਾਪਸ ਆਏ ਕਈ ਜਗਜੀਤ ਸਿੰਘ ਚੋਹਾਨ ਡਾਕਟਰ ਸੋਨ ਸਿੰਘ ਐਂਡੀ ਵਾ ਨੇਪਾਲ ਇੱਥੇ ਆ ਕੇ ਉਹਨਾਂ ਦੀ ਇੰਟਰੋਗੇਸ਼ਨ ਤੁਸੀਂ ਦੇਖੋ ਉਹਨਾਂ ਨੇ ਖੁਦ ਕਿਹਾ ਹੈਗਾ ਕਿ ਪਾਕਿਸਤਾਨ ਹੈਜ਼ ਬੀਨ ਬੇਕਿੰਗ ਅ ਫੂਲ ਆਫ ਅਸ ਜ਼ਫਰਵਾਲ ਉਹ ਸਵਿਟਜ਼ਰਲੈਂਡ ਚਲਾ ਗਿਆ ਸੀ ਪਾਕਿਸਤਾਨ ਦੇ ਪਾਸਪੋਰਟ ਤੇ ਬਦਲ ਸਰਕਾਰ ਟਾਈਮ ਹੀ ਆਇਆ ਫਿਰ ਬਾਤ ਆਏ ਨੇਗੇ ਔਰ ਉਹਨਾਂ ਦੀ ਜਿਹੜੇ ਕੇਸਸ ਸੀਗੇ ਉਹ ਜੁਡੀਸ਼ੀਅਲ ਪ੍ਰੋਸੈਸ ਦੇ ਨਾਲ ਕਲੋਜ਼ਰ ਕੀਤਾ ਗਿਆ ਉਹਨਾਂ ਦਾ ਤੇ ਉਹਨਾਂ ਨੂੰ ਦੁਆਰਾ ਮੇਨ ਸਟ੍ਰੀਮ ਚ ਲਿਆ ਕੇ ਰੀਹੈਬਿਲੀਟੇਟ ਕੀਤਾ ਗਿਆ ਐਜ਼ ਪੋਜ਼ਿਟਿਵ ਨਾਗਰਿਕ ਜਿਹੜੇ ਨੇ ਪ੍ਰੋਡਕਟਿਵ ਨਾਗਰਿਕ ਤਾਂ ਉਹਦੀ ਪੁਲਿਸ ਨੇ ਅਰੇਸਟ ਦਿਖਾਈ ਸੀ ਉਹਨਾਂ ਦੀ ਨੰਬਰ ਸਰ ਤੋਂ ਤਾਂ ਦੇਖੋ ਅਰੇਸਟ ਤਾਂ ਦਿਖਾਣੀ ਪਊਗੀ ਤੁਹਾਨੂੰ ਜੇ ਤੁਹਾਡੇ ਰਿਕਾਰਡ ਚ ਐਫ ਆਈ ਆਰਸ ਦਰਜ ਨੇਗੇ ਕਿਸੇ ਦੇ ਖਿਲਾਫ ਹੈ ਨੀ ਸੋ ਇਹ ਮੇਨਸਟ੍ਰੀਮਿੰਗ ਆਫ ਮਿਲੀਟੈਂਟਸ ਸੀਗਾ ਹੈ ਨੀ ਇਹ ਐਫਰਟ ਹੋਇਆ ਔਰ ਓਵਰ ਅ ਪੀਰੀਅਡ ਆਫ ਟਾਈਮ ਫਿਰ ਜਿਹੜਾ ਹੈਗਾ ਹੁਣ ਤੇ ਮੇਨ ਜਿਹੜਾ ਕਨਸਰਨ ਹੈਗਾ ਡਾਇਸਪੋਰਾ ਦਾ ਬੜਾ ਰੋਲ ਰਿਹਾ ਹੈਗਾ ਲੇਕਿਨ ਡਾਇਸਪੋਰਾ ਅਜੇ ਵੀ ਉਹ ਹੈਗਾ ਸੈਗਮੈਂਟ ਜਿਹੜੇ ਕਹਿੰਦੇ ਨੇ ਬਟ ਮੇਨ ਕਨਸਰਨ ਆਫ ਡਾਇਸਪੋਰਾ ਨਾਓ ਇਸ ਹਿਊਮਨ ਰਾਈਟਸ ਜਿਹੜੀਆਂ ਵਾਇਲੇਸ਼ਨਸ ਹੁੰਦੀਆਂ ਜ਼ਿਆਦਤੀਆਂ ਹੁੰਦੀਆਂ ਨੇ ਐਕਸੈਸਸ ਹੁੰਦੀਆਂ ਨੇ ਗਿਆ ਖਾਲਸਤਾਨ ਬਾਰੇ ਤਾਂ ਕੋਈ ਗੱਲ ਕਰਦਾ ਹੀ ਨਹੀਂਗਾ ਨਹੀਂ ਪਹਿਲਾਂ ਸੀ ਤੁਹਾਨੂੰ ਲੱਗਦਾ ਹਿਊਮਨ ਰਾਈਟਸ ਵਾਇਲੇਸ਼ਨ ਹੋਈਆਂ ਉਹ ਸੈਂਸ ਤਾਂ ਦੇਖੋ ਹਿੰਦੁਸਤਾਨ ਦੇ ਵਿੱਚ ਰੂਲ ਆਫ ਲਾ ਹੈ ਹਾਂਜੀ ਲੇਕਿਨ ਰੂਲ ਆਫ ਲਾ ਨੂੰ ਆਬਜ਼ਰਵ ਕਰਦੇ ਵੀ ਕਈ ਵਾਰ ਤੁਸੀਂ ਹਿਊਮਨ ਰਾਈਟਸ ਵਾਇਲੇਟ ਕਰ ਲੈਂਦੇ ਹੋ ਅਰ ਉਹ ਜਿਵੇਂ ਅਕਾਲੀ ਦਲ ਹੁਣ ਤੇ ਤੁਸੀਂ ਅਫਸਰ ਨਹੀਂ ਹੋ ਖੁੱਲ ਕੇ ਬੋਲ ਸਕਦੇ ਹੋ ਦੱਸ ਸਕਦੇ ਹੋ ਜਿਵੇਂ ਅਕਾਲੀ ਦਲ ਧਾਰਾ 25 ਬੀ ਤੋਂ ਲੈ ਕੇ ਅਨੰਦਪੁਰ ਦੇ ਮਤੇ ਚੈਨਿਆ ਸਾਰਾ ਕੁਝ ਸੀਗਾ ਤੁਸੀਂ ਤੁਸੀਂ ਉਹਨੂੰ ਉਹਨੂੰ ਕਿਵੇਂ ਦੇਖਦੇ ਹੋ ਸਾਰੀਆਂ ਗੱਲਾਂ ਨੂੰ ਮੈਨੂੰ ਇੱਕ ਗੱਲ ਦੱਸੋ ਵੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ ਕੀ ਤੁਸੀਂ ਇਹ ਇੱਕ ਜੋ ਬੈ ਮੇਰੀ ਮੇਰੀ ਸੁਣ ਲਓ ਨਹੀਂ ਨਹੀਂ ਮੈਂ ਕਹਿੰਦਾ ਜੋ ਵੀ ਸੀਗਾ ਮੇਰੀ ਸੁਣ ਲਓ ਨਾ ਮੈਂ ਦੱਸ ਜੋ ਵੀ ਸੀਗਾ ਤੁਸੀਂ ਉਹ ਚ ਇਨਜਸਟਿਸ ਮੰਨਦੇ ਹੋ ਕਿ ਅਗਰ ਉਹਦੀ ਲੜਾਈ ਤੇ ਜਸਟਿਸ ਨਹੀਂ ਹੋਇਆ ਨਹੀਂ ਮੇਰੀ ਸੁਣਤਾ ਲਓ ਨਾ ਇਹ ਸਟ੍ਰੈਟਜੀ ਹੁੰਦੀ ਹੈ ਕਿ ਸਰਕਾਰਾਂ ਦੀ ਕਿ ਤੁਸੀਂ ਇੱਕ ਇੱਕ ਪਬਲਿਕ opinion ਬਿਲਡ ਕਰਦੇ ਹੋ ਵੀ ਇਹ ਖਾਲਸਤਾਨੀ ਹੈ ਐਂਟੀ ਨੈਸ਼ਨਲ ਹੈ ਇਹ ਫਲਾਨਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਇੱਕ ਬਿਲਟ ਅਪ ਕੀਤਾ ਗਿਆ ਸਾਰੇ ਹਿੰਦੁਸਤਾਨ ਚ ਕਿ ਜੀ ਇਹ ਐਂਟੀ ਨੈਸ਼ਨਲਿਸਟ ਨੇ ਉਹ ਤਾਂ ਫੈਡਰਲ ਸਟਰਕਚਰ ਦੀ ਲੜਾਈ ਹੋਈ ਹੈ ਬੇਸਿਕਲੀ ਉਹੀ ਚੀਜ਼ ਤੁਹਾਡੇ ਤਾਮਿਲਨਾਡੂ ਦੀ ਪਾਰਟੀ ਨੇ ਕੀਤੀ ਡੀਐਮ ਕੀ ਦੇ ਏਡੀਐਮ ਕੇ ਨੇ ਉਹੀ ਗੱਲ ਜੋਤੀ ਬਾਸੂ ਗੱਲ ਕਰਦਾ ਸੀਗਾ ਹੈ ਜੀ ਔਰ ਉਹੀ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਸਕਤ ਕਰਕੇ ਲੌਂਗੋਵਾਲ ਤੇ ਰਜੀਵ ਗਾਂਧੀ ਨੇ ਸਰਕਾਰੀਆ ਕਮਿਸ਼ਨ ਨੂੰ ਭੇਜਿਆ ਉਹ 5 ਸਾਲ ਪਹਿਲਾਂ ਕਿਉਂ ਨਹੀਂ ਸੀ ਭੇਜਿਆ ਜਾ ਸਕਦਾ ਹੈ ਜੀ ਉਦੋਂ ਕਹਿੰਦੇ ਹਾਂ ਬਾਤ ਨਹੀਂ ਕਰਾਂਗੇ ਇਹ ਤਾਂ ਆਪ ਐਂਟੀ ਨੈਸ਼ਨਲ ਹੋ ਉਹਦੀਆਂ ਕੁਝ ਮੰਗਾਂ ਮੰਨੀਆਂ ਚੋਂ ਲੰਗੋ ਵਾਲਾ ਸਮਝਾਉਂਦੇ ਨਹੀਂ ਚਲੋ ਉਹੀ ਮੈਂ ਤਾਂ ਬੰਦਾ ਮੈਂ ਤਾਂ ਧਤੇ ਪੁੱਛ ਰਿਹਾ ਕਿ ਬਾਕੀ ਮੰਗ ਰਏ ਸੀਗੇ ਕਿ ਪੰਜਾਬ ਚ ਸਿੱਖ ਮੰਗ ਰਏ ਸੀ ਇਸ ਕਰਕੇ ਹੋਇਆ ਨਹੀਂ ਦੇਖੋ ਇਹਨੂੰ ਇਹ ਨਾ ਇਟਸ ਅਗੇਨ ਅ ਮੈਟਰ ਆਫ ਪਰਸਪੈਕਸ਼ਨ ਕਿ ਇਹਨੂੰ ਤੁਸੀਂ ਸਿੱਖ ਥਿਊ ਕਰਦੇ ਹੋ ਨਹੀਂ ਮੈਂ ਕਹਿੰਦਾ ਜਦੋਂ ਬਾਕੀ ਰਾਜਾਂ ਚ ਵੀ ਮੰਗ ਸੀਗੀ ਮੇਰੀ ਸੱਚੀ ਲੜਾਈ ਚੱਲ ਰਹੀ ਸੀ ਉੱਥੇ ਤਾਂ ਇਹ ਨਹੀਂ ਹੋਇਆਗਾ ਇੱਥੇ ਕਿਉਂ ਇੱਥੇ ਗਲਤਾਨੀ ਬਣਾ ਕੇ ਟੈਸਟ ਬਣਾ ਕੇ ਪੇਸ਼ ਕਰੀ ਸਪੈਸਿਫਿਕਲੀ ਇੱਕ ਪੋਲਿਟিক্যাল ਸਟਰਗਲ ਆਫ ਪਾਵਰ ਸੀਗੀ ਬੀਟਵੀਨ ਅਕਾਲੀ ਦਲ ਐਂਡ ਕਾਂਗਰਸ ਪਾਰਟੀ ਅਕਾਲੀ ਦਲ ਨੇ ਦੱਬ ਕੇ ਜਿਹੜਾ ਸੀਗਾ ਐਮਰਜੈਂਸੀ ਨੂੰ ਅਪੋਜ਼ ਕੀਤਾ 1,60,000 ਦੇ ਕਰੀਬ ਬੰਦਾ ਅਰੈਸਟ ਹੋਇਆ ਐਮਰਜੈਂਸੀ ਚ ਹਾਂਜੀ ਸੋ ਉਹਨੂੰ ਤੁਸੀਂ ਜੇ ਕਹੋਗੇ ਅਕਾਲੀ ਦਲ ਕਹਿ ਰਿਹਾ ਹੈਗਾ ਉਹ ਗੱਲ ਨਹੀਂ ਬਣਦੀ ਸੋ ਯੂ ਹੈਵ ਟੂ ਲੇਬਲ ਇਟ ਲੇਬਲ ਕਰਨ ਦੇ ਲਈ ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕੱਢਿਆ ਮੈਂ ਆਪਾਂ ਤੁਸੀਂ ਪੜੋ ਉਹਦੇ ਵਿੱਚ ਉਹੀ ਅਨੰਦਪੁਰ ਸਾਹਿਬ ਉਹੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਫਿਰ ਸਰਕਾਰੀਆ ਕਮਿਸ਼ਨ ਨੂੰ ਗਿਆ ਕਿ ਇਹਦੇ ਤੇ ਐਡਜੂਡੀਕੇਟ ਕਰੋ ਜੇ ਐਂਟੀ ਨੈਸ਼ਨਲ ਡਾਕੂਮੈਂਟ ਸੀਗਾ ਤਾਂ ਅਰਜੀਵ ਗਾਂਧੀ ਨੇ ਕਿਉਂ ਕੋਰਟ ਦੇ ਵਿੱਚ ਨੌਂਗੋਵਾਲ ਨਾਲ ਇਹ ਸਮਝੌਤਾ ਕੀਤਾ ਕਿ ਹਾਂ ਫਿਰ ਸਿੱਖ ਧਰਮ ਦੇ ਮਾਣੇ ਧਾਰਨਾ ਕਿ ਅਸੀਂ ਸਿੱਖ ਸੀਗੇ ਸਾਡੇ ਨਾਲ ਤਾਂ ਇਹ ਹੋਇਆ ਦੇਖੋ ਉਹਨੂੰ ਮੈਂ ਉਹੀ ਅਰਜ਼ ਧਾਰਨਾ ਹੈਗੀ ਹੈ ਨਾ ਹੁਣ ਤੱਕ ਆਏ ਦੇਖੋ ਇਹ ਮੈਂ ਉਹੀ ਅਰਜ਼ ਕਰ ਰਿਹਾ ਕਿ ਇਹ ਮੈਟਰ ਆਫ ਪਰਸਪੈਕਸ਼ਨ ਹੈ ਸਿੱਖ ਵਿਲ ਆਲਵੇਜ਼ ਵੀਊ ਇਟ ਕਿ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਸੀਗੇ ਹਾਂਜੀ ਕਿਉਂਕਿ ਸਿੱਖਾਂ ਦੀ ਸਿੱਖਾਂ ਦੀ ਪਾਰਟੀ ਨੇ ਉਹ ਡਿਵਾਰਡ ਰੱਖੀ ਸੀਗੀ ਬਟ ਇਹ ਸਾਲਾਂ ਬਾਅਦ ਮੈਂ ਉਹ ਕਹਿਣਾ ਹੁਣ ਤੁਸੀਂ ਰਿਟਾਇਰ ਹੋ ਗਏ ਨੇ ਸਾਲਾਂ ਬਾਅਦ ਤੁਸੀਂ ਕਿਵੇਂ ਨਹੀਂ ਨਹੀਂ ਇਹ ਦੋਨੋਂ ਪੱਖ ਨੇ ਤੁਹਾਡਾ ਵੀ ਤਾਂ ਕੋਈ ਪੱਖ ਨਹੀਂ ਇਹਦੇ ਵਿੱਚ ਦੋਨੋਂ ਪੱਖ ਨੇ ਪਰਸਨਲੀ ਆਈ ਫੀਲ ਕਿ ਇਟ ਵਾਸ ਮੋਰ ਅ ਪਾਵਰ ਸਟਰਗਲ ਅ ਅਕਾਲੀ ਦਲ ਦੇ ਅਗੇਂਸਟ ਕਾਂਗਰਸ ਪਾਰਟੀ ਦੀ ਪਾਵਰ ਸਟਰਗਲ ਸੀ ਉਸ ਪਾਵਰ ਸਟਰਗਲ ਦੇ ਵਿੱਚ ਜੇ ਉਹਨੂੰ ਖਾਲਸ ਸਿੱਖਾਂ ਦਾ ਰੂਪ ਦਿੱਤਾ ਜਾ ਸਕਦਾ 댓 ਸਰਵਸ ਦਾ ਪਰਪਸ ਆਫ ਕਾਂਗਰਸ ਦੇ ਵਿਲ ਗਿਵ ਇਟ ਐਂਡ ਆਦਰਵਾਈਜ਼ ਦਾ ਕਹ ਨਹੀਂ ਕਹਿਣਗੇ ਨਹੀਂ ਉਹ ਕੋ ਕੇ ਕਲੇਮ ਟੂ ਬੀ ਅ ਸੈਕੂਲਰ ਪਾਰਟੀ ਸੋ ਕਾਂਗਰਸ ਵੱਲੋਂ ਤਾਂ ਕਦੇ ਨਹੀਂ ਕਿਹਾ ਗਿਆ ਵੀ ਅਸੀਂ ਸਿੱਖਾਂ ਦੇ ਵਿਰੋਧੀ ਹਾਂ ਉਹਨਾਂ ਨੇ ਕਿਹਾ ਆ ਅਨੰਤਪੁਰ ਰਾਹ ਸਾਹਿਬ ਰੈਜ਼ੋਲੂਸ਼ਨ ਜਿਹੜਾ ਹੈਗਾ ਇਹ ਐਂਟੀ ਨੈਸ਼ਨਲ ਹੈ ਇਸ 스테ਜ ਤੇ ਉਹਦੇ ਚ ਉੱਲੀ ਸ਼ਬਦ ਜਿਹੜਾ ਹੈਗਾ ਜਿਹਦੇ ਤੇ ਜੇ ਕੋਈ ਆਬਜੈਕਸ਼ਨ ਕਰ ਸਕਦਾ ਪੋਸੀਬਲੀ ਮੈਂ ਪੜਿਆ ਸਾਰਾ ਉਹ ਉਹ ਹੈ ਵੀ ਸਿੱਖਾਂ ਦਾ ਬੋਲਬਾਲਾ ਨਾਉ ਇਹਨੂੰ ਇੰਟਰਪ੍ਰੀਟ ਤੁਸੀਂ ਕਰੀ ਜਾਂਦੇ ਹੋ ਵੀ ਸਿੱਖ ਆਪ ਦੀ ਸੋਵਰੈਨਿਟੀ ਮੰਗਦੇ ਨੇ ਇਹ ਯੂ ਆਰ ਟਾਈਟਲ ਟੂ ਦਿਸ ਇੰਟਰਪ੍ਰੀਟੇਸ਼ਨ ਬਟ ਸਿੱਖਾਂ ਦਾ ਬੋਲ ਬਾਲਾ ਜਿਹੜਾ ਹੈ ਇਹ ਤੇ ਇੱਕ ਇੱਕ ਈਡੀਅਮ ਹੈ ਵਿਚ ਮੀਨਸ ਮੀਨਸ ਉਹਨੂੰ ਅੰਗਰੇਜ਼ੀ ਤੁਸੀਂ ਪ੍ਰੀਐਮਿਨੈਂਸ ਆਫ ਸਿਕਸ ਕਹਿ ਲੋ ਉਹਨੂੰ ਕਹਿ ਲੋ ਵੀ ਸਿੱਖਾਂ ਦੇ ਆਪਣੇ ਇੱਕ ਏਰੀਆ ਦੇ ਵਿੱਚ ਜਿਹੜਾ ਹੈਗਾ ਮੈਜੋਰਿਟੀ ਹੈਗੀ ਤੇ ਉਹ ਪਾਵਰ ਰਜੀਮ ਚਲਾਉਣ ਹੈ ਨਹੀਂ ਥੀਸ ਆਰ ਇੰਟਰਪ੍ਰੀਟੇਸ਼ਨਸ ਹੈ ਨਹੀਂ ਬਾਕੀ ਅੱਛਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਵੀ ਕਿੰਨੀਆਂ ਵਰਸ਼ਨਸ ਨੇਗੀਆਂ ਅਲਟੀਮੇਟਲੀ ਲੰਗੋਵਾਲ ਨੇ ਦਸਕਤ ਕਰਕੇ ਆਥੈਂਟਿਕ ਕਾਪੀ ਜਿਹੜੀ ਉਹ ਵਾਈਟ ਪੇਪਰ ਦੇ ਵਿੱਚ ਹੈ ਹੈ ਨਾ ਸੋ ਇਹ ਇਹ ਪੋਲਿਟিক্যাল ਫੋਰ ਦੇਖੋ ਮੇਰੇ ਹਿਸਾਬ ਦੇ ਨਾਲ ਪੰਜਾਬ ਦਾ ਜੋ ਦੁਖਾਂਤ ਹੈਗਾ ਜੋ ਵਾਪਰਿਆ ਹੈ ਜੀ ਉਹ ਇੱਕ ਤੇ ਸੈਂਟਰਲ ਗਵਰਨਮੈਂਟ ਦੀ ਅਪਰੋਚ ਟੁਵਰਡਸ ਪੰਜਾਬ ਸੈਂਟਰਲ ਗਵਰਨਮੈਂਟ ਦੀ ਪੋਸਟ ਟਾਈਮ ਦੀ ਪੋਲਿਟিক্যাল ਪਾਵਰ ਦੀ ਅਪਰੋਚ ਟੁਵਰਡਸ ਅਕਾਲੀ ਦਲ ਇਹ ਦੇਖੋ ਪੰਜਾਬੀ ਸੂਬਾ ਲੈ ਲਓ ਤੁਸੀਂ ਸਾਰੇ ਹਿੰਦੁਸਤਾਨ ਤੁਸੀਂ ਲੈਂਗੁਏਜ ਦੇ ਬੇਸ ਤੇ ਉੱਤੇ ਸੂਬੇ ਬਣਾਤੇ ਹੈ ਨਹੀਂ ਪੰਜਾਬ ਤੇ ਤੁਸੀਂ ਐਜੀਟੇਸ਼ਨ ਕਰਾਈ ਗਏ ਬਹਾਲ ਵਿਗੜ ਗਿਆ আর ਉਸ ਐਜੀਟੇਸ਼ਨ ਦੇ ਵਿੱਚ ਕਮਿਊਨਿਟੀਜ਼ ਦੇ ਵਿੱਚ ਪਾੜ ਪਾਇਆ ਹਿੰਦੀ ਪੰਜਾਬੀ ਦਾ ਹੈ ਨਹੀਂ ਕੀ ਲੋੜ ਸੀਗੀ ਅਲਟੀਮੇਟਲੀ ਵੀ ਤਾਂ ਤੁਸੀਂ ਦਿੱਤੇ ਹੀ ਪੰਜਾਬੀ ਸੂਬਾ ਹੈ ਨਹੀਂ ਤੇ ਜੇ ਜਦ ਜਦ ਦੂਜੀਆਂ ਸਟੇਟਾਂ ਨੂੰ ਦਿੱਤਾ ਹੈਗਾ ਪੰਜਾਬ ਨੂੰ ਵੀ ਨਾਲ ਦੇ ਦਿੰਦੇ ਤੇ ਸੰਤਾਂ ਨਾਲ ਤੁਹਾਡੀ ਮੁਲਾਕਾਤ ਹੋਈ ਇਸ ਦਿਮੇ ਜਦੋਂ ਪੰਜਾਬ ਸੀ ਕਿਹੜੇ ਸੰਤ ਪਿੰਡਰਾ ਵਾਲਾ ਉਹਨਾਂ ਨਾਲ ਸੰਤ ਪਿੰਡਰਾ ਨਾਲ ਮੇਰੀ ਜੀ ਇੱਕੋ ਵਾਰ ਮੁਲਾਕਾਤ ਹੋਈ ਸੀਗੀ ਉਸੇ ਜਦ ਮੈਂ ਏਡੀਸੀ ਫਰੀਦਕੋਟ ਸੀ ਮੈਂ ਤੁਹਾਨੂੰ ਦੱਸਿਆ ਵੀ ਸਰ ਸਿਮਰਜੀਤ ਸਿੰਘ ਮਾਨ ਮੇਰੇ ਇਕਵਾਂਢੀ ਸੀਗੇ ਉਹਨਾਂ ਕੋਲੇ ਸੰਤ ਆਉਦੇ ਹੁੰਦੇ ਸੀਗੇ ਤੇ ਉਹਨਾਂ ਨੇ ਇੱਕ ਦਿਨ ਟੈਲੀਫੋਨ ਕੀਤਾ ਵੀ ਸੰਤ ਆਏ ਨੇ ਤੁਹਾਡੇ ਕੋਲੇ ਆ ਰਹੇ ਨੇਗੇ ਇਹਨਾਂ ਦੀ ਜਰਾ ਗੱਲ ਸੁਣੋ ਸੋ ਮੇਰੇ ਘਰੇ ਆਏ ਸੀ ਸੰਤ ਜੇ ਬੈਠੇ ਰਿਹਾ 2 ਘੰਟਾ ਪੜੇ ਪ੍ਰੇਮ ਦੇ ਨਾਲ ਗੱਲ ਹੋਈ ਉਹ ਉਹ ਦੀ ਡਿਮਾਂਡ ਐਸੀ ਵੀ ਤੁਸੀਂ ਲਾਇਸੈਂਸ ਨਹੀਂ ਦਿੰਦੇ ਖੁੱਲਕੇ ਲਾਇਸੈਂਸ ਦਿਓ ਹਥਿਆਰਾਂ ਦੇ ਹਥਿਆਰਾਂ ਦੇ ਲਾਇਸੈਂਸ ਜਿਹੜੇ ਨੇ ਹੈ ਜੀ ਸੋ ਮੈਂ ਕਿਹਾ ਜੀ ਉਹ ਤਾਂ ਕਾਨੂੰਨਨ ਹੈਗਾ ਇੱਕ ਪ੍ਰੋਸੀਜਰ ਹੈ ਪੁਲਿਸ ਦੀ ਰეკਮੈਂਡੇਸ਼ਨ ਆਏਗੀ ਜਿਹੜੀ ਹੈ ਉਦੋਂ ਬਾਅਦ ਪ੍ਰੋਸੈਸ ਹੋਏਗੀ ਪ੍ਰੋਸੀਜਰ ਦੇ ਹਿਸਾਬ ਨਾਲ ਜਿਹਦਾ ਐਨਟਾਈਟਲਮੈਂਟ ਆ ਸੀ ਦੇ ਹੀ ਦੇਗਾ ਥੈਟ ਵਾਸ ਦਾ ਫਸਟ ਐਂਡ ਲਾਸਟ ਇੰਟਰੈਕਸ਼ਨ ਹੋਰ ਕੋਈ ਗੱਲਬਾਤਾਂ ਹੋਈਆਂ ਉਹ ਜਿਹੜੇ ਹੋ ਜਾਂਣਗੇ ਜੀ ਹੁਣ ਯਾਦ ਨਹੀਂ ਸੱਚੀ ਗੱਲ ਹੈ ਕਿਉਂਕਿ 78 79 ਦੀ ਗੱਲ ਹੈ ਹੈ ਨੀ ਸੋ ਇਹ ਗੱਲ ਮੇਰੇ ਜ਼ਰੂਰ ਯਾਦ ਹੈ ਕਿਉਂਕਿ ਫਿਰ ਜਦ ਮੈਂ ਅੰਬਰਸਰ ਗਿਆ ਮੈਂ ਦੇਖਿਆ ਵੀ ਕਿਵੇਂ ਵੈਪਨਸ ਜਿਹੜੇ ਨੇ ਉੱਥੇ ਲਾਇਸੈਂਸਡ ਵੀ ਸੀਗੇ ਅਨਲਾਇਸੈਂਸਡ ਵੀ ਸੀਗੇ ਤੁਹਾਨੂੰ ਕਿਵੇਂ ਲੱਗੇ ਸੰਤ ਮਤਲਬ ਓਵਰ ਆਲ ਚਾਹੇ ਤੁਹਾਡੀ ਮੁਲਾਕਾਤ ਹੋਈ ਚਾਹੇ ਤੁਸੀਂ ਵੈਸੇ ਓਰੀਜਨਲੀ ਸੰਤ ਜਿਹੜੇ ਸੀਗੇ ਬੜੇ ਧਾਰਮਿਕ ਖਿਆਲਾਂ ਦੇ ਸੀਗੇ ਬੜਾ ਰਿਸਪੈਕਟਡ ਪਰਸਨੈਲਿਟੀ ਸੀਗੇ ਹੈ ਨੀ ਔਰ ਉਹ ਸਿਰਫ ਰਿਫਾਰਮ ਦੀ ਗੱਲ ਕਰਦੇ ਸੀਗੇ ਕਿ ਤੁਸੀਂ ਸਿੱਖ ਆਈਡੈਂਟੀਟੀ ਜਿਹੜੀ ਹੈਗੀ ਐ ਅਬਰਤ ਛਕੋ ਨਾਮ ਜਪੋ ਭਲਾ ਕਰੋ ਇਦਾਂ ਦੀਆਂ ਗੱਲਾਂ ਕਰਦੇ ਸੀਗੇ ਔਰ ਉਹ ਸ਼ਰਾਬ ਦੇ ਹੋਰ ਡਰੱਗਸ ਦੇ ਇਹਦੇ ਉਲਟ ਬੋਲਦੇ ਸੀਗੇ ਹਾਂਜੀ ਇਹ ਉਹਨਾਂ ਦੀ ਮਤਲਬ ਇੱਕ ਤਰ੍ਹਾਂ ਦਾ ਸਾਰਾ ਪ੍ਰਚਾਰ ਹੀ ਉਹਨਾਂ ਦਾ ਇਸ ਇਸ਼ੂਜ਼ ਦੇ ਉੱਤੇ ਹੁੰਦਾ ਸੀ ਕਿ ਜਿਵੇਂ ਮਤਲਬ ਤੁਸੀਂ ਤਾਂ ਅਫਸਰ ਰਹੇ ਹੋ ਮੈਂ ਤਾਂ ਕਹਿ ਰਿਆਂਗਾ ਕਿ ਪ੍ਰਚਾਰ ਉਸ ਤੌਰ 'ਤੇ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਕਿ ਸੰਤ ਤੇ ਬਹੁਤ ਵੱਡਾ ਟੈਰਰਿਸਟ ਹੈ ਨਹੀਂ ਨਹੀਂ ਇਹ ਤਾਂ ਬਾਅਦ ਚ ਆ ਕੇ ਗੱਲ ਹੋਈ ਹੈ ਨਾ ਜੀ ਮੈਂ ਤਾਂ 78 79 ਦੀ ਗੱਲ ਕਰ ਰਿਆਂਗਾ ਨਾ ਉਸ ਤੋਂ ਬਾਅਦ ਤੁਸੀਂ ਕੀ ਮੰਨਦੇ ਹੋ ਮਾਲ ਬਾਅਦ ਦੀ ਵੀ ਸਾਰੀ ਮੈਂ ਦੇਖਾਂ ਜੀ ਕੋਈ ਕਿਵੇਂ ਦੇਖੀ ਉਹਨਾਂ ਵਿੱਚ ਐਜ਼ ਅ ਕਰਦਾਰ ਇੱਕ ਐਡੀ ਵੱਡੀ ਮੂਵਮੈਂਟ ਦੇ ਤੌਰ ਤੇ ਇਸ ਤਰ੍ਹਾਂ ਹੈ ਕਿ ਖਾਲਿਸਤਾਨ ਤੇ ਸਤ ਪਿੰਡਰਾਂ ਵਾਲੇ ਦੀ ਕਦੇ ਡਿਮਾਂਡ ਹੈ ਨਹੀਂ ਸੀ ਮੈਂ ਬੜੀਆਂ ਉਹਨਾਂ ਦੀਆਂ ਸਪੀਚਾਂ ਵੀ ਸੁਣੀਆਂ ਕਈਆਂ ਨੇ ਛਾਪੀਆਂ ਵੀ ਨੇ ਕਿਤਾਬਾਂ ਚ ਸਪੀਚਾਂ ਜਿਹੜੀਆਂ ਨੇ ਉਹ ਵੀ ਪੜੀਆਂ ਤੋਂ ਕਿਤੇ ਵੀ ਮੈਨੂੰ ਇਹ ਸ਼ਬਦ ਨਹੀਂ ਆਇਆ ਕਿ ਉਹਨਾਂ ਨੇ ਕਿਆ ਹੋਵੇ ਵੀ ਖਾਲਿਸਤਾਨ ਦਿਓ ਮੈਂ ਮੰਗਣਾ ਮੈਕਸਿਮ ਜਿਹੜਾ ਉਹਨਾਂ ਨੇ ਦੋ ਸਟੇਟਮੈਂਟ ਨੇ ਉਹਨਾਂ ਦੇ ਜਿਹੜੀਆਂ ਜਿਹਗੀਆਂ ਉਹ ਇਹ ਹੈ ਕਿ ਨਾ ਮੈਂ ਖਾਲਿਸਤਾਨ ਮੰਗਦਾ ਪਰ ਜੇ ਸਰਕਾਰ ਦੇਣਾ ਚਾਹੁੰਦੀ ਹੈ ਤੇ ਮੈਂ ਨਾ ਵੀ ਨਹੀਂ ਕਰਦਾ ਦੂਜਾ ਉਹਨਾਂ ਦਾ ਸਟੇਟਮੈਂਟ ਹੈਗਾ ਉਹ ਆਈ ਥਿੰਕ 84 ਦੇ ਨੇੜੇ ਆ ਕੇ ਆਏਗਾ ਵੀ ਜੇ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਤਾਂ ਖਾਲਿਸਤਾਨ ਦੀ ਨਹੀਂ ਜਿਹੜੀ ਹੈਗੀ ਉਹ ਰੱਖੀ ਰੱਖੀ ਜਾਏਗੀ ਆਦਰਵਾਇਜ਼ ਉਹ ਕਦੇ ਵੀ ਉਹਨਾਂ ਨੇ ਖਾਲਿਸਤਾਨ ਦੀ ਡਿਮਾਂਡ ਨਹੀਂ ਰੱਖੀ ਫਾਰਮਲੀ ਬਾਕੀ ਤੇ ਲੋਂਗੋਵਾਲ ਤੇ ਸੰਤ ਪੇਡਰਾ ਵਾਲੇ ਦੀ ਵੀ ਆਪਸ ਚ ਅਖੀਲੇ ਦਿਨਾਂ ਜਾ ਕੇ ਖੜਕੀ ਸੀਗੀ ਜਿਹੜੀ ਆਪ ਡਿਫਰੈਂਸ ਬੜੇ ਸੀਰੀਅਸ ਡਿਫਰੈਂਸਸ ਹੋ ਗਏ ਸੀਗੇ ਉਹ ਵੀ ਮੈਂ ਰਿਕਾਰਡ ਕੀਤੇ ਨੇ ਸਾਰੇ ਕਿਸ ਤਰ੍ਹਾਂ ਉਹਨਾਂ ਦੇ ਡਿਫਰੈਂਸਸ ਹੋਏ ਇਨਫੈਕਟ ਲੋਂਗੋਵਾਲ ਨੇ ਇੱਕ ਵਾਰ ਤੇ ਕਹਿ ਦਿੱਤਾ ਸੀਗਾ ਕਿ ਪਤਾ ਨਹੀਂ ਮੇਰੀ ਵਾਰੀ ਕਦੋਂ ਆ ਜੇ ਮੈਨੂੰ ਵੀ ਮਾਰ ਦੇਣ ਔਰ ਸਰਾਏ ਦੇ ਵਿੱਚ ਇਹ ਵੀ ਮੈਂ ਰਿਕਾਰਡ ਕੀਤਾ ਇਵਨ ਐਨ ਅਟੈਂਪਟ ਵਾਸ ਮੇਡ ਔਨ ਲੰਗੋਵਾਲ ਟੂ ਕਿਲ ਹਿਮ ਗਨੇਡ ਵਾਸ ਥਰੋਨ ਅੱਛਾ ਹਾਂ ਜੀ ਕਦੋਂ ਉਹ ਆ ਬਲੂ ਸਟਾਰ ਤੋਂ ਬਾਅਦ ਜੀ ਇਮੀਡੀਏਟਲੀ ਉਹਨਾਂ ਦੇ ਬਾਅਦ ਆ ਬ੍ਰਾਂਚ ਜਿਹੜਾ ਹੈਗਾ ਉਹ ਕੀ ਦੀ ਘਟਨਾ ਹੈ ਇਹ ਆਪਣੇ ਸਰਾਹਿ ਕੰਪਲੈਕਸ ਦੀ ਹੈਗੀ ਆਈ ਥਿੰਕ ਮੋਸਟਲੀ ਗੂਡ ਆਰਕ ਨਿਵਾਸ ਦੀ ਹੋਈ ਕਿਤਾਬ ਚ ਮੈਂ ਮੈਂਸ਼ਨ ਕੀਤਾ ਹੈਗਾ ਸੋਰਸ ਰਿਕਾਰਡ ਕੀਤਾ ਮੈਂ ਕਿ ਕਿਹਨੇ ਦੇਖਿਆ ਆਈ ਵਿਟਨੈਸ ਕੌਨਸੀ ਉਸ ਇਵੈਂਟ ਦਾ ਇਨਫੈਕਟ ਕੌਲ ਸੀਗਾ ਉਹ ਨੋ ਹੁਣ ਮੈਨੂੰ ਯਾਦ ਆਉਂਦੀ ਕਿਤਾਬ ਚ ਮੈਂਸ਼ਨਡ ਆ ਇਨਫੈਕਟ ਗਵਰਨਮੈਂਟ ਨੂੰ ਡਰ ਸੀ ਕਿ ਲੌਂਗੋਵਾਲ ਨੂੰ ਤੇ ਤੋੜੇ ਨੂੰ ਇਹ ਮਾਰਨਾ ਦੇਣ ਮਿਲੀਟੈਂਟਸ ਤੋਂ ਜਨਰਲ ਬ੍ਰਿਗੇਡੀਅਰ ਗੁਰਾਏ ਦੀ ਤੇ ਇਹਦੇ ਨਾਲ ਇੱਕ ਕਰਨਲ ਅਦੇਸ਼ ਸ਼ਰਮਾ ਜੀ ਸੀਗੇ 15 ਡਿਵੀਜ਼ਨ ਇਹਨਾਂ ਦੋਨਾਂ ਦੀ ਡਿਊਟੀ ਲੱਗੀ ਕਿ ਤੁਸੀਂ ਜਾ ਕੇ ਇਹਨਾਂ ਨੂੰ ਕੱਢ ਕੇ ਲਿਆਓ ਅੰਦਰ ਤੇ ਜਿਹੜੀਆਂ ਯੂਨਿਟਸ ਨੇ ਪਾਰਟਿਸਿਪੇਟ ਕੀਤਾ ਦਰਬਾਰ ਸਾਹਿਬ ਤੇ ਐਕਸ਼ਨ ਤੇ ਉਸ ਤੋਂ ਬਾਹਰਲੇ ਜੇ ਕੋਈ ਫੌਜੀ ਸੀਗੇ ਸਭ ਤੋਂ ਪਹਿਲਾਂ ਉੱਤੇ ਪਹੁੰਚਣ ਵਾਲੇ ਉਹ ਗੁਰਾਇਆ ਤੇ ਕਾਨੂੰਨ ਅਦੇਸ਼ ਸੀਗੇ ਐਸੀ ਗੁਰਾਇਆ ਉਹਨਾਂ ਦੀ ਇੰਟਰਵਿਊ ਕਰ ਲੈਣਾ ਕਦੇ ਉਹ ਤੁਹਾਨੂੰ ਡਿਟੇਲਸ ਦੇ ਦੇਣਗੇ ਦਿੱਤੀ ਹੈ ਉਹਨਾਂ ਨੇ ਕੀਤੀ ਐਂਟਰਵਿਊ ਉਹਨਾਂ ਨੇ ਇਹ ਕਿੰਸੀਡੈਂਟ ਤੁਸੀਂ ਕਿਤਾਬ ਚ ਕਹਿੰਦੇ ਬੰਬੇ ਵਾਲਾ ਜਿਹੜਾ ਬੰਬੇ ਦੇ ਅੰਦਰ ਕੋਈ ਵੱਡਾ ਐਕਸ਼ਨ ਨਹੀਂ ਉਹ ਤੇ ਆਈਐਸਆਈ ਦੀ ਸੀਗੇ ਜੀ ਬਿਸਟਿਵੀਅਸ ਪਲਾਨਡ ਕਿ ਵੀ ਜਿੱਦਾਂ ਅਮਰੀਕਾ ਚ 10 ਸਾਲ ਬਾਅਦ ਟ੍ਰੇਡ ਸੈਂਟਰ ਦੇ ਵਿੱਚ ਜਾ ਕੇ ਜਹਾਜ਼ ਮਾਰਿਆ ਗਿਆ ਵੀ ਬੰਬੇ ਹਾਈ ਜਿੱਥੇ ਆਪਣਾ ਰਗੈ ਆਇਲ ਰਗੈ ਸੁੰਦਰ ਦੇ ਵਿੱਚ ਵੀ ਉੱਥੇ ਜਹਾਜ਼ ਮਰਵਾਇਆ ਗਿਆ ਤੇ ਉਹਨਾਂ ਨੇ ਜਿਹੜਾ ਸੀ ਇੱਕ ਮੁੰਡੇ ਨੂੰ ਟ੍ਰੇਨ ਕਰਵਾਇਆ ਇੰਡੀਆ ਚ ਫਲਾਈਂਗ ਕਲੱਬ ਚ ਤੇ ਅਲਟੀਮੇਟਲੀ ਉਹਨੇ ਜਹਾਜ਼ ਜਾ ਕੇ ਮਾਰਨਾ ਸੀ ਪਰ ਉਹ ਕਾਮਯਾਬ ਨਹੀਂ ਹੋਈ ਜਿਹੜੀ ਤੇ ਆਈਐਸਏ ਪਲਾਨ ਕਰ ਰਿਹਾ ਸੀ ਪਲਾਨ ਹੋਇਆ ਸੀ ਤੁਸੀਂ ਤਾਂ ਬਾਰਡਰ ਕਿੰਨਾ ਚਿਰ ਰਹੇ ਤੁਸੀਂ ਡੀਸੀ ਉੱਥੇ ਹਮਸਰ ਮੈਂ ਜੀ 87 ਦੇ ਐਂਡ ਤੱਕ ਮਿਡਲ ਜੇ ਤੱਕ ਜਿਹੜਾ ਹੈਗਾ 84 ਤੇ 87 ਤੱਕ ਰਹੇ ਤੁਸੀਂ ਫਿਰ ਤੁਸੀਂ ਉਦੋਂ ਦੇਖਦੇ ਰਹੇ ਸਾਰਾ ਕੁਝ ਜਿਵੇਂ ਤੁਸੀਂ ਕਹਿੰਦੇ ਹੋਗੇ ਕਿ ਉਹ ਮੁੰਡੇ ਪਾਕਿਸਤਾਨ ਦੀ ਆਈਐਸਆਈ ਦੇ ਹੋ ਸਕਦੇ ਨੇ ਜਿਹੜੇ ਆ ਕੇ ਕਹਿੰਦੇ ਸੀ ਖਾਲਸਾ ਢਪੇਰ ਦੋ ਨਹੀਂ ਇਹ ਤਾਂ ਇਵੈਂਟ ਜਿਹੜਾ ਹੈਗਾ ਤੁਸੀਂ ਬਾਅਦ ਚੁੱਕੀ ਦੇਖਦੇ ਰਹੇ ਤਿੰਨ ਸਾਲ ਕੀ ਦੇਖਿਆ ਤੁਸੀਂ ਨਹੀਂ ਤਿੰਨ ਸਾਲ ਜਿਹੜਾ ਹੈਗਾ ਆਬਜ਼ਰਵ ਕੀਤਾ ਬਾਰਡਰ ਏਰੀਆ ਸਾਰਾ ਤੁਹਾਡੇ ਕੋਲ ਸੀਗਾ 2 ਸਟਾਰ ਤੋਂ ਬਾਅਦ ਤਾਂ ਵਿਡਰੋਅ ਸ਼ੁਰੂ ਹੋ ਗਿਆ ऑपरेशन विड्रोज ਦੇ ਵਿੱਚ ਸਰਚਸ ਐਂਡ ਸੀਜ਼ਰ ਸ਼ੁਰੂ ਹੋ ਗਈਆਂ ਪਟਾਚੀ ਤੋਂ मोस्ट ਆਫ ਦਾ ਮਿਲੀਟੈਂਟਸ ਆਈਦਰ ਵੈਂਟ ਅੰਡਰਗਰਾਉਂਡ ਜਾਂ ਉਹ ਕ੍ਰਾਸਓਵਰ ਕਰ ਗਏ ਪਾਕਿਸਤਾਨ ਤੇ ਉਹ ਫੌਜ ਵਿਦਡਰਾਅ ਜਦ ਹੋਈ ਹੈ ਉਦੋਂ ਬਾਅਦ ਸਲੋਲੀ ਫਿਰ ਉਹ ਦੁਆਰਾ ਆਏ ਨੇਗੇ ਐਕਚੁਅਲੀ ਜੇ ਤੁਸੀਂ ਫਿਗਰਸ ਦੇਖੋ 85 ਚ ਈਵਨ ਬਹੁਤ ਕੱਟ ਕਲਿਕਸ ਹੋ ਜਾਣੇਗੇ 86 ਚ ਵੀ ਕੱਟ ਹੋਈਆਂ ਨੇਗੇ ਦਿੱਲੀ ਦੇ ਮਤਲਬ ਸਿੱਖਾਂ ਦੇ ਖਿਲਾਫ ਜਿਹੜੀ ਵਾਇਲੈਂਸ ਹੋਈ ਹੈਗੀ ਜਾਂ ਦੂਜੇ ਸ਼ਹਿਰਾਂ 'ਚ ਹੋਈ ਹੈਗੀ ਉਸ ਤੋਂ ਬਾਅਦ ਵੀ ਰਿਐਕਸ਼ਨ ਜਿਹੜਾ ਸੀਗਾ ਉਹ ਖਾਲਿਸਤਾਨ ਦਾ ਨਹੀਂ ਸੀਗਾ ਦਿੱਲੀ ਦੀ ਇੱਕ ਪ੍ਰੋਫੈਸਰ ਸੀਗੀ ਜਤਿੰਦਰ ਘੋਰ ਉਹਨੇ ਇੱਕ ਸਰਵੇ ਕੀਤਾ ਆ ਕੇ ਇੱਥੇ 1985 'ਚ ਉਹਦੇ ਹਿਸਾਬ ਨਾਲ ਸਿਰਫ 5% ਬੰਦੇ ਸੀਗੇ ਜਿਹੜੇ ਕਿ ਪਿੰਡਾਂ ਦੇ ਵਿੱਚ ਯੰਗਸਟਰਸ ਉਹ ਕਹ ਰਹੇ ਸੀ ਵੀ ਖਾਲਿਸਤਾਨ ਹੋਣਾ ਚਾਹੀਦਾ ਨੇ 95% ਲੋਕਾਂ ਨੇ ਉਹ ਕਹਿੰਦੇ ਸੀ ਉਹਨੇ ਰਿਕਾਰਡ ਕੀਤਾ ਸਰਵੇਚ ਉਹ ਸੀ ਵੀ ਨੋ ਖਾਲਸਤਾ ਖਾਲਸਤਾਨ ਵਾਸ ਨੈਵਰ ਐ ਡਿਮਾਂਡ ਧੰਨਵਾਦ ਸਰ ਬਹੁਤ ਆਈਜੀ ਥੈਂਕ ਯੂ ਵੈਰੀ ਮਚ ਬਹੁਤ ਧੰਨਵਾਦ ਸਰ ਗ੍ਰੇਟਫੁਲ ਕਿਤਾਬ ਪੜਿਓ ਕਿਉਂਕਿ ਇਹ ਪਟਾ 10 ਮਿੰਟ ਜਦੋਂ ਆਉਂਦੀ ਆ ਤਾਂ ਅਸੀਂ ਹਾਂਜੀ ਹੋਰ 15 ਦਿਨ ਨੂੰ ਆ ਜਾਏਗੀ ਇਨਫੈਕਟ ਇਟਸ ਆਲਰੇਡੀ ਅਵੇਲੇਬਲ ਔਨ ਆਨਲਾਈਨ ਨਹੀਂ ਕੁਗਰੇਜ ਕਈ ਐਸੇ ਫੈਕਟਸ ਦੇਗੇ ਮੇਰਾ ਐਫਰਟ ਇਹ ਰਿਹਾ ਵੀ ਜੋ ਸਚਾਈ ਹੈ ਉਹਨੂੰ ਸਾਹਮਣੇ ਲਿਆਂਦਾ ਜਾਵੇ ਅਰ ਜਿਹੜੀ ਕੰਟ੍ਰਰੀ ਵਰਸ਼ਨਸ ਨੇ ਕਨਫਲਿਕਟਿੰਗ ਕਲੇਮਸ ਟੂ ਟਰੂਥ ਉਹ ਵੀ ਮੈਂ ਉਹਨਾਂ ਨੂੰ ਲਿਖਿਆ ਕਿ ਆਹ ਵਰਸ਼ਨ ਹੈ ਹੀ ਉਹਦੀ ਸਚਾਈ ਇਹ ਹੈ ਕਿਉਂ ਹੈ ਸਚਾਈ ਹੈ ਇਹਦਾ ਬੇਸ ਹੈ ਆਧਾਰੇ ਹੈ ਹਾਂਜੀ ਧੰਨਵਾਦ ਹਾਂਜੀ ਥੈਂਕ ਯੂ ਵੈਰੀ ਸਨ ਰਮੇਸ਼ੇਂਦਰ ਸਿੰਘ ਜੀ ਜਿਨ੍ਹਾਂ ਨੇ ਕਿਤਾਬ ਲਿਖੀ 38 ਸਾਲਾਂ ਬਾਅਦ ਔਰ ਜਿਹੜੇ ਕਹਿ ਰਹੇ ਨੇ ਕਿ ਲੋੜ ਇਸੇ ਕਰਕੇ ਪਈ ਕਿ ਬਹੁਤ ਸਾਰੇ ਤੱਥ ਆਏ ਨੇ ਪਰ ਕੁਝ ਤੱਥ ਉਹਨਾਂ ਨੂੰ ਠੀਕ ਨਹੀਂ ਲੱਗੇ ਉਹਨਾਂ ਤੱਥਾਂ ਦੇ ਬਾਰੇ ਉਹਨਾਂ ਨੇ ਉਸ ਕਿਤਾਬ ਚ ਲਿਖਿਆ ਇਸ ਕਿਤਾਬ ਚ ਲਿਖਿਆ ਤੇ ਨਾਲ ਦੀ ਨਾਲ ਉਹਨਾਂ ਨੇ ਬਹੁਤ ਸਾਰੇ ਹੋਰ ਖੁਲਾਸੇ ਵੀ ਕੀਤੇ ਨੇ